ਇਹਨਾਂ ਨੂੰ ਸਬਕ ਸਿਖਾਣਾ ਇਹ ਬਹੁਤ ਜ਼ਰੂਰੀ ਹੈ ਜਿਹੜਾ ਐਡੇ ਵੱਡੇ ਪੈਮਾਨੇ ਤੇ ਗਦਾਰੀ ਕਰਕੇ ਬੰਦਾ ਜਾ ਕੇ ਬਿੱਟੂ ਨੀ ਇੱਜ਼ਤ ਦੇਣਾ ਭਾਵੇਂ ਕੋਈ ਆ ਮੇਰੇ ਜਿਉਂਦਿਆਂ ਨਹੀਂ ਆਸ ਬੀਜੇਪੀ ਇਲਜ਼ਾਮ ਲਗਾ ਰਹੀ ਹੈ ਕਿ ਤੁਹਾਡੇ ਮੈਨੀਫੈਸਟੋ ਤੇ ਮੁਸਲਿਮ ਲੀਗ ਦੀ ਚਲਕ ਬਾਦਵਾਦਲੀ ਪੂਰਾ ਰੋਡ ਕਲੀਅਰ ਹੈ ਮੁੱਖ ਮੰਤਰੀ ਦੀ ਕੁਰਸੀ ਵਾਲੇ ਪਾਸੇ ਜਾਣ ਦੇਖੋ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਸਾਰੀ ਕੁਲਬੀਰ ਜੀ ਦਾ ਤਾਂ ਮੁਕਾਬਲਾ ਕਿਸ ਦੇ ਨਾਲ ਦੇਖਦੇ ਮੇਰੇ ਅਕਲ ਕੋਈ ਬੰਦਾ ਜਿਹੜਾ ਜੇਲ੍ਹ ਚ ਬੈਠਾ ਹੈ ਸ਼ਾਹਦ ਉਹਦੇ ਨਾਲ ਹੋਵੇ ਮੈਂ ਕਰੰਦਾਵਾ ਕੱਲਾਂਗਾ ਪਹਿਲੇ ਉਹਨੂੰ ਟਾੜੀ ਕਾਕਾ ਫੇਰ ਮੇਰੇ ਨਾਲ ਮਤਲਬ ਤੁਸੀਂ ਪੰਜਾਬ ਕਾਂਗਰਸ ਦੇ ਦਾਰਾ ਸਿੰਘ ਚਲੋ ਇਹ ਤੁਸੀਂ ਜੋ ਮਰਜ਼ੀ ਸਮਝ ਲਓ ਉਮਰ ਦੇ ਹਿਸਾਬ ਨਾਲ ਤੇ ਦਾਰਾ ਸਿੰਘ ਹੀ ਹੈ ਕਿਉਂਕਿ ਜੇ ਇਹ ਇੱਥੇ ਨਾ ਹੁੰਦੇ ਫੇਰ ਫਰਕ ਤੇ ਪੈਣਾ ਹੀ ਸੀ ਜ਼ਬਰਦਸਤ ਗਰਮੀ ਤੇ ਤਪਦੀ ਦੁਪਹਿਰ ਤੋਂ ਬਾਅਦ ਇੰਤਜ਼ਾਰ ਹੁੰਦਾ ਹੈ ਕਿ ਕਦੋਂ ਪਾਣੀ ਦੀਆਂ ਬੁਛਾੜਾਂ ਜਾਂ ਮੀਂਹ ਦੀਆਂ ਬੁਛਾੜਾਂ ਪੈ ਜਾਣ ਕਿ ਮੌਸਮ ਖੁਸ਼ਨੁਮਾ ਹੋ ਜਾਵੇ ਜ਼ਬਰਦਸਤ ਧੁੰਦ ਤੋਂ ਬਾਅਦ ਇੰਤਜ਼ਾਰ ਰਹਿੰਦਾ ਕਿ ਕਦੋਂ ਸੂਰਜ ਦੀਆਂ ਕਿਰਨਾਂ ਨਿਕਲ ਜਾਣ ਸਾਡੇ ਉੱਤੇ ਪੈ ਜਾਣ ਤੇ ਫਿਰ ਮੌਸਮ ਖੁਸ਼ਨੁਮਾ ਹੋ ਜਾਵੇ ਇਹ ਸਭ ਕੁਝ ਸਿਆਸਤ ਦੇ ਵਿੱਚ ਵੀ ਕਈ ਆਗੂਆਂ ਨੂੰ ਇਸ ਦਾ ਇੰਤਜ਼ਾਰ ਰਹਿੰਦਾ ਉਹ ਬਹੁਤ ਝੱਖੜ ਹਨੇਰੀਆਂ ਦੇ ਵਿਚਾਲੇ ਡਟੇ ਰਹਿੰਦੇ ਨੇ ਕਿ ਜਿਸ ਮੁਕਾਮ ਦੇ ਉੱਤੇ ਉਹ ਪਹੁੰਚਣਾ ਚਾਹੁੰਦੇ ਨੇ ਉਸ ਮੁਕਾਮ ਦੇ ਉੱਤੇ ਉਹ ਪਹੁੰਚ ਜਾਣ ਡਟੇ ਰਹਿੰਦੇ ਨੇ ਸਸਰੇਕਾਲ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਖਾਜ਼ਨਾ ਸਾਡਾ ਖਾਸ ਸ਼ੋਅ ਨਿਊਜ਼ ਰੂਮ ਕਟੈਰਾ ਲੈ ਕੇ ਤੇ ਜਿਸ ਆਗੂ ਨੂੰ ਅੱਜ ਅਸੀਂ ਇਨਵਾਈਟ ਕਰ ਰਹੇ ਹਾਂ ਉਹ ਆਪਣੀ ਪਾਰਟੀ ਦੇ ਵਿੱਚ ਡਟੇ ਹੋਏ ਨੇ ਆਪਣੀ ਪਾਰਟੀ ਦੇ ਵਿੱਚ ਇੰਤਜ਼ਾਰ ਕਰ ਰਹੇ ਨੇ ਉਸ ਕੁਰਸੀ ਦਾ ਜਿਸ ਕੁਰਸੀ ਦੇ ਉੱਤੇ ਪਹੁੰਚਣ ਦੀ ਚਾਹ ਤਕਰੀਬਨ ਹਰ ਵਰਕਰ ਤੋਂ ਲੈ ਕੇ ਆਗੂ ਨੂੰ ਹੁੰਦੀ ਹੈ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਮੈਂ ਜ਼ਿਕਰ ਕਰ ਰਿਹਾ ਹਾਂ ਪ੍ਰਤਾਪ ਸਿੰਘ ਬਾਜਵਾ ਜੀ ਦਾ ਤਾੜੀਆਂ ਦੇ ਨਾਲ ਸਵਾਗਤ ਕਰ ਦਿਆਂ ਸੀ ਸਭ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਜੀ ਵਿਰੋਧੀ ਧਿਰ ਦੇ ਆਗੂ ਨੇ ਕਾਂਗਰਸ ਦੇ ਵੱਡੇ ਆਗੂ ਨੇ ਜੋ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ ਰੀਟਿੰਗ ਪੰਜਾਬ ਦੇ ਉੱਤੇ ਤੁਹਾਡਾ ਪਲੀਜ਼ ਬਹੁਤ ਬਹੁਤ ਸਵਾਗਤ ਹੈ ਸਰ ਦੇਖੋ ਮੈਂ ਇੰਟਰੋ ਵਾਲੇ ਪਾਸੇ ਜਾਵਾਂ ਅਸੀਂ ਇੱਕ ਟਹਿਰਾ ਬਣਾ ਦਿੱਤਾ ਲੋਕਾਂ ਦੀ ਕਚਹਿਰੀ ਹੈ ਨਿਊਜ਼ ਰੀਟਿੰਗ ਦਾ ਟਹਿਰਾ ਹੈ ਤੇ ਜਿਹੜਾ ਜੱਜ ਹੈ ਉਹ ਵੀ ਜਨਤਾ ਹੈ ਜਿਹੜੀ ਫੈਸਲਾ ਚਾਰਜ ਨੂੰ ਹੀ ਸੁਣਾਏਗੀ ਤਾਂ ਫੈਸਲੇ ਦੇ ਲਈ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ ਮੈਂ ਸ਼ੁਰੂਆਤ ਕਰਦਾ ਹਾਂ ਪਹਿਲਾਂ ਥੋੜੀ ਇੰਟਰੋ ਦੇ ਦਈਏ ਅਸੀਂ ਬਾਜਵਾ ਸਾਹਿਬ ਦੀ ਵੈਸੇ ਬਖੋਬੀ ਆਪਾਂ ਸਾਰੇ ਇਹਨਾਂ ਨੂੰ ਪਛਾਣਦੇ ਆਂ ਜਾਣਦੇ ਆਂ ਬਾਜਵਾ ਸਾਹਿਬ ਦਾ ਸਟਾਈਲ ਕੀ ਹੈ ਸਟਾਈਲ ਹੈ ਇੱਕ ਪਰਸਨੈਲਿਟੀ ਜ਼ਬਰਦਸਤ ਵਾਲੇ ਲੀਡਰ ਨੇ ਸ਼ਾਨਦਾਰ ਪਹਿਰਾਵਾ ਉਹਨਾਂ ਦਾ ਇੱਕ ਸਟਾਈਲ ਹੈ ਅੱਛਾ ਸ਼ਾਲ ਦੀ ਬਹੁਤ ਚਰਚਾ ਹੁੰਦੀ ਹੈ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਹੈ ਖੈਰ ਅੱਜ ਗਰਮੀ ਬਹੁਤ ਹੈ ਉਸ ਤੋਂ ਬਾਅਦ ਮੈਂ ਸਟਰੈਂਥ ਦੀ ਗੱਲ ਕਰਾਂ ਤਾਂ ਇੱਕ ਵਧੀਆ ਸਪੀਕਰ ਦੇ ਤੌਰ ਦੇ ਉੱਤੇ ਉਹ ਜਾਣੇ ਜਾਂਦੇ ਨੇ ਅੱਛਾ ਕਾਇਦੇ ਕਾਨੂੰਨ ਦੀ ਉਹਨਾਂ ਨੂੰ ਬਹੁਤ ਸਮਝ ਹੈ ਤਾਂ ਬਹੁਤ ਟੈਕਨੀਕਲ ਜਾ ਕੇ ਵੀ ਆਪਣੇ ਵਿਰੋਧੀਆਂ ਦੇ ਉੱਤੇ ਤੰਜ ਕੱਸਦੇ ਨੇ ਤੰਜ ਕਸਨ ਦੇ ਵਿੱਚ ਵੀ ਬੜੇ ਮਾਹਰ ਨੇ ਅਰਬੀ ਘੋੜਿਆਂ ਤੋਂ ਲੈ ਕੇ ਨਿਕਰਾਂ ਤੱਕ ਦਾ ਇਹਨਾਂ ਨੇ ਬਹੁਤ ਜ਼ਿਕਰ ਕੀਤਾ ਵੀਕਨੈਸ ਦਾ ਅਸੀਂ ਜ਼ਿਕਰ ਕਰੀਏ ਪੰਜਾਬ ਕਾਂਗਰਸ ਪ੍ਰਧਾਨ ਦੀ ਕੁਰਸੀ ਦੇ ਉੱਤੇ ਬਹਿ ਚੁੱਕੇ ਨੇ ਪਰ ਇਹਨਾਂ ਦੇ ਨੂੰ ਲੈ ਕੇ ਚਰਚਾ ਰਹਿੰਦੀ ਹੈ ਕਿ ਪੂਰੇ ਪੈਨ ਪੰਜਾਬ ਉਸ ਤਰੀਕੇ ਦੀ ਆਪਣੀ ਪਹੁੰਚ ਨਹੀਂ ਬਣਾ ਸਕੇ ਉਸ ਦੇ ਉੱਤੇ ਗੱਲਬਾਤ ਕਰਾਂਗੇ ਇਲਜ਼ਾਮ ਕੀ ਨੇ ਬਾਜਵਾ ਸਾਹਿਬ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਚਤੁਰ ਕਲੇਵਰ ਲੀਡਰ ਨੇ ਇਲਜ਼ਾਮੀ ਵੀ ਲੱਗਦੇ ਨੇ ਕਿ ਬਸ ਇਹਨਾਂ ਦੀ ਇੱਕੋ ਖੁਆਇਸ਼ ਹੈ ਮੁੱਖ ਮੰਤਰੀ ਦੀ ਕੁਰਸੀ ਇਹ ਇਹਨਾਂ ਦੇ ਉੱਤੇ ਇਲਜ਼ਾਮੀ ਕਿ ਇਹ ਜਿਹੜੇ ਇਹਨਾਂ ਦੇ ਬਰਾਬਰ ਦੇ ਕੱਦ ਦੇ ਲੀਡਰ ਹੁੰਦੇ ਨੇ ਸਟੇਟ ਦੇ ਵਿੱਚ ਬਹੁਤਾ ਟਾਈਮ ਇਹਨਾਂ ਦੀ ਉਹਨਾਂ ਦੇ ਨਾਲ ਬਣਦੀ ਨਹੀਂ ਹੈ ਤੇ ਗੱਲ ਅਸੀਂ ਚੁਣੌਤੀਆਂ ਦੀ ਕਰ ਰਹੇ ਹਾਂ ਕਿਉਂਕਿ ਇਸ ਸਮੇਂ ਕਾਂਗਰਸ ਦੇ ਸਾਹਮਣੇ ਚੁਣੌਤੀਆਂ ਦੀ ਭਰਮਾਰ ਹੈ ਤਾਂ ਉਹੀ ਜੀ ਚੁਣੌਤੀ ਬਾਜਵਾ ਸਾਹਿਬ ਦੇ ਸਾਹਮਣੇ ਵੀ ਹੈ ਕਿ ਜਿਹੜੀ ਲੀਡਰਸ਼ਿਪ ਨਾਲ ਰੱਖਣਾ ਉਹਨਾਂ ਦੇ ਨਾਲ ਲੈ ਕੇ ਅੱਗੇ ਚੱਲਣਾ ਇੱਕ ਵੱਡੀ ਚੁਣੌਤੀ ਹੈ ਤਾਂ ਇੱਕ ਵਾਰ ਫਿਰ ਤਾੜੀਆਂ ਨਾਲ ਅਸੀਂ ਸਵਾਗਤ ਕਰ ਰਹੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਨਿਊਜ਼ਰੂਮ ਪੰਜਾਬ ਦੇ ਉੱਤੇ ਮੇਰੇ ਸੇ ਹੋਗੀ ਵਿਜੇਪਾਲ ਬਰਾੜ ਸਾਡੇ ਨਾਲ ਹੋਣਗੇ ਅੱਛਾ ਅਸੀਂ ਸਾਰੇ ਜਰਨਲਿਸਟ ਜਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਇਸ ਨਿਊਜ਼ਰੂਮ ਦੇ ਵਿੱਚ ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਸੇ ਹੋਗੀਆਂ ਉਹ ਵੀ ਤੁਹਾਡੇ ਤੋਂ ਸਵਾਲ ਜਾਣ ਸਕਣ ਐਨੀ ਟਾਈਮ ਸਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਕਿਉਂਕਿ ਕਾਂਗਰਸ ਚੋਣ ਮੈਦਾਨ ਦੇ ਵਿੱਚ ਹੈ ਤੁਸੀਂ ਖੁਦ ਬੇਸ਼ੱਕ ਇਲੈਕਸ਼ਨ ਨਹੀਂ ਲੜ ਰਹੇ ਪਰ ਕਿਤੇ ਨਾ ਕਿਤੇ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਹੈ ਕਿ 2017 ਤੋਂ 22 ਤੱਕ ਦਾ ਤੁਹਾਡਾ ਕਾਰਜਕਾਲ ਹੈ ਪੰਜਾਬ ਦੇ ਵਿੱਚ 2004 ਤੋਂ ਲੈ ਕੇ 14 ਤੱਕ ਦਾ ਕਾਂਗਰਸ ਦਾ ਕਾਰਜਕਾਲ ਹੈ ਸੈਂਟਰ ਦੇ ਵਿੱਚ ਇਸ ਵਾਰ ਮੈਨੀਫੈਸਟੋ ਨੂੰ ਤੁਸੀਂ ਨਵੇਂ ਪੱਤਰ ਬਣਾ ਦਿੱਤਾ ਕਿ ਇਹ ਟ੍ਰਿਕ ਤੁਹਾਨੂੰ ਲੱਗਦਾ ਕਿ ਇੱਕ ਇੱਕ ਜ਼ਬਰਦਸਤ ਟ੍ਰਿਕ ਹੋ ਸਕਦਾ ਔਰ ਕੰਮ ਕਰ ਸਕਦਾ ਨਹੀਂ ਟ੍ਰਿਕ ਨਹੀਂ ਹੈ ਜੀ ਸਾਡੀ ਇਹ ਇਮਾਨਦਾਰੀ ਦੇ ਨਾਲ ਹਿੰਦੂਸਤਾਨੀਆਂ ਨੂੰ ਵਚਨਬੱਤ ਇਹ ਬਚਨ ਬੱਤਾਂ ਸਾਡੀ ਤੇ ਹਰ ਸੈਕਸ਼ਨ ਨੂੰ ਅਸੀਂ ਕਵਰ ਕੀਤਾ ਜਿਹਦੇ ਵਿੱਚ ਫਾਰਮਰਸ ਵੀ ਨੇ ਖੇਤ ਮਜ਼ਦੂਰ ਵੀ ਨੇ ਜਿਸ ਦੇ ਵਿੱਚ ਹੈਲਥ ਦੀ ਓਪਰਚ्युनिटी ਸਾਰਿਆਂ ਵਾਸਤੇ ਅਵੇਲੇਬਲ ਕਰਨੀ ਰਾਈਟ ਟੂ ਹੈਲਥ ਹੈ ਉਹਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਵਾਸਤੇ ਨੌਕਰੀ ਦਾ ਅਪਰੈਂਟਿਸਿਪ ਦਾ ਕੰਮ ਹੈ ਤੋਂ ਇਹਦੇ ਵਿੱਚ ਲੜਕੀਆਂ ਵਾਸਤੇ ਮਹਾ ਲక్ష్ਮੀ ਸਕੀਮ ਹੈ ਸੋ ਇਹ ਫੌਜੀਆ ਵਾਸਤੇ ਜਿਹੜੀ ਸਾਡੀ ਕਈ ਸੌ ਸਾਲ ਦੀ ਲਗਾਤਾਰ ਇੱਕ ਰੈਜੀਮੈਂਟੇਸ਼ਨ ਸਿਸਟਮ ਚੱਲਦਾ ਸੀ ਵੇਖੋ ਪੰਜਾਬ ਦੀ ਪਹਿਚਾਨ ਕਿਸ وجہ ਦੀ ਜਵਾਨੀ ਦੇ ਵਿੱਚ 18 ਸਾਲ ਤੋਂ ਲੈ ਕੇ 35 36 ਸਾਲ ਤੱਕ ਸਾਡੇ ਨੌਜਵਾਨ ਆਪਣੇ ਮੋਢੇ ਤੇ ਬੰਦੂਕ ਚੁੱਕ ਕੇ ਹਿੰਦੁਸਤਾਨ ਦੇ ਬਾਰਡਰਸ ਤੇ ਹਿੰਦੁਸਤਾਨ ਦੀ ਸੁਰੱਖਿਆ ਕਰਦੇ ਸੀ ਜੀ ਜਦੋਂ ਰਿਟਾਇਰਮੈਂਟ ਤੋਂ ਬਾਅਦ ਆ ਜਾਂਦੇ ਸੀ ਜਰਨਲੀ ਨੌਕਰੀ 18 ਸਾਲ ਦੀ ਆਮੀਚ ਹੁੰਦੀ ਸੀ ਤੇ ਉਸ ਤੋਂ ਬਾਅਦ ਉਸੇ ਮੋਢੇ ਤੇ ਹਲ ਚੁੱਕਦੇ ਸੀ ਜਿਸ ਦੇ ਨਾਲ ਸਾਰੇ ਦੇਸ਼ ਦਾ ਪੇਟ ਜਿਹੜਾ ਅਸੀਂ ਭਰਦੇ ਸੀ ਇਹ ਸਰਕਾਰ ਨੇ ਪਿਛਲੇ 10 ਸਾਲਾਂ 'ਚ ਜੋ ਵੀ ਮੋਦੀ ਸਾਹਿਬ ਨੇ ਕੰਮ ਕੀਤਾ ਹੈ ਜੈ ਜਵਾਨ ਤੇ ਜੈ ਕਿਸਾਨ ਦੇ ਖਿਲਾਫ ਕੀਤਾ ਆਮੀ ਦੀ ਟ੍ਰੈਡੀਸ਼ਨਲ ਭਰਤੀ ਜਿਹੜੀ ਖਤਮ ਕਰ ਦਿੱਤੀ ਉਹਦੀ ਜਗ੍ਹਾ ਅਗਨੀਵੀਰ ਭਰਤੀ ਕਰ ਦਿੱਤੇ ਤੁਸੀਂ ਆਪ ਮੈਨੂੰ ਦੱਸੋ ਜਿੱਥੇ ਆਮੀ ਦੀ ਟ੍ਰੇਨਿੰਗ ਹੀ ਮਿਨਿਮਮ 3 ਸਾਲ ਹੈ 3 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਉਹ ਕਹਿੰਦੇ ਹੁਣ ਕੰਪਲੀਟ ਜਵਾਨ ਬਣਿਆ ਇਹ 4 ਸਾਲ ਤੋਂ ਬਾਅਦ ਰਿਟਾਇਰ ਕਰ ਦਿੰਦੇ ਨੇ ਨੰਬਰ 2 ਜਿਹੜੀ ਕਿਸਾਨੀ ਦੀ ਮੇਜਰ ਡਿਮਾਂਡ ਸੀ ਜੀ ਪੰਜਾਬ ਦੀ ਤੇ ਸਾਰੇ ਹਿੰਦੁਸਤਾਨ ਦੀ ਅਸੀਂ ਨੰਬਰ 1 ਅਗਰੀਕਲਚੂਬਾ ਸਾਡੀ ਡਿਮਾਂਡ ਇਹ ਸੀ ਕਿ 23 ਫਸਲਾਂ ਜਿਹਦੇ ਚੋਂ 6-7 ਫਸਲਾਂ ਪੰਜਾਬ ਚ ਬੀਜੀਆਂ ਜਾਂਦੀਆਂ ਨੇ ਉਹਨਾਂ ਦੀ ਲੀਗਲ ਗਾਰੰਟੀ ਦੋ ਸਰ ਜੀ ਅਸੀਂ 6 ਮਹੀਨੇ ਪਹਿਲੇ ਫਸਲ ਬੀਜਣ ਤੋਂ ਸਾਨੂੰ ਪਤਾ ਹੋਵੇ ਕਿ ਜਿਹੜੀ ਸਾਡੀ ਫਸਲ ਅਸੀਂ ਬੀਜਾਂਗੇ ਉਹਨੂੰ ਗਵਰਨਮੈਂਟ ਖਰੀਦੇਗੀ ਗਵਰਨਮੈਂਟ ਨੇ ਇਹਨਾਂ ਨੂੰ ਬਕਾਇਦਾਤ ਹੋ ਰਿਐਸ ਕੀਤੀ ਸੀ ਉਸ ਦੇ ਬਾਵਜੂਦ ਇਹਨਾਂ ਨੇ ਉਹ ਗਾਰੰਟੀ ਪੂਰੀ ਨਹੀਂ ਕੀਤੀ ਚਾਰ ਕਾਲੇ ਕਾਨੂੰਨ ਲੈ ਕੇ ਆਂਦੇ ਚਾਰ ਕਾਲੇ ਕਾਨੂੰਨਾਂ ਦੇ ਵਿੱਚ ਜਿਹੜੇ ਮਲਟੀਨੈਸ਼ਨਲ ਸੰਬੱਧੇ ਉਹਨਾਂ ਦੇ ਹੱਥ ਦੇ ਵਿੱਚ ਪੰਜਾਬ ਦੀ ਜਿਹੜੀ ਇਕਨੋਮੀ ਸੀ ਅਗਰੀਕਲਚਰਲ ਇਕਨੋਮੀ ਕੰਟ੍ਰੈਕਟ ਫਾਰਮਿੰਗ ਦੇ ਜ਼ਰੀਏ ਇਹ ਅੰਬਾਨੀ ਤੇ ਅਡਾਨੀ ਤੇ ਮਲਟੀਨੈਸ਼ਨਲ ਦੇ ਹੱਥੇ ਦੇਣਾ ਚਾਹੁੰਦੇ ਸੀ ਮੈਂ ਇਹ ਦੇ ਦਾਤ ਦੇਣਾ ਚਾਹਾਂਗਾ ਆਪਣੇ ਜਿਹੜੇ ਬਾਹਰ ਬੈਠੇ ਹੋਏ ਸਾਡੇ ਪੰਜਾਬੀ ਵੀਰ ਨੇ ਦੇ ਆ ਬਿਗ ਫਾਰਮਰਸ ਕੈਲੀਫੋਰਨੀਆ ਦੇ ਵਿੱਚ ਹੁਣ ਆਸਟ੍ਰੇਲੀਆ ਦੇ ਵਿੱਚ ਹੁਣ ਸਾਊਥ ਅਫਰੀਕਾ ਦੇ ਸਾਊਥ ਅਮਰੀਕਾ ਦੇ ਵਿੱਚ ਹੁਣ ਜੀ ਉਹਨਾਂ ਨੂੰ ਇਹ ਪਤਾ ਸੀ ਕਿ ਵੈਸਟਰਨ ਵਰਲਡ ਨੇ ਆਲਰੇਡੀ ਐਸੀ ਸਕੀਮ ਦੇ ਅਧੀਨ ਆਮ ਸਧਾਰਨ ਕਿਸਾਨ ਅਮਰੀਕਾ ਦਾ ਕੈਨੇਡਾ ਦਾ ਆਸਟ੍ਰੇਲੀਆ ਦਾ ਸਾਊਥ ਅਮਰੀਕਾ ਦਾ ਫਾਰਮਰ ਖਤਮ ਕਰ ਦਿੱਤਾ ਕੱਲੇ ਮਲਟੀਨੈਸ਼ਨਲਸ ਹੀ ਉੱਥੇ ਬੈਠ ਕੇ ਆ ਕੇ ਤਾਂ ਉਹ ਜਿਹੜੀ ਬਾਹਰੋਂ ਜਿਹੜੀ ਸਪੋਰਟ ਆਈ ਹੈ ਵੇਖੋ ਸਾਡੇ ਲੋਕਾਂ ਨੂੰ ਜੋਂ ਤੱਕ ਸਮਝ ਆਣੀ ਸੀ ਉਨ ਤੱਕ ਸਾਰਾ ਕੰਮ ਗੁਆਚ ਜਾਣਾ ਸੀ ਜਿਹੜੀ ਬਾਹਰਲੀ ਸਪੋਰਟ ਸੀ ਕੁਝ ਕਿਸਾਨ ਜਥੇਬੰਦੀਆਂ ਨੂੰ ਮੈਂ ਮੁਬਾਰਕ ਦੇਣਾ ਚਾਹਾਂਗਾ ਜੀ ਜਿਹੜੀ ਅਵੇਅਰਨੈਸ ਹੈ ਸੀ ਉਹਨਾਂ ਦੇ ਕਾਰਨ ਬਾਹਰੋਂ ਆਈ ਤੇ ਸਾਡੇ ਜਿਹੜੇ ਇੱਥੋਂ ਦੇ ਕਿਸਾਨ ਲੀਡਰ ਸੀ ਉਹਨਾਂ ਨੇ ਫਿਰ ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਤੇ ਜੇ ਉਹ ਮਨਸੂਬਾ ਪੂਰਾ ਹੋ ਜਾਂਦਾ ਅੱਜ ਤੁਸੀਂ ਵੇਖੋ ਸਾਈਲੋਸ ਸਾਰੇ ਪੰਜਾਬ ਜਿੱਥੇ ਨੈਸ਼ਨਲ ਹਾਈਵੇਜ਼ ਨੇ ਉੱਥੇ ਭਾਵੇਂ ਮੋਗੇ ਦੀ ਗੱਲ ਕਰ ਲਓ ਭਾਵੇਂ ਰਾਏਕੋਟ ਦੀ ਗੱਲ ਕਰ ਲਓ ਭਾਵੇਂ ਕਥੂ ਨੰਗਲ ਦੀ ਗੱਲ ਕਰ ਲਓ ਸਾਰੀ ਜਗ੍ਹਾ ਤੇ ਸਾਈਲੋਸ ਅਡਾਨੀਜ਼ ਦੇ ਬਣ ਰਹੇ ਹਨ ਤੋ ਇਸ ਗੱਲ ਕਰਨ ਮੈਂ ਸਮਝਦਾ ਕਿ ਅਸੀਂ ਉਹ ਗਾਰੰਟੀ ਦੀ ਗੱਲ ਕਰਦੇ ਅਸੀਂ ਪਹਿਲੀ ਗਾਰੰਟੀ ਐ ਕਿ ਦਿੱਤੀ ਹੈ ਕਿ ਵਾਂਸ ਦੀ ਇੰਡੀਆ ਬਲੌਕ ਕਮਜ਼ ਇੰਟੂ ਪਾਰ ਕਿਉਂਕਿ ਵੀ ਹੈਵ 20 25 ਪਾਰਟੀਆਂ ਦਾ ਸਾਡੇ ਨਾਲ ਟਾਲ ਅਲਾਈਅੰਸ ਹੈ ਜੇ ਉਹਨੂੰ ਮੈਜੋਰਿਟੀ ਮਿਲਦੀ ਹੈ ਸਾਰਿਆਂ ਨੇ ਇਹੀ ਗੱਲ ਕਹੀ ਕਿ ਕਾਂਗਰਸ ਦਾ ਹੀ ਪ੍ਰਧਾਨ ਮੰਤਰੀ ਅਸੀਂ ਲੈ ਕੇ ਆਵਾਂਗੇ ਤੇ ਕਾਂਗਰਸ ਨੇ ਫਿਰ ਇੱਕ কমিਟਮੈਂਟ ਲੋਕਾਂ ਨਾਲ ਕਿ ਪਹਿਲੀ ਚੀਜ਼ ਜਿਹੜੀ ਹੋਏਗੀ ਮਿਨਿਮਮ ਸਪੋਰਟ ਪ੍ਰਾਈਸ ਅਕੋਰਡਿੰਗ ਟੂ ਡਾਕਟਰ ਐਮ ਐ ਸੁਆਮੀਨਾਥ ਸੁਆਮੀਨਾਥਨ ਜੀ ਦਾ ਸੀ ਟੂ ਪਲੱਸ 50% ਦਾ ਜਿਹੜਾ ਸੀ ਕਿ ਦੁੱਗਣੀ ਆਮਦਨ ਕਰਨ ਦਾ ਉਹ ਅਸੀਂ ਮਨਸੂਬਾ ਪੂਰਾ ਕਰਾਂਗੇ ਨੰਬਰ 1 ਨੰਬਰ 2 ਹੈ ਕਿ ਅਸੀਂ ਇੱਕ ਸਪੈਸ਼ਲ ਕਮਿਸ਼ਨ ਬਠਾਵਾਂਗੇ ਜਿਹੜੀ ਸਟੱਡੀ ਕਰੇਗੀ ਕਿਸਾਨਾਂ ਦੀ ਜਿਹੜੀ ਬਹੁਤ ਦੇਰ ਦੀ ਉਹਨਾਂ ਨੇ ਕਰਜ਼ੇ ਚੁੱਕੇ ਨੇ ਕਰਜ਼ਾ ਮਾਫ ਜੀ ਮੈਨੂੰ ਇਸ ਗੱਲ ਦਾ ਹੀ ਮਾਨ ਹੈ ਕਿ ਜਦੋਂ ਯੂਪੀਏ ਦੀ ਗਵਰਨਮੈਂਟ ਰਹੀ 10 ਸਾਲ ਡਾਕਟਰ ਮਨਮੋਹਨ ਸੇਂਗ ਨੇ 70000 ਕਰੋੜ ਰੁਪਈਆ ਹਿੰਦੁਸਤਾਨ ਦੇ ਕਿਸਾਨਾਂ ਦਾ ਮਾਫ ਕੀਤਾ ਸੀ ਪਿਛਲੀ ਕਾਂਗਰਸ ਦੀ ਗਵਰਨਮੈਂਟ ਚ 5000 ਕਰੋੜ ਰੁਪਈਆ ਅਸੀਂ ਜਿਹੜਾ ਕੋਆਪਰੇਟਿਵ ਦੇ ਲੋਨਸ ਨੂੰ ਮਾਫ ਕੀਤੇ ਸੀ ਜੀ ਸੋ ਵੀ ਹੈਵ ਆਲਰੇਡੀ ਮੇਡ ਅ ਬਿਗਨਿੰਗ ਅੱਛਾ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਦਿਲਚਸਪੀ ਨਾਲ ਕਿਉਂਕਿ ਬਹੁਤ ਸਾਰੇ ਹਜ਼ਾਰਾਂ ਲੱਖਾਂ ਦੀ ਤਦਾਦ 'ਚ ਤੁਹਾਨੂੰ ਲੋਕ ਸੁਣਦੇ ਨੇ న్యూਸ 18 ਨੂੰ ਕਿ ਜਦੋਂ ਮੋਦੀ ਸਾਹਿਬ ਆਏ ਨੇ ਇਹਨਾਂ ਕੋ ਦੋ ਕਲੀਅਰ ਆਪਸ਼ਨਸ ਹਨ ਜੀ ਹਿੰਦੁਸਤਾਨ 'ਚ ਕਿਸਾਨੀ ਦਾ 9 ਲੱਖ ਕਰੋੜ ਦਾ ਕਰਜ਼ਾ ਸੀ ਇਹਨਾਂ ਨੂੰ ਸੀ ਕਿ ਜਾਂ ਮੈਂ ਕਿਸਾਨੀ ਦਾ ਕਰਜ਼ਾ ਮਾਫ਼ ਕਰਸਾਂ ਜਾਂ ਕਾਰਪੋਰੇਟ ਹਾਊਸੇਸ ਦਾ ਕਰਜ਼ਾ ਇਹਨਾਂ ਨੇ ਪਹਿਲੀ ਆਪਸ਼ਨ ਦੇ ਬਜਾਏ ਦੂਜੀ ਆਪਸ਼ਨ ਨੂੰ ਹੱਥ 'ਚ ਰੱਖਿਆ ਅੱਜ ਦੇ ਦਿਨ ਤੱਕ ਕੋ ਤਕਰੀਬਨ 40 ਤੋਂ 50 ਵੱਡੇ ਕਾਰਪੋਰੇਟ ਹਾਊਸਸਿਸ ਨੂੰ 16 ਲੱਖ ਕਰੋੜ ਦਾ ਕਰਜ਼ਾ ਬੈਂਕਾਂ ਦਾ ਰਾਈਟ ਆਫ ਕਰਦੇ। ਨਹੀਂ ਤੇ ਇੱਕ ਪਾਸੇ ਕਿਸਾਨਾਂ ਦਾ ਜੇ ਕਰਦਾ ਹੁੰਦਾ ਅੱਜ ਕਿਸਾਨ ਕਰਜ਼ਾ ਮੁਕਤ ਹੋ ਸਕਦੇ ਜੀ ਫਾਰ ਵਨ ਟਾਈਮ ਬਟ ਨਹੀਂ ਕੀਤਾ। ਥੈਟ ਮੀਨਸ ਉਹਨਾਂ ਦੀ ਸਿੱਧੀ ਪ੍ਰਾਇੋਰਟੀ ਜਿਹੜੀ ਨਾ ਕਿਸਾਨ ਨੇ ਨਾ ਖੇਤ ਮਜ਼ਦੂਰ ਨੇ ਪ੍ਰਾਇੋਰਟੀ ਮੋਦੀ ਸਾਹਿਬ ਦੀ। ਵੱਡੇ ਬਿਜ਼ਨਸ ਹਾਊਸ ਜਿਹਨੇ ਇਹ ਪੰਜਾਬੀਆਂ ਨੂੰ ਅਸਮਝਿਆ ਤੁਸੀਂ ਕਾਫੀ ਚੀਜ਼ਾਂ ਮੈਨੀਫੈਸਟੋ ਦੀਆਂ ਜ਼ਿਕਰ ਕੀਤੀਆਂ ਹੈ ਹੈਲਥ ਤੇ ਹੋ ਗਿਆ ਇਹ ਪਹਿਲੇ ਤੇ ਕੀਤੀ ਹੈ ਬਾਕੀ ਤੇ ਜਦੋਂ ਤੁਸੀਂ ਮੋٹے ਤੌਰ ਤੇ ਦੱਸਿਆ ਕਿ ਅਸੀਂ ਮੈਨੀਫੈਸਟੋ ਚ ਕੀ ਕੀ ਰੱਖਿਆ ਮੈਂ ਜੇ ਮੈਨੂੰ 5-7 ਮਿੰਟ ਦੋ ਮੈਂ ਉਹ ਕੰਪਲੀਟ ਕਰ ਲਵਾਂ ਜੀ ਚਲੋ ਬਹੁਤ ਬਰੀਫ ਜੇ ਤੁਸੀਂ ਕਿਉਂਕਿ ਆਪਾਂ ਗੱਲਾਂ ਬਾਤਾਂ ਕਰਾਂ ਮੈਂ ਤੁਹਾਨੂੰ ਬਰੀਫਲੀ ਦੱਸਣਾ ਚਾਹਨਾ ਲੇਡੀਜ਼ ਵਾਸਤੇ ਅਸੀਂ ਮਹਾਲక్ష్ਮੀ ਸਕੀਮ ਲੈ ਕੇ ਆ ਰਹੇ ਹ ਜਿਹੜਾ ਪਾਇਰਾਮਿਡ ਦੇ ਥੱਲੇ ਸਾਰਾ ਨੂੰ ਗਰੀਬ ਲੋਕ ਨੇ ਉਹਨੂੰ ਆਈਡੈਂਟੀਫਾਈ ਕਰਕੇ ਹਰ ਘਰ ਦੀ ਇੱਕ ਨੌਜਵਾਨ ਬੇਟੀ ਨੂੰ ਅਸੀਂ 1 ਲੱਖ ਰੁਪਇਆ ਦੇਵਾਂਗੇ so that eh, a ਕੋਈ ਪੰਜਾਬ ਵਿੱਚ ਤੇ 1 ਲੱਖ ਰੁਪਇਆ ਭਾਵੇਂ ਬਹੁਤ ਵੱਡਾ ਸੰਭ ਨਾ ਲੱਗਦਾ ਬਟ ਬਹੁਤ ਸਾਰੇ ਇਹੋ ਜਿਹੇ ਸੂਬੇ ਨੇ ਜਿੱਥੇ 1 ਲੱਖ ਰੁਪਇਆ ਇਜ਼ ਅ ਬਿਗ ਅਮਾਉਂਟ ਆਫ ਮਨੀ ਉਹ ਆਪਣਾ ਕੋਈ ਕਾਟੇਜ ਇੰਡਸਟਰੀ ਘਰ ਦਾ ਕੰਮ ਕੋਈ ਨਾ ਕੋਈ ਥਿੰਗ ਕੈਨ ਸਟਾਰਟ ਵਿਦ ਸਮ ਬਿਜ਼ਨਸ ਐਨ ਜੀਓ ਦੇ ਨਾਲ ਕੰਮ ਕਰ ਸਕਦੇ ਨੇ so ਇਸ ਤਰ੍ਹਾਂ ਉਹਨਾਂ ਨੂੰ ਦੇ ਰਹੇ ਆ ਨੌਜਵਾਨ ਬੱਚਿਆਂ ਨੂੰ ਅਸੀਂ ਇੱਕ ਬਹੁਤ ਬਿਹਤਰੀਨ ਸਕੀਮ ਲੈ ਕੇ ਆਂਦੇ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜਾ 25 ਸਾਲ ਤੋਂ ਥੱਲੇ ਸਾਡਾ ਡਿਪਲੋਮਾ ਹੋਲਡਰ ਹੈ ਜਾਂ ਗ੍ਰੈਜੂਏਟ ਹੈ ਉਨੂੰ ਅਪਰੈਂਟਿਸ਼ਿਪ ਕਿਸੇ ਉਹ ਪ੍ਰਾਈਵੇਟ ਫਰਮ ਚ ਕਰਨਾ ਚਾਹਣ ਜਾਂ ਗਵਰਨਮੈਂਟ ਦੇ ਕਿਸੇ ਕੰਸਰਨ ਚ ਕਰਨਾ ਚਾਹਣ 1 ਲੱਖ ਰੁਪਈਆ ਸਾਲ ਦਾ ਦੇਵਾਂਗੇ। ਨੰਬਰ 2 ਨੰਬਰ 4 ਜਿਹੜੀ ਸਾਡੀ ਲੇਬਰ ਹੈ ਸਾਰਨੂੰ ਪਹਿਲੇ ਮਨਮੋਹਨ ਸਿੰਘ ਦੀ ਰਾਈਟ ਟੂ ਵਰਕ ਦੇ ਵਿੱਚ ਜਿਹੜਾ ਸੀ ਲੈ ਕੇ ਜਿਹੜੇ ਆਏ ਸੀ ਉਹਦੇ ਵਿੱਚ ਅਸੀਂ ਮੈਨਰੇਗਾ ਵਰਕਰ ਨੂੰ ਇਹ ਫੈਸਲਾ ਕਰ ਲਿਆ ਕਿ ਅੱਜ ਦਾ ਜਿਹੜਾ 2.5 300 ਦੀ ਵੇਜ ਹੈ ਇਹ 400 ਰੁਪਈਆ ਪ੍ਰਤੀ ਦਿਨ ਹੋਏਗੀ। ਐਂਡ ਪੰਜਵਾਂ ਜਿਹੜਾ ਮੋਸਟ ਇੰਪੋਰਟੈਂਟ ਹੈ ਮੈਂ ਸਮਝਿੰਦਾ ਉਹ ਇਹ ਹੈ ਕਿ ਹਿੰਦੂ ਹਰ ਹਿੰਦੂਸਤਾਨੀ 25 ਲੱਖ ਰੁਪਈਆ ਸੀ ਦਿਆ ਕਰਨਗੇ ਓਨ ਦੀ ਸੇਮ ਗਰਾਉਂਡ ਜਿਸਾ ਹੀ ਰਾਜਸਥਾਨ ਦਿੰਦਾ ਹੈ ਹੈਲਥ ਇੰਸ਼ੋਰੈਂਸ which would be free ਉਹਦੇ ਵਿੱਚ ਤੁਸੀਂ ਕਿਸੇ ਕਿਸਮ ਦਾ ਆਪਣਾ ਇਲਾਜ ਕੋਈ ਹਾਰਟ ਦਾ ਕਰਾਣਾ ਕੋਈ ਬਾਈਪਾਸ ਕਰਾਣਾ ਕੋਈ ਗੋਡੇ ਬਦਲਾਣੇ ਨੇ ਓੱਖਾਂ ਬਦਲਣੀਆਂ ਨੇ ਕੁਝ ਵੀ ਮੇਜਰ ਆਪਰੇਸ਼ਨ ਕਰਾਣਾ 25 ਲੱਖ ਰੁਪੀਸ ਟੂ ਏਵਰੀ ਸਿੰਗਲ ਇੰਡੀਵਿਜੂਅਲ ਆਫ ਇੰਡੀਆ ਐਂਡ ਦਿਸ ਵੀ ਹੈਵ ਆਲਰੇਡੀ ਡਨ ਇਹ ਚੀਜ਼ ਅਸੀਂ ਆਲਰੇਡੀ ਇਹ ਜਿਹੜੀਆਂ ਚੀਜ਼ਾਂ ਲਾਗੂ ਕਰ ਦਿੱਤੀਆਂ ਅਖੀਰ ਤੇ ਅਸੀਂ ਜਿਹੜੀ ਮੇਜਰ ਗੱਲ ਹੈ ਆਮੀ ਵਾਲੇ ਲੋਕਾਂ ਨੂੰ ਅਸੀਂ ਦੱਸ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਤੇ ਹਿੰਦੁਸਤਾਨੀ ਅਗਨੀ ਵੀਰ ਆਂਦੇ ਹੀ ਸਕ੍ਰੈਪ ਕਰ ਦਿੱਤੀ ਜਾਏਗੀ ਰੈਗੂਲਰ ਆਮੀ ਦੀ ਐ ਫੋਰਸ ਦੀ ਤੇ ਨੇਵੀ ਦੀ ਭਰਤੀ ਜਿਸ ਤਰ੍ਹਾਂ ਚੱਲਦੀ ਆਈ ਹੈ ਉਹ ਅਸੀਂ ਕਰਾਂਗੇ ਸੋ ਇਹ ਸਾਡੀਆਂ ਮੇਜਰ ਚੀਜ਼ਾਂ ਹੈ ਨੇ ਇਸ ਤੋਂ ਅੱਗੇ ਵੀ ਕੈਨ ਗੋ ਚਲੋ ਤੁਸੀਂ ਮੋٹے ਤੌਰ ਤੇ ਚੀਜ਼ਾਂ ਗਨਵਾਈਆਂ ਪਰ ਦੇਸ਼ ਦੇ ਵਿੱਚ ਜਦੋਂ ਚਰਚਾ ਹੋ ਰਹੀ ਹੈ ਤੁਹਾਡੇ ਮੈਨੀਫੈਸਟੋ ਨੂੰ ਲੈ ਕੇ ਖਾਸ ਕਰਕੇ ਕਿਤੇ ਹੋ ਰਹੀ ਹੈ ਕਿ ਮੰਗਲ ਸੂਤਰ ਖੋਲਿਆ ਜਾਏਗਾ ਕਿਤੇ ਹੋ ਰਿਹਾ ਕਿ ਜੇ ਦੋ ਘਰ ਹੋਏ ਤਾਂ ਇੱਕ ਸਰਕਾਰ ਲੈ ਜਾਊਗੀ ਸੋਨਾ ਰੱਖਿਆ ਤਾਂ ਉਹ ਖੋਲਿਆ ਜਾਊਗਾ ਉਸੇ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖ ਬੀਜੇਪੀ ਇਲਜ਼ਾਮ ਲਗਾ ਰਹੀ ਹੈ ਕਿ ਤੁਹਾਡੇ ਮੈਨੀਫੈਸਟੋ ਤੇ ਮੁਸਲਿਮ ਲੀਗ ਦੀ ਚਲਕ ਹੈ ਮੇਰਾ خیال ਮੋਦੀ ਸਾਹਿਬ ਨੂੰ ਸੁੱਤਿਆਂ ਹੀ ਕਿਸੇ ਨਾ ਕਿਸੇ ਲੀਗ ਦਾ ਸੁਪਨਾ ਆਂਦਾ ਰਹਿੰਦਾ ਉਹ ਪਤਾ ਨਹੀਂ ਮੁਸਲਿਮ ਲੀਗ ਹੈ ਕਿ ਇਹਨਾਂ ਦੀ ਜਿਹੜੀ ਵੱਡੇ ਆਦਮੀਆਂ ਦੀ ਲੀਗ ਏ ਉਹਦੀ ਗੱਲ ਏ ਲੀਗ ਇਹਨਾਂ ਦੇ ਦਿਮਾਗ 'ਚ ਹੈ ਅਸੀਂ ਤੇ ਇਵਨ ਸਾਡੇ ਖੜਗੇ ਸਾਹਿਬ ਨੇ ਪ੍ਰੈਜ਼ੀਡੈਂਟ ਇਹ ਗੱਲ ਕਿ ਮੈਨੂੰ ਮੁਲਾਕਾਤ ਦਾ ਟਾਈਮ ਦੋ ਮੈਂ ਤੁਹਾਨੂੰ ਮੈਨੀਫੈਸਟੋ ਕਰ ਦੇ ਕਿ ਜਨ ਹੂੰ ਮੈਨੂੰ ਕਾਈਂਡਲੀ ਕਿਤੇ ਦੱਸੋ ਤੇ ਸਹੀ ਕਿਤੇ ਵੀ ਅਸੀਂ ਮੁਸਲਮਨ ਲੀਗ ਦਾ ਕਿਤੇ ਨਾਂ ਲਿਆ ਹੋਏ ਕੋਈ ਗੱਲ ਕੀਤੀ ਉਤਿ ਜਾਣਬੁੱਝ ਕੇ ਸਾਰੇ ਹਿੰਦੁਸਤਾਨ ਕੋ ਕਹਿੰਦੇ ਕਿ ਰਾਹੁਲ ਗਾਂਧੀ ਨੇ 6 ਅਪ੍ਰੈਲ ਨੂੰ ਇੱਕ ਸਟੇਟਮੈਂਟ ਦਿੱਤੀ ਕਿ ਜਿਹੜਾ ਫਾਈਨੈਂਸ਼ੀਅਲ ਸਰਵੇ ਅਸੀਂ ਕਰਵਾਵਾਂਗੇ ਜੇ ਸਰਕਾਰ ਬਣੀ ਤੇ ਰੀਡਿਸਟ੍ਰਿਬਿਊਟ ਕਰਾਂਗੇ ਜਿਹੜੀਆਂ ਜੌਬਸ ਹੈ ਵੈਲਥ ਹੈ ਦੇਸ਼ ਦੀ ਤੇ ਜਿਹੜੇ ਕਮਜ਼ੋਰ ਵਰਗ ਹੈ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦੇ ਡਾਕਟਰ ਮਨਮੋਹਨ ਸਿੰਘ ਨੇ ਇੱਕ ਵਾਰੀ ਕਿਹਾ ਸੀ ਕਿ ਜਿਹੜਾ ਕਮਜ਼ੋਰ ਵਰਗ ਹੈ ਉਹ ਮੁਸਲਿਮ ਭਾਈਚਾਰਾ ਹੈ ਤਾਂ ਉਹ ਕੋਰਿਲੇਟ ਕਰਕੇ ਉਹ ਕਹਿ ਰਹੇ ਨੇ ਕਿ ਇਸ ਦਾ ਮਤਲਬ ਹੈ ਕਿ ਤੁਸੀਂ ਰੀਡਿਸਟ੍ਰਿਬਿਊਟ ਕਰੋਗੇ ਮੁਸਲਮਾਨ ਬਿਲਕੁਲ ਗਲਤ ਦੱਸਣਾ ਚਾਹਨਾ ਕਾਂਗਰਸ ਨੇ ਡਾਕਟਰ ਮਰਮੋਨ ਸਿੰਘ ਦੀ ਸਪੀਚ ਸਾਹਮਣੇ ਰੱਖ ਦਿੱਤੀ ਨੋਵੇਅਰ ਥਿਸ ਵਰਡ ਆਫ ਅ ਮੁਸਲਮ ਹੈਜ਼ ਬੀਨ ਯੂਜ਼ਡ ਨੰਬਰ 2 75 ਸਾਲਾਂ ਤੇ 55 ਸਾਲ ਕਾਂਗਰਸ ਦਾ ਰਾਜ ਰਿਹਾ ਮੈਨੂੰ ਦੱਸੋ ਕਿਹਦਾ ਅਜੇ ਤੱਕ ਇੱਕ ਦਾ ਘਰ ਖੋਇਆ ਕਿਸੇ ਦਾ ਮੰਗਲ ਸੂਤਰ ਖੋਇਆ ਹੋਏ ਕਿਸੇ ਦਾ ਸੋਨਾ ਖੋਇਆ ਹੋਏ ਇਹ ਦਿਸ ਸ਼ੋਜ਼ ਕਿ ਐਸ ਟਾਈਮ ਬੀਜੇਪੀ ਲੈਕਸ ਕੰਫੀਡੈਂਸ ਐਸ ਟਾਈਮ ਬੇਸਿਕਲੀ ਇਹ ਨਜ਼ਰ ਆ ਰਿਹਾ ਕਿ ਬਿਲਕੁਲ ਕਬਰਾਇਏ ਨੇ ਪ੍ਰਾਈਮ ਮਿੰਿਸਟਰ ਦਾ ਇਹੋ ਜਿਹਾ ਥਿਊ ਵਿਊ ਦੇਣਾ ਵੇਖੋ ਜਦੋਂ ਅਸੀਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਪੁੱਛਨੇ ਆ ਦਸਾਂ ਸਾਲਾਂ ਦਾ ਜੋ ਕੁਝ ਤੁਸੀਂ ਕੀਤਾ ਦੱਸੋ ਉਹ 2047 ਦਾ ਤੁਹਾਨੂੰ ਦੇ ਦਿੰਦੇ ਨੇ ਟਾਈਮ ਕਿ 2047 ਤੱਕ ਅਸੀਂ 5 ਮਿਲੀਅਨ ਇਕਨੋਮੀ ਟ੍ਰਿਲੀਅਨ ਇਕਨੋਮੀ ਬਣ ਜਾਵਾਂਗੇ ਨੌਜਵਾਨਾਂ ਨੂੰ 2 ਕਰੋੜ ਰੁਪਇਆ ਕਿਹਾ ਦੋ ਕਰੋੜ ਜੋਬਸ ਪਰイヤー ਕਹੀਆਂ ਉਹ ਪੁੱਛ ਅੱਜ 40% ਬੇਰੋਜ਼ਗਾਰੀ ਹੈ ਗ੍ਰੈਜੂਏਟਸ ਦੇ ਵਿੱਚ 40% ਬੇਰੁਜ਼ਗਾਰੀ ਹੈ ਤੁਸੀਂ ਸਵਾਲ ਪੁੱਛਦੇ ਹੋ ਜਵਾਬ ਦੇਣ ਨੂੰ ਤਿਆਰ ਨਹੀਂ ਮਨੀਪੁਰ ਦੇ ਵਿੱਚ ਘਟ ਗਿੰਤੀਆਂ ਨਾਲ ਐਡੇ ਵੱਡੇ ਪੇਮਾਨੇ ਤੇ ਜ਼ਿਆਤੀ ਕੀਤੀ ਹੋਏ ਪ੍ਰਾਈਮ ਮਿਨਿਸਟਰ 5 ਮਿੰਟ ਬਾਅਦ ਸੀ ਉੱਥੇ ਨਹੀਂ ਗਏ ਇਹ ਬਕਾਇਦਾ ਤੌਰ ਐਂਟੀ ਮਿਨੋਰਿਟੀ ਐਂਡ ਐਂਟੀ ਦਲ ਸਾਰੋਂ ਵੱਡਾ ਖਤਰਾ ਕੀ ਹੈ ਕਿ ਜਿਹੜੀ ਇਸ ਟਾਈਮ ਇਹਨਾਂ ਦੇ ਤਿੰਨ ਵੱਡੇ ਐਮਪੀਜ਼ ਨੇ ਗੱਲ ਕਹੀ ਹੈ ਕਿ ਸਾਨੂੰ 400 ਤੋਂ ਪਲੱਸ ਸੀਟ ਦੋ ਅਸੀਂ ਹਿੰਦੁਸਤਾਨ ਦਾ ਸੰਵਿਧਾਨ ਬਦਲਣਾ ਡਾਕਟਰ ਪੀਮbro ਉਮੇਦਕਰ ਸਾਹਿਬ ਦਾ ਸੰਵਿਧਾਨ ਬਦਲਣਾ ਉਹਦੇ ਚ ਇਹ ਹੈ ਕਿ ਜਿੰਨੀਆਂ ਰਿਜ਼ਰਵੇਸ਼ਨਸ ਨੂੰ ਦੂਸੀਆਂ ਸਾਰੀਆਂ ਸੀ ਖਤਮ ਕਰ ਦੇਣੀਆਂ ਭਾਵੇਂ ਬੈਕਵਰਡ ਕਲਾਸਸ ਨੂੰ ਭਾਵੇਂ ਸ਼ਡਿਊਲ ਕਾਸਟ ਨੂੰ ਨੇ ਭਾਵੇਂ ਕੋਈ ਇਕਨੋਮਿਕਲੀ ਬੈਕਵਰਡ ਕਲਾਸਸ ਨੂੰ ਨੇ ਸੋ ਇਹ ਇੱਕ ਬੜਾ ਕਾਤਕ ਇਹ ਆਰਐਸਐਸ ਦਾ ਏਜੰਡਾ ਹੈ ਜਿਹੜੇ ਮੈਂ ਸਮਝਦਾ ਇਹ ਲੜਾਈ ਕੋਈ ਕਾਂਗਰਸ ਦੀ ਲੜਾਈ ਨਹੀਂ ਹੈ ਤੁਹਾਡੇ ਉੱਪਰ ਸੇਮ ਇਲਜ਼ਾਮ ਲਗਾ ਰਹੇ ਆ ਕਹਿੰਦੇ ਜਿਹੜਾ OBC ST ST SC ST ਜਿਹੜਾ ਵੀ ਰਿਜ਼ਰਵੇਸ਼ਨ ਇਸ ਸਮੇਂ ਹੈ ਤੁਸੀਂ ਖੋਕੇ ਦੇਖੋ ਪੰਜਾਬ ਦੇ ਵਿੱਚ ਹਿੰਦੂ ਮੁਸਲਮਾਨ ਵਾਲਾ ਜਾਂ ਹਿੰਦੂ ਸਿੱਖ ਵਾਲਾ ਇਸ਼ੂ ਨਹੀਂ ਪਰ ਕਿਉਂਕਿ ਆਪਾਂ ਕੋ ਮੰਤਰੀ ਪਦਰ ਦੇ ਉੱਤੇ ਗੱਲ ਕਰ ਰਹੇ ਹਾਂ ਇਲਜ਼ਾਮ ਇਹ ਹੈ ਕਿ ਸਾਰਾ ਕੁਝ ਤੁਸੀਂ ਰਿਜ਼ਰਵੇਸ਼ਨ ਖੋਕੇ ਤੁਸੀਂ ਮੁਸਲਮਾਨ ਕਮਿਊਨਿਟੀ ਨੂੰ ਦੇ ਦੋਗੇ ਕਿੱਥੇ ਦਿੱਤੀਏ ਕੋਈ ਦੱਸੋ ਤਾਂ ਸਹੀ ਇਹ ਤੁਸੀਂ ਸੁਪਨੇ ਤੇ ਖਾਬੋ ਤੇ ਖਿਆਲ ਦੀਆਂ ਗੱਲਾਂ ਕਰੀ ਜਾਓ ਕਿੱਥੇ ਦੱਸੋ ਤਾਂ ਸਹੀ 55 ਸਾਲ ਅਸੀਂ ਰਾਤ ਚ ਰਹੇ ਕਿੱਥੇ ਦਿੱਤੀ ਨੋਬਡੀ ਹੈਜ਼ ਇਹ ਕੱਲੀ ਜਿਹੜੇ ਡਾਕਟਰ ਪੀ ਐਮ ਰਾਓ ਮੇਦਕਰ ਸਾਹਿਬ ਨੇ ਜਿਹੜੀ ਕਨਸਟੀਟਿਊਸ਼ਨ ਚ ਰਿਜ਼ਰਵੇਸ਼ਨਸ ਦਿੱਤੀਆਂ ਨੇ ਉਹੀ ਰਿਜ਼ਰਵੇਸ਼ਨਸ ਗਈਆਂ ਨੇ on the contrary you would be surprised ਮੁਸਲਮ ਦਲਿਤ ਤੇ 크ਰਿਸਚੀਅਨ ਦਲਿਤ ਨੂੰ ਕੋਈ ਰਿਜ਼ਰਵੇਸ਼ਨ ਨਹੀਂ ਮਿਲੀ ਸਿੱਖ ਬੁੱਧ ਜੈਨ ਤੇ ਹਿੰਦੂ ਜਿਹੜੇ ਦਲਿਤ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੀ ਹੈ ਜੀ ਤੇ ਕਿਹੜੀ ਰਿਜ਼ਰਵੇਸ਼ਨ ਦੀ ਗੱਲ ਕਰਦੇ ਹੋ ਸਿንስ 75 ইয়ার্স nobody has given a single reservation ਤੁਹਾਨੂੰ ਲੱਗਦਾ ਕਿ ਜਿਹੜੇ ਮੁਸਲਮ ਦਲਿਤਾਂ ਔਰ ਜਿਹੜੇ ਕ੍ਰਿਸਚੀਅਨ ਦਲਿਤਾਂ ਉਹਨਾਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਮੈਨੂੰ ਛੱਡੋ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦਿਆਂ ਅਸੀਂ 75ਾਂ ਚੋਂ 55 ਸਾਲ ਰਹੇ ਹੁਣਾਂ ਨੂੰ ਕਿਉਂਕਿ ਉਹਦੇ ਵਿੱਚ ਫਰਕ ਹੈ ਦੇ ਡੋਨਟ ਬਲੀਵ ਇਨ ਕਾਸਟ ਸਿਸਟਮ ਮੁਸਲਮਸ ਐਂਡ ਕ੍ਰਿਸਚੀਅਨ ਸੇ ਵੀ ਆਰ ਕਾਸਟਲੈਸ ਥੈਟਸ ਵਾਈ ਉਹਨਾਂ ਦੇ ਜਿਹੜੇ ਦਲਿਤ ਨੇ ਉਹਨਾਂ ਨੂੰ ਅਜੇ ਤੱਕ ਰਿਜ਼ਰਵੇਸ਼ਨ ਨਹੀਂ ਮਿਲ ਸਕੀ ਤੋ ਇਸ ਗੱਲ ਕਰ दैट इज अ ਰਿਲੀਜੀਅਸ ਫਤਵਾ ਉਹਨਾਂ ਦਾ ਰਿਲੀਜੀਅਸ ਫਤਵਾ ਉਹਨਾਂ ਕਰ ਦੇ ਹੈਵ ਉਹਨਾਂ ਨੂੰ ਇਹ ਬੈਨੀਫਿਟ ਨਹੀਂ ਮਿਲ ਸਕਿਆ ਮੇਰਾ ਕਹਿੰਦਾ ਮਤਲਬ ਸੀ ਇਹ ਨਰਾ ਵੇਖੋ ਸਾਨੂੰ ਤੇ ਗੱਲ ਅੱਜ ਬੇਰੋਜ਼ਗਾਰੀ ਦੀ ਕੀਮਤਾਂ ਦੀ ਨੈਸ਼ਨਲ ਸਿਕਿਉਰਿਟੀ ਕਰਨ ਦੀ ਲੋੜ ਹੈ ਤੁਸੀਂ ਬੀਜੇ ਜੀ ਸਾਰੋਂ ਵੱਡੀ ਗੱਲ ਹੈ ਮੈਂ ਪੁੱਛਣਾ ਚਾਹੁੰਦਾ ਮੋਦੀ ਸਾਹਿਬ ਨੂੰ 10 ਸਾਲ ਸਾਡਾ ਟਾਰੀ ਤੇ ਵਾਗੇ ਦਾ ਬਾਰਡਰ ਕਿਉਂ ਨਹੀਂ ਖੋਲਿਆ ਸਾਨੂੰ ਜਵਾਬ ਦਿਓ ਤੁਸੀਂ ਦੋ ਬੰਦਰਗਾਵਾਂ ਦੇ ਪੰਜ ਬੜਾਲੀਆਂ ਆਪਣੇ ਸੂਬੇ ਵਿੱਚ 모ਸਟ ਵੈਲਕਮ ਬਾਕੀ ਸੂਬਿਆਂ ਚ ਬਣਾਤੀਆਂ ਕੀ ਪੰਜਾਬ ਜਿਹੜਾ ਜਿਹੜਾ ਦੇਸ਼ ਤੇ ਬਾਰਡਰਸ ਨੂੰ ਪ੍ਰੋਟੈਕਟ ਕਰਦਾ ਹੈ ਜਿਹੜੇ ਹਿੰਦੁਸਤਾਨ ਦੇ ਲੋਕਾਂ ਦੇ ਪੇਟ ਪਾਲਦਾ ਕੀ ਸਾਨੂੰ ਕੋਈ ਸੈਮੀ ਕੰਡਕਟਰ ਯੂਨਿਟ ਜਾਂ ਵੱਡੀ ਫੈਕਟਰੀ ਜਾਂ ਡਿਫੈਂਸਿਵ ਫੈਕਟਰੀ ਨਹੀਂ ਸੀ ਚਾਹੀਦੀ ਕੀ ਸਾਡਾ ਬਾਰਡਰ ਕਿਉਂ ਰੋਕਿਆ ਗਿਆ ਜੀ ਜੇ ਇਸ ਗੱਲ ਕਰ ਰੋਕਿਆ ਗਿਆ ਕਿ ਸਾਡਾ ਵਿਰੋਧੀ ਦੇਸ਼ ਹੈ ਅਗਲੇ ਪਾਸੇ ਤੇ ਸਾਰਿਆਂ ਨੂੰ ਵੱਡਾ ਸਾਡਾ ਟ੍ਰੇਡਿੰਗ ਪਾਰਟਨਰ ਕੌਣ ਹੈ ਦੁਨੀਆ ਵਿੱਚ ਅੱਜ ਹਿੰਦੁਸਤਾਨ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਚਾਈਨਾ ਹੈ ਐਂਡ ਚੀਨ ਨੇ ਪਿਛਲੇ ਸਾਲਾਂ ਦੇ ਵਿੱਚ ਅਰਨਾਚਲ ਤੋਂ ਲੈ ਕੇ ਈਵਨ ਲਦਾਖ ਤੱਕ 3000 ਸਕੁਅਰ ਕਿਲੋਮੀਟਰ ਦਾ ਕਬਜ਼ਾ ਕਰ ਲਿਆ ਈਵਨ ਲਦਾਖੀਜ਼ ਹੈਵ ਕਮ ਆਊਟ ਇਨ ਦੀ ਓਪਨ ਤੁਸੀਂ ਵੇਖਿਆ ਲਦਾਖ ਵਾਲਿਆਂ ਨੇ ਕਿੱਸਾ ਕਿਹਾ ਕਿ ਸਾਡੇ ਲੋਕਲ ਸ਼ੈਪਰਡਜ਼ ਨੂੰ ਜਿਹੜੇ ਬੱਕਰੀਆਂ ਚਾਰਦੇ ਨੇ ਉਹ ਚਾਈਨੀਜ਼ ਨੇ ਸਾਨੂੰ ਐਂਟਰ ਨਹੀਂ ਕਰਦੇ ਸਾਡੀ ਟਰੇਰੀਟਰੀ ਉੱਥੇ ਤੇ ਗੱਲ ਕੋਈ ਨਹੀਂ ਕਰਦੇ ਹਮ ਇਸ ਤੋਂ ਇਸ ਗੱਲ ਕਰਨ ਮੈਂ ਇਹ ਕਹਿੰਦਾ ਮੇਰਾ ਇਹ ਬਕਾਇਦਾ ਤੌਰ 'ਤੇ ਇਹ ਉਹਨਾਂ ਤੇ ਅਲੀਗੇਸ਼ਨ ਨੇ ਕਿ ਪੰਜਾਬ ਤੇ ਇਕਨੋਮਿਕ ਅੰਬੋਗੋ ਜਾਣਬੁੱਝ ਕੇ ਲਾਇਆ ਸਾਡਾ ਰੂਰਲ ਡਿਵੈਲਪਮੈਂਟ ਦਾ ਫੰਡ 85000 ਕਰੋੜ ਰੁਪਈਆ ਰੋਕ ਕੇ ਰੱਖਿਆ ਜੀ 70% ਦੀ ਪੰਜਾਬ ਦੇ ਜੀ ਪਿੰਡਾਂ 'ਚ ਰਹਿੰਦਾ ਸਾਡੀ ਕੋਈ ਪਿਛਲੇ ਦੋਆਂ ਸਾਲਾਂ 'ਚ ਪਿੰਡੂ ਸੜਕ ਜਿਹੜੀ ਰਿਪੇਅਰ ਨਹੀਂ ਹੋਈ ਸਾਡਾ ਕੋਈ ਸਟੇਡੀਅਮ ਰਿਪੇਅਰ ਨਹੀਂ ਹੋਇਆ ਪਿੰਡਾਂ ਦੇ ਵਿੱਚ 1 ਰੁਪਈਆ ਵੀ ਡਿਵੈਲਪਮੈਂਟ ਤੇ ਨਹੀਂ ਲੱਗਾ ਜੀ ਸਾਡੀਆਂ ਮੰਡੀਆਂ ਰਿਪੇਅਰ ਨਹੀਂ ਹੋਈਆਂ ਇਸ ਇਟ ਨਾਟ ਅ ਪਾਰਟ ਐਂਡ ਪਾਰਸਲ ਆਫ ਬਲੋਕੀ ਤੁਸੀਂ ਬੀ ਜੀ ਪੀ ਨੂੰ ਕਸੂਰਵਾਰ ਮੰਨਦੇ ਹੋ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਲੀਨ ਚਿੱਟ ਦੇ ਰਹੇ ਹੋ ਕਿ ਜੇਕਰ ਡਵੈਲਪਮੈਂਟ ਪਿੰਡਾਂ ਚ ਨਹੀਂ ਹੋਈ ਨਹੀਂ ਮੈਂ ਇਹਨਾਂ ਨੂੰ ਕਲੀਨ ਚਿੱਟ ਦਿੰਦਾ ਨਹੀਂ ਕਿਉਂਕਿ ਇਹ ਚਿੱਟੇ ਦੇ ਕਾਬਿਲ ਹੀ ਨਹੀਂ ਨਹੀਂ ਜੇ ਇਹਨਾਂ ਤੇ ਪੈਸਾ ਨਹੀਂ ਆਇਆ ਤਾਂ ਫਿਰ ਇਹਨਾਂ ਦਾ ਕੀ ਕਸੂਰ ਹੈ ਇਹ ਤਾਂ ਸਾਡੀ ਰਾਤ 6 ਵਜੇ ਤੋਂ ਬਾਅਦ ਜੋ ਇਹ ਕਰਦੇ ਨੇ ਇਹਨਾਂ ਨੂੰ ਜਿਹੜੀ ਮਰਜ਼ੀ ਚਿੱਟੇ ਦੇ ਦਿਓ ਇਹਨਾਂ ਆਪਣੇ ਆਪ ਤੇ ਖर्च ਕਰਨਾ ਇਹ ਕਰਨ ਦੇ ਕਾਬਿਲ ਹੀ ਨਹੀਂ ਹਰ ਬੰਦੇ ਦੇ ਕੋਲ ਵਸਦੀ ਖੇਡ ਹੋਣੀ ਚਾਹੀਦੀ ਨਾ ਇਹਦੇ ਤੇ ਐਜੂਕੇਸ਼ਨ ਹੈ ਭਗਵੰਤ ਦੇ ਚ ਨਾ ਇਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਲੋਕ ਦੁਖੀ ਤਜਰਬੇਕਾਰਾਂ ਤੋਂ ਆ ਚਲੋ ਮੇਰੀ ਸੁਣ ਲੋ ਜਿਹੜੀ ਮੈਂ ਗੱਲ ਕਰਨ ਲੱਗਾ ਪਹਿਲੇ ਤੇ ਆਪਾਂ ਬੀਜੇਪੀ ਨੂੰ ਪਕਤਾ ਲਈਏ ਫਿਰ ਇਹਨਾਂ ਵੱਲ ਵੀ ਆੰਦੇ ਪਹਿਲੇ ਤੋਂ ਤੁਹਾਡੇ ਹਰ ਗੱਲ ਦਾ ਜਵਾਬ ਦੇ ਦੇਣਾ ਮੈਂ ਮੈਂ ਕਾਂਗਰਸ ਤੋਂ ਹੀ ਆ ਜੰਨਾ ਫਿਰ ਆਪਾਂ ਬਾਅਦ ਦੇ ਵਿੱਚ ਆਉਣੇ ਐ ਕਾਂਗਰਸ ਨੇ ਜਿਸ ਤਰੀਕੇ ਨਾਲ ਟਿਕਟਾਂ ਦਿੱਤੀਆਂ ਇਹ ਮੰਨਿਆ ਗਿਆ ਜਾਂ ਅਸੀਂ ਵੀ ਰੋਜ਼ ਖਬਰਾਂ 'ਚੇ ਬੋਲਦੇ ਸੀ ਕਿ ਕਾਂਗਰਸ ਆਪਣੇ ਦਿਗਜ ਆਗੂਆਂ ਨੂੰ ਚੋਣਾਂ ਦੇ ਵਿੱਚ ਉਤਾਰ ਰਹੀ ਹੈ ਔਰ ਉਤਾਰਿਆ ਵੀ ਹੈ ਸਾਰੇ ਮੇਨ ਲੀਡਰਸ ਨੂੰ ਤੁਸੀਂ ਟਿਕਟਾਂ ਦਿੱਤੀਆਂ ਬਾਜਵਾ ਸਾਹਿਬ ਖੁਦ ਕਿਉਂ ਨਹੀਂ ਲੜੇ ਵੇਖੋ ਮੈਨੂੰ ਵੀ ਆਫਰ ਕੀਤੀ ਗਈ ਮੈਨੂੰ ਆਈ ਵਾਸ ਟੋਲਡ ਕੈਟੇਗੋਰਿਕਲੀ ਕਿ ਤੁਸੀਂ ਗੁਰਦਾਸਪੁਰ ਲੜਨੀ ਹੈ ਤੇ ਵੜਿੰਗ ਸਾਹਿਬ ਵੀ ਉਤਰਨਗੇ ਬੰਦਾ ਬਟ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਮੈਨੂੰ ਇਹ ਦੱਸੋ ਕਿ ਜੇ ਸਾਰੇ ਆਦਮੀ ਹੀ ਇਲੈਕਸ਼ਨ 'ਚ ਚਲੇ ਗਏ ਪਿੱਛੇ ਸਾਰੀ ਕੈਂਪੇਨ ਨੂੰ ਸਾਂਭੇਗਾ ਕੌਣ ਇਹਨੂੰ ਮੈਨੇਜ ਕੌਣ ਕਰੇਗਾ ਤੋ ਮੈਨੇਜਮੈਂਟ ਵਾਸਤੇ ਸੀਨੀਅਰ ਬੋਸ ਕਾਂਗਰਸਮੈਨ ਨੂੰ ਉਹਨਾਂ ਨੇ ਫੇਰ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਕਿ ਸਾਡੇ ਕੋਲ ਦੋ ਤਿੰਨ ਬੜੇ ਦਿਗਜ ਲੀਡਰ ਨੇ ਗੁਰਦਾਸਪੁਰ ਤੁਹਾਨੂੰ ਸੀਟ ਜਿੱਤੀ ਚਾਹੀਦੀ ਹੈ ਪ੍ਰਤਾਪ ਸਿੰਘ ਬਾਜਵਾ ਅਸ਼ੋਰੈਂਸ ਦੇ ਹੂੰ ਤੁਸੀਂ ਮੇਰੀ ਜਗ੍ਹਾ ਤੇ ਨੰਬਰ 2 ਰੰਧਾਵਾ ਸਾਹਿਬ ਨੂੰ ਲੈ ਆਓ ਉਸਾ ਤੇ ਪਰ ਰਜਿੰਦਰ ਸਿੰਘ ਬਾਜਵਾ ਨੂੰ ਲੈ ਆਓ ਅਸੀਂ ਸੀਟ ਜਿੱਤ ਕੇ ਦਾਂਗੇ ਦੈਂਡ ਅਗਰੀਡ ਕਿ ਠੀਕ ਹੈ ਵੀ ਨੀਡ ਸਮਬਡੀ ਟੂ ਲੁੱਕ ਆਫਟਰ ਦੀ ਹੋਲ ਕੈਂਪੇਨ ਇਨ ਦੀ ਹੋਲ ਸਟੇਟ ਹਾਊ ਟੂ ਮੈਨੇਜ ਕਾਂਗਰਸ ਅਫੇਅਰਸ ਹੁਣ ਕਿਸੇ ਨੂੰ ਬਣਾਉਣਾ ਪੈਂਦਾ ਕਿਸੇ ਨੂੰ ਨਾਲ ਜੋੜਨਾ ਪੈਂਦਾ ਇਹ ਰੋਜ਼ ਕੰਮ ਕਰਨਾ ਪੈਂਦਾ ਬਾਜਵਾ ਸਾਹਿਬ ਤੁਹਾਡੇ ਉੱਪਰ ਇਲਜ਼ਾਮ ਇਹ ਹੈ ਕਿ ਤੁਸੀਂ ਨਾ 27 ਵਾਸਤੇ ਟਾਰਗੇਟ ਕਰ ਰਹੇ ਹੋ ਤੁਸੀਂ ਬੜਾ ਗਰਾਊਂਡ ਕਲੀਅਰ ਕੀਤਾ ਕਿ ਰਾਜਾ ਬਣਿੰਗ ਨੂੰ ਐਮਪੀ ਬਣਾ ਕੇ ਭੇਜ ਦਿਓ ਸੁਖਜਿੰਦਰ ਸਿੰਘ ਰੰਧਾਵਾ ਨੂੰ ਭੇਜ ਦਿਓ ਸਿੱਧੂ ਨੂੰ ਕਮੈਂਟਰੀ ਕਰਨ ਲਗਾ ਦਿੱਤਾ ਬਾਜਵਾ ਦੇ ਲਈ ਪੂਰਾ ਮਤਲਬ ਅੱਗੇ ਰੋਡ ਕਲੀਅਰ ਹੈ ਮੁੱਖ ਮੰਤਰੀ ਦੀ ਕੁਰਸੀ ਵਾਲੇ ਪਾਸੇ ਜਾਣ ਦੇ ਕੋ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਸਾਰੀ ਕਲੀਅਰ ਤੇ ਗੁਰੂਮਾਰਾ ਸਾਹਿਬ ਦੇ ਹੱਥੇ ਚ ਹੁੰਦਾ ਵੱਡੇ ਤੋਂ ਵੱਡੀ ਕਲੀਅਰੈਂਸਸ ਤੋਂ ਬਾਅਦ ਅੱਜ ਜਿਹੀ ਸੀਟਾਂ ਜਤੰਗ ਤੇ 27 ਕਲੀਅਰ ਹੋਏਗਾ ਐਂਡ ਥੇਅਰ ਇਜ਼ ਨੋ ਅੰਬਰਗੋ ਜੇ ਕੋਈ ਸਤਾਈ ਚਾਣਾ ਵੀ ਚਾਹੇ ਤੇ ਐਮਪੀ ਨੂੰ ਉਸੇ ਤਰ੍ਹਾਂ ਇਸਤੀਫਾ ਦੇ ਕੇ ਅਸੈਂਬਲੀ ਲੜਾਇਆ ਜਾ ਸਕਦਾ ਇਹ ਤਾਂ ਕੋਈ ਐਹੋ ਜੀ ਗੱਲ ਹੈ ਨਹੀਂ देयर इज नो ਸੱਚ THING ਕਿ ਕੋਈ ਇਹਨਾਂ ਦੇ ਕਿਸੇ ਨੂੰ ਪੱਕੇ ਤੌਰ ਬੰਨ ਕੇ ਰੱਖ ਲਿਆ ਤੇ ਹੁਣ 27 ਤੱਕ ਵਾਪਸ ਸਮਝੋ ਇਹ 5 ਸਾਲ ਅਗਲਿਆਂ ਤੱਕ ਵਾਪਸ ਆ ਹੀ ਨਹੀਂ ਸਕਦਾ 29 ਤੱਕ ਲੇਕਨ ਕਮ ਐਨੀ ਮੈਂ ਤੁਹਾਡੇ ਅੰਦਰ ਦਾਵੇਦਾਰ ਹਾਂ ਹਾਂਜੀ ਸਿੱਧਾਪੁੱਤ ਸੀਐਮ ਦੇ ਦਾਵੇਦਾਰ ਹਾਂ ਆਪਦੀ ਪਾਰ ਮੇਰੀ ਗੱਲ ਸੁਣੋ ਜਿਹੜਾ ਸਰਪੰਚ ਹੁੰਦਾ ਉਹ ਐਮਐਲਏ ਦਾ ਦਾਵੇਦਾਰ ਹੁੰਦਾ ਹਰ ਐਮਐਲਏ ਸੀਐਮ ਦਾ ਦਾਵੇਦਾਰ ਹੁੰਦਾ ਤੁਸੀਂ ਕਿਟਾਰੇ ਚ ਪਾ ਕੇ ਮੇਰੇ ਕੋ ਝੂਠ ਬੁਲਾਣਾ ਜੀ ਕੌਣ ਨਹੀਂ ਦਾਵੇਦਾਰ ਹੁੰਦਾ ਜੀ ਵਾਟ ਇਜ਼ ਰੌਂਗ ਇਨ ਥਿਸ ਆਮ ਦ ਸੀਨੀਓਰਸਟ ਮੈਨ ਆਮ ਦ ਲੀਡਰ ਆਫ ਦ ਆਪੋਜੀਸ਼ਨ ਹੂ ਇਸ ਕਨਸਿਡਰਡ ਟੂ ਬੀ ਦ ਸ਼ੈਡੋ ਚੀਫ ਮਿਨਿਸਟਰ ਆਫ ਦ ਸਟੇਟ ਇਟਸ ਮਾਈ 6th ਟਰਮ ਵਿਜੇਦੀਪ ਮੈਂ ਸਭਨਾ ਗੁਰੂਬਾਰਸਾ ਦਾ ਬੜਾ ਮਸ਼ਹੂਰ ਆਈ ਬੀਨ ਅ ਮੈਂਬਰ ਆਫ ਦ ਪੰਜਾਬ ਵਿਧਾਨ ਸਭਾ 4 ਟਾਈਮ आई बीन अ मेंबर ऑफ द लोकसभा आई हैव बीन अ मेंबर ऑफ द राज्यसभा आई हैव बीन द पार्टी प्रेसिडेंट आई हैव बीन द यूथ कांग्रेस प्रेसिडेंट नाउ आई एम द सीएलपी लीडर एंड आई एम 67 इयर्स ऑफ एज कोई पैराशूट तो डिगे नहीं 78 तो शुरू हुए हैं और ते बादल दी कुर्सी मल के 45 दिन बडैल जेल च कटे अपने पिता दी जड़ी हुती दीती पंजाब दी एकता वास्ते तो ए परिवार नेशनलिस्ट परिवार है वो भी कुर्सी वो भी कुर्सी उस वेले मल्ली जदों तोडे प्रधान ਇੱਕ ਸਾਲ ਦੇ ਵੀ ਨਹੀਂ ਸੀਗੇ ਨਹੀਂ ਚਲੋ ਜਿਹੜਾ ਜ਼ਿਕਰ ਤੁਸੀਂ ਪਿਛਲੇ ਦਿਨ ਕੀਤਾ ਉਹਦੀ ਬੜੀ ਚਰਚਾ ਹੋਈ ਉਹ ਮੈਂ ਬਜ਼ਾਕੀ ਆ ਤਾਂ ਗੱਲ ਕੀਤੀ ਇੱਕ ਸਟੇਜ ਤੋਂ ਗੱਲ ਚੱਲ ਰਹੀ ਸੀ ਤੇ ਮੈਂ ਕਿਹਾ ਕੱਲੀ ਕਾਂਗਰਸ ਇਹ ਜਿਹੜੀ ਨੌਜਵਾਨ ਨੌਜਵਾਨਾਂ ਨੂੰ ਵੀ ਇਹੋ ਜਿਹੀ ਪੋਜੀਸ਼ਨ ਦੇ ਸਕਦੀ ਹੈ ਮੈਂ ਉਹ ਤੋਂ ਗੱਲ ਕੀਤੀ ਸੀ ਕਿ 1978 ਅਗਸਟ ਦੇ ਵਿੱਚ ਮੈਂ 45 ਦਿਨ ਜੇਲ੍ਹ ਰਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੈਕਟਰੀਅਟ ਚੀਫ ਮਿਨਿਸਟਰ ਦੇ ਦਫ਼ਤਰ ਨੂੰ ਭੰਨ ਕੇ ਉਹਨਾਂ ਦੀ ਕੁਰਸੀ ਤੇ ਕਬਜ਼ਾ ਕਰ ਲਿਆ ਤੇ ਉਦੋਂ ਰਾਜਾ ਵੜਿੰਗ ਜੀ ਜਿਹੜੇ ਨੇ ਇਹਨਾਂ ਦਾ ਜਨਮ ਹੋਇਆ ਨਵੰਬਰ 1977 ਦਾ 9 ਮਹੀਨਿਆਂ ਦੇ ਸੀ ਤੋਂ ਮੈਂ ਇਹ ਜ਼ਿਕਰ ਕੀਤਾ ਸੀ ਕਿ ਅਸੀਂ ਜੇਲ੍ਹ ਵਿੱਚ ਸੀ ਇਹਨਾਂ ਦਾ ਜਨਮ ਹੋਇਆ ਸੀ ਇਹ 9 ਮਹੀਨਿਆਂ ਦੇ ਅਸੀਂ ਵੇਖੋ ਇੱਕ ਨੌਜਵਾਨ ਸਾਡੇ ਤੋਂ ਕਦੋਂ ਦਾ ਸ਼ੁਰੂ ਹੋਇਆ ਅੱਜ ਸਾਡਾ ਪ੍ਰਧਾਨ ਬਣ ਗਿਆ ਸੋ ਇਨ that context ਮੈਂ ਇੱਕ ਹੋਰ ਨੌਜਵਾਨ ਦੀ ਗੱਲ ਕਰ ਲਵਾਂ ਮੈਂ ਜਿਹੜੀ ਸੀਟਾਂ ਵਾਲੀ ਗਰਾਊਂਡ ਕਲੀਅਰ ਹੋਣ ਵਾਲੀ ਗੱਲ ਸੀ ਮੈਂ ਬਿਲਕੁਲ ਐਗਜ਼ੈਕਟਲੀ ਸ਼ਬਦ ਦਾ ਇਸਤੇਮਾਲ ਕਰੂੰਗਾ ਰਮਨੀਤ ਬਿੱਟੂ ਕਹਿੰਦੇ ਕਿ ਰਾਜਾ ਵੜਿੰਗ ਨੂੰ ਸਮਝ ਨਹੀਂ ਆ ਰਹੇ ਉਹਨਾਂ ਨੇ ਸ਼ਬਦ ਦਾ ਇਸਤੇਮਾਲ ਕੀਤਾ ਕਹਿੰਦੇ ਪ੍ਰਤਾਪ ਬਾਜਵਾ ਬਹੁਤ ਸ਼ੈਤਾਨ ਨੇ ਦੇਖੋ ਸੁਖੀਰੰਧਾਵਾ ਨੂੰ ਭੇਜਦਾ ਕਿ ਜਾਓ ਗੁਰਦਾਸਪੁਰ ਲੜੋ ਤੇ ਰਾਜਾ ਬਣੀ ਨੂੰ ਕਹਿੰਦਾ ਕਿ ਠੀਕ ਹੈ ਇੱਧਰ ਆ ਕੇ ਲੁਧਿਆਣਾ ਲੜ ਕਿ ਜੇ ਜਿੱਤ ਗਿਆ ਤਾਂ ਵੀ ਗੱਲ ਕਲੀਅਰ ਹੈ ਜੇ ਹਾਰ ਗਿਆ ਪ੍ਰਧਾਨ ਦੀ ਕੁਰਸੀ ਦੇ ਉੱਤੇ ਰਹਿਦਾ ਹੋਇਆ ਤਾਂ ਵੀ ਉਹਨਾਂ ਦੇ ਲਈ ਗੱਲ ਕਲੀਅਰ ਹੈ ਦੇਖੋ ਇਸ ਤਰ੍ਹਾਂ ਪਹਿਲੀ ਗੱਲ ਤੇ ਮੈਨੂੰ ਬਿੱਟੂ ਜੀ ਅੰਕਲ ਕਹਿੰਦੇ ਰਹੇ ਹੁਣ ਮੈਂ ਉਹਦਾ ਅੰਕਲ ਹਾਂ ਮੇਰਾ ਭਤੀਜਾ ਉਨੇ ਅੰਕਲ ਨੂੰ ਚੈਲੰਜ ਕੀਤਾ ਕਿ ਤੁਸੀਂ ਆ ਕੇ ਮੇਰੇ ਮੁਕਾਬਲੇ ਚ ਖਲੋ ਉਹਨੂੰ ਪਤਾ ਸੀ ਕਿ ਅੰਕਲ ਨੇ ਇਲੈਕਸ਼ਨ ਪਾਰਲੀਮੈਂਟ ਦੀ ਨਹੀਂ ਲੜਨੀ ਮੈਂ ਆਲਰੇਡੀ ਇਹ ਵਚਨ ਦੇ ਬੀਟਾ ਸੀ ਮੈਂ ਸਮੁੱਚੇ ਪੰਜਾਬ ਨੂੰ ਆਪਣੇ ਵਿਜੀਜੀਤ ਅਸੈਂਬਲੀ ਲੜਿਆ ਮੈਂ ਵਚਨ ਦਿੱਤਾ ਹੈ ਕਿ ਜ਼ਿੰਦਗੀ ਦੇ ਅਖੀਰਲੇ ਸਾਲ ਮੈਂ ਪੰਜਾਬ ਚ ਲੜਾਂਗਾ ਆਈ ਐਮ ਨਾਟ ਗੋਇੰਗ ਬੈਕ ਟੂ ਪਾਰਲੀਮੈਂਟ ਇਹ ਨੰਬਰ 1 ਨੰਬਰ 2 ਉਹਨਰ ਮੈਂ ਗੱਲ ਕਹੀ ਸੀ ਇੱਕ ਪੁਰਾਣੀ ਪ੍ਰਚਲਿਤ ਕਹਾਣੀ ਸੀ ਕਿ ਜਦੋਂ ਕੋਈ ਬਾੜਾ ਮੋਟਾ ਪਹਿਲਵਾਨ ਉੱਠਦਾ ਸੀ ਨਾ ਅਖਾੜੇ ਵਾਲਾ ਤੋ ਕਹਿੰਦਾ ਸੀ ਦਾਰਾ ਸਿੰਘ ਨਾ ਮੇਰਾ ਘੋਲ ਕਰਾਓ ਜੀ ਜਦੋਂ ਉਹ ਖਾੜਿਆਂ ਦੀ ਲੜਾਈ ਚੱਲਦੀ ਸੀ ਤੇ ਦਾਰਾ ਸਿੰਘ ਕਹਿੰਦਾ ਕਾਕਾ ਪਹਿਲੇ ਰੰਦਾਵਾ ਉਹਦੇ ਛੋਟੇ ਭਰਾ ਦਾ ਨਾਂ ਰੰਦਾ ਵੈ ਸਾਬ ਸੁਖਜਿੰਦਰ ਸਿੰਘ ਰੰਦਾਵਾ ਦੀ ਗੱਲ ਨਹੀਂ ਮੈਂ ਕਰਦਾ ਉਹਨਾਂ ਦਾ ਛੋਟਾ ਉਹਨਾਂ ਦੀ ਜ਼ਾਤ ਰੰਦਾਵਾ ਸੀ ਤੇ ਉਹ ਛੋਟਾ ਬ੍ਰਦਰ ਵੀ ਐਕਟਰ ਸੀ ਉਹਨੂੰ ਰੰਦਾਵਾ ਕਹਿੰਦੋ ਕਹਿੰਦੇ ਪਹਿਲੇ ਰੰਦਾਵੇ ਨਾ ਘੁੱਟ ਲੈ ਦਿਓ ਜੇ ਉਹਨੂੰ ਢਾਲੇਗਾ ਤਾਂ ਫਿਰ ਮੇਰੇ ਸਾਹਮਣੇ ਆਈ ਮੈਂ ਉਹਨੂੰ ਕਿਹਾ ਸੀ ਮੈਂ ਇੱਕ ਰੰਦਾਵਾ ਕੱਲਾਂਗਾ ਪਹਿਲੇ ਉਹਨੂੰ ਢਾੜੀ ਕਾਕਾ ਫਿਰ ਮੇਰੇ ਨਾਲ ਤੁਸੀਂ ਰਹਿੰਦਾ ਪੰਜਾਬ ਕਾਂਗਰਸ ਦੇ ਦਾਰਾ ਸਿੰਘ ਕਾਂਗਰਸ ਦੇ ਦਾਰਾ ਸਿੰਘ ਚਲੋ ਇਹ ਤੁਸੀਂ ਜੋ ਮਰਜ਼ੀ ਸਮਝ ਲਓ ਉਮਰ ਦੇ ਹਿਸਾਬ ਨਾਲ ਤੇ ਦਾਰਾ ਸਿੰਘ ਹੀ ਹੈ ਜੀ ਤਜਰਬੇ ਦੇ ਹਿਸਾਬ ਨਾਲ ਦਾਰਾ ਸਿੰਘ ਬਾਕੀ ਪ੍ਰਮਾਤਮਾ ਤੱਕ ਛੱਡਿਆ ਤੇ ਪੰਜਾਬ ਦੇ ਲੋਕਾਂ ਤੱਕ ਛੱਡਿਆ ਮੈਂ ਥੋੜਾ ਜਿਹਾ ਮੈਨੀਫੈਸਟੋ ਵਾਲੇ ਮੇਰਾ ਇੱਕ ਸਵਾਲ ਰਹਿ ਗਿਆ ਸੀ ਤੁਸੀਂ ਕਿਸਾਨਾਂ ਨੂੰ ਲੈ ਕੇ ਬਹੁਤ ਗੱਲਾਂ ਕਰ ਦਿੱਤੀਆਂ ਪਰ ਲੋਕ ਇਹ ਵੀ ਸਮਝਣਾ ਤੇ ਕਿਸਾਨ ਇਨਫੈਕਟ ਜਾਨਣਾ ਚਾਹੁੰਦੇ ਆ ਕਿ ਤੁਸੀਂ 2004 ਤੋਂ 14 ਤੱਕ ਸੱਤਾ ਦੇ ਵਿੱਚ ਸੀ ਸੈਂਟਰ 'ਚ ਜਿਹੜੀਆਂ ਤੁਸੀਂ ਅੱਜ ਗੱਲਾਂ ਕਰ ਰਹੇ ਹੋ ਉਸ ਸਮੇਂ ਹੋ ਸਕਦੀਆਂ ਸੀ ਤੁਸੀਂ 2017 ਤੋਂ ਲੈ ਕੇ 22 ਤੱਕ ਪੰਜਾਬ ਦੀ ਗਵਰਨਮੈਂਟ ਦੇ ਵਿੱਚ ਸੀ ਜਦੋਂ ਸੱਤਾ ਸੀ ਤਾਂ ਉਸ ਸਮੇ ਹੋ ਸਕਦੀਆਂ ਸੀ ਸੱਤਾ ਤੋਂ ਬਾਹਰ ਬੈਠ ਕੇ ਗੱਲ ਕਰਨੀ ਵਾਅਦੇ ਕਰਨੇ ਬਹੁਤ ਆਸਾਨ ਨੇ ਜਦੋਂ ਸੱਤਾ ਮਿਲ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਦੁਨੀਆ ਬਦਲ ਜਾਂਦੀ ਹੈ ਇਹ ਇਹ ਇਲਜ਼ਾਮ ਲੱਗਦੇ ਨੇ ਕਿ ਜਦੋਂ 4 ਤੋਂ 14 ਤੱਕ ਸੀ ਤਾਂ ਤੁਸੀਂ ਉਦੋਂ ਐਮਐਸਪੀ ਨੂੰ ਲੀਗਲ ਗਾਰੰਟੀ ਕਿਉਂ ਨਹੀਂ ਦਿੱਤਾ ਇਹ ਮੇਰੀ ਇੱਕ ਗੁਜ਼ਾਰਿਸ਼ ਸੁਣ ਲੋ ਇਹ ਡਾਕਟਰ ਮਨਮੋਨ ਸਿੰਘ ਦੀ ਗਵਰਨਮੈਂਟ ਨੇ ਹੀ ਡਾਕਟਰ ਸੁਆਮੀ ਨਾਥਨ ਜੀ ਦੀ ਕਮਿਸ਼ਨ ਬਿਠਾਈ ਸੀ ਬਿਲਕੁਲ ਜਦੋਂ ਸਾਡੀ ਗਵਰਨਮੈਂਟ ਅਖੀਰਲੇ 6 ਮਹੀਨਿਆਂ ਚ ਰਹਿ ਗਈ ਸੀ ਉਦੋਂ ਇਹਦੀ ਰਿਪੋਰਟ ਆਈ ਸੀ ਹਾਂ ਉਹਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਣਾ ਚਾਹਨਾ ਜੀ ਇੱਕ ਵਾਰ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਤੇ 70 ਹਜ਼ਾਰ ਕਰੋੜ ਦਾ ਡਾਕਟਰ ਮਰਮੋਨ ਸਿੰਘ ਨੇ ਕੀਤਾ 5000 ਕਰੋੜ ਦਾ ਕਾਂਗਰਸ ਦੀ ਪਿਛਲੀ ਗਰਮਨੇ ਕੋਆਪਰੇਟਿਵ ਲੋਨ ਮਾਫ ਕੀਤੇ ਵੀ ਡਿਡ ਨਾਟ ਹੈਵ ਦੀ ਪ੍ਰੋਪਰ ਟਾਈਮ ਕਿਉਂਕਿ ਇਹਦੇ ਵਾਸਤੇ 13 14 ਲੱਖ ਕਰੋੜ ਰੁਪਈਆ ਚਾਹੀਦਾ 23 ਫਸਲਾਂ ਨੂੰ ਖਰੀਦਣ ਵਾਸਤੇ ਸੋ ਇਨ ਦੀ ਲਾਸਟ ਮੂਮੈਂਟ ਜਦੋਂ ਇਲੈਕਸ਼ਨ 6 ਮਹੀਨੇ ਰਹਿ ਗਏ ਨੇ ਸਮੋ ਇਟ ਸਲਿਪਟ ਉਸ ਦੀ ਸਲਿਪ ਕਰਨੀ ਅੱਜ ਅਸੀਂ ਬਾਹਰ ਬੈਠੇ ਹਾਂ ਹੂੰ ਉਹ ਅੱਜ ਅਸੀਂ ਬਾਹਰ ਬੈਠੇ ਆ ਤਾਂ ਉਹ ਹੁਣ મોદી ਸਾਹਿਬ ਦੇ ਗਵਰਨਮੈਂਟ ਦੇ ਵਿੱਚ ਹੀ ਨੇ ਨਾ ਹੀ ਕੁਡ ਹੈਵ ਈਜ਼ਲੀ ਪ੍ਰੋਮਿਸਡ ਅੱਜ ਦੇ ਦਿਨ ਤੱਕ ਉਹਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਅਸੀਂ ਸ਼ਬਦ ਬੋਲਿਆ ਗਾਰੰਟੀ ਦਿੱਤੀ ਐਂਡ ਵੀ ਵਿਲ ਸਟੈਂਡ ਬਾਈ 댓 ਗਾਰੰਟੀ ਤੇ ਗਾਰੰਟੀ ਵੀ ਆਮ ਆਦਮੀ ਪਾਰਟੀ ਕਹਿੰਦੀ ਐ ਅਸੀਂ ਗਾਰੰਟੀਆਂ ਦੇਣੀਆਂ ਸ਼ੁਰੂ ਕਰ ਦਿੰਗੇ ਤੁਹਾਨੂੰ ਫਿਰ ਗਾਰੰਟੀ ਯਾਦ ਆ ਗਿਆ ਮੋਦੀ ਜੀ ਵੀ ਗਾਰੰਟੀ ਦਾ ਜ਼ਿਕਰ ਕਰ ਰਹੇ ਆ ਕਾਂਗਰਸ ਵੀ ਇਸ ਤਰੀਕੇ ਨਾਲ ਜ਼ਿਕਰ ਕਰ ਰਹੀ ਹੈ ਕਹਿੰਦੇ ਸਭ ਉੱਥੋਂ ਹੀ ਲੈ ਰਹੇ ਆ ਅਸੀਂ ਬਦਲ ਕੇ ਰੱਖਤੀ ਸਿਆਸਤ ਚਲੋ ਇਹਨਾਂ ਦੀ ਗਾਰੰਟੀ ਤੇ ਵਿਚਾਰਿਆਂ ਦੀ ਜੇਲ੍ਹ ਜਾਣ ਦੀ ਹੈ ਇਨਾਂ ਦੀ ਤੇ ਗਰੰਟੀ ਜਿਹੜੀ ਉਹ ਪੂਰੀ ਅੰਦਰ ਹੋ ਹੀ ਰਹੀ ਹੈ ਤੇ ਇਥੋਂ ਵਾਲੀ ਵੀ ਗਰੰਟੀ ਮੇਰੇ ਖੇਲ ਭਾਰ ਚੀਮੇ ਵਾਲੀ ਹੋ ਸਕਦਾ 15 ਰੁਪਿਆ ਦੇਣਾ ਚ ਉਹ ਵੀ ਪੂਰੀ ਹੋ ਜੇ ਸੋ ਇਹਨਾਂ ਦੀਆਂ ਗਰੰਟੀਆਂ ਤੇ ਇਹੋ ਜਿਹੀਆਂ ਹੀ ਨੇ ਜੀ ਇਹ ਤੇ ਐਬਰੇਸ਼ਨ ਇੱਕ ਵਾਰ ਪੋਲਿਟਿਕਲ ਪੁਰਾਣੀਆਂ ਪਾਰਟੀਆਂ ਤੋਂ ਲੋਕ ਦੁਖੀ ਹੋ ਕੇ ਉਹਨਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਇਹ ਚਾਈਨੀਜ਼ ਗੁੱਡਸ ਵਰਗਾ ਸਾਬਤ ਹੋਏ ਨੇ ਜਦੋਂ ਆਪਾਂ ਆਨਲਾਈਨ ਚੀਜ਼ਾਂ ਪਰਚੇਜ਼ ਕਰੀਦੀਆਂ ਫੋਟੋ ਵਿੱਚ ਕੁਝ ਲੱਗਦੀਆਂ ਜਦੋਂ ਮਾਲ ਆ ਜਾਂਦਾ ਲੱਭੀਦਾ ਕਿ ਯਾਰ ਇਹ ਤਾਂ ਚੀਜ਼ ਹੀ ਹੋਰ ਨਿਕਲੀ ਇਹ ਆਨਲਾਈਨ ਪਰਚੇਜ਼ ਹੋਈ ਹੈ ਚਾਈਨੈਸ ਮਟੀਰੀਅਲ ਹੈ ਇੱਥੇ ਆ ਕੇ ਟੋਟਲ ਫੇਲ ਹੋ ਰਿਹਾ ਨਾ ਇਹਨਾਂ ਦੀ ਕੋਈ ਗਾਰੰਟੀ ਹੈ ਨਾ ਇਹ ਚੱਲਦੀ ਹੈ ਪੰਜਵੇਂ ਸੱਤਵੇਂ ਦਿਨ ਇਹਨਾਂ ਦਾ ਪਟਾਕਾ ਪੈ ਜਾਂਦਾ ਨਾ ਕਿਤੇ ਵਿਕਦੀ ਹੈ ਜੀ ਨਾ ਤੁਸੀਂ ਕਿਸੇ ਨੂੰ ਕੁਝ ਕਹਿ ਸਕਦੇ ਕੋਈ ਆਨਲਾਈਨ ਤੁਸੀਂ ਆਪ ਹੀ ਬੁੱਕ ਕਰਾਈ ਹੁੰਦੀ ਸੀ ਸੇ ਆਨਲਾਈਨ ਬੁਕਿੰਗ ਚਾਹੀਦੀ ਨਹੀਂ ਤੋ ਇਸ ਚੀਜ਼ ਨੂੰ ਲੈ ਕੇ ਤੁਹਾਡੇ ਤੇ ਸਭ ਤੋਂ ਜ਼ਿਆਦਾ ਸੀਐਮ ਭਗਵੰਤ ਮਾਨ ਕਹਿੰਦੇ ਐ ਵੀ ਪ੍ਰਤਾਪ ਸਿੰਘ ਬਾਜਵਾ ਜਾਨਬੁੱਝ ਕੇ ਇਹੋ ਜਿਹੇ ਸ਼ਬਦ ਯੂਜ਼ ਕਰਦੇ ਆ ਕਿ ਜਲੀਲ ਕਰਦੇ ਆ ਉਹ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਦੇ ਸਮਾਨ ਕਹਿੰਦੇ ਆ ਕਦੇ ਮਟੀਰੀਅਲ ਦੱਸਦੇ ਆ ਹੁਣ ਤੁਸੀਂ ਕਹੀ ਜਾਂਦੇ ਹੋ ਵੀ ਆਨਲਾਈਨ ਪਰਚੇਜ਼ ਹੋਈ ਐ ਮਤਲਬ ਇਹ ਕਿਉਂ ਕਿ ਤੁਹਾਨੂੰ ਕੋਈ ਨਫ਼ਰਤ ਐ ਆਮ ਆਦਮੀ ਪਾਰਟੀ ਨਹੀਂ ਨਹੀਂ ਮੈਨੂੰ ਤਾਂ ਪਿਆਰ ਹੀ ਬੜਾ ਇਹਦੇ ਨਾਲ ਭਗਵੰਤ ਨਾਲ ਜੀ ਮੈਨੂੰ ਤਾਂ ਇਹਦੇ ਨਾਲ ਪਿਆਰ ਹੀ ਬੜਾ ਐ ਇਹਦੇ ਨਾਲ ਚੰਗਾ ਪ੍ਰਾਈਮ ਚੀਫ ਮਿਨਿਸਟਰ ਕਿਸੇ ਨੂੰ ਕੀ ਮਿਲ ਸਕਦਾ ਜਿਹੜਾ 6 ਵਜੇ ਤੋਂ ਬਾਅਦ ਕਿਸੇ ਨੂੰ ਪਰੇਸ਼ਾਨੀ ਨਹੀਂ ਕਰਦਾ 6 ਵਜੇ ਦੇ ਦਰਵਾਜ਼ੇ ਬੰਦ ਹੋ ਜਾਂਦੇ ਅੰਦਰ ਭੰਗੜਾ ਸ਼ੁਰੂ ਹੋ ਜਾਂਦਾ ਇੱਕ ਸਪੈਸ਼ਲ ਦਵਾਈ ਜਿਹੜੀ ਹੈ ਉਹ ਸਿੱਧੀ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ ਲੋਕ ਆਰਾਮ ਨਾਲ ਸੌ ਜਾਂਦੇ ਵੇਖੋ ਅਫਸਰਾਂ ਨੇ ਸਾਰਾ ਮੈਨੂੰ ਕਿਹਾ ਕਿ ਸਰਦਾਰ ਜੀ ਸਾਰਨੋਂ ਜੇ ਕੋਈ ਚੰਗਾ ਮੁੱਖ ਮੰਤਰੀ ਮਿਲਿਆ ਤੇ ਇਹ ਮਿਲਿਆ 6-6 ਮਹੀਨੇ ਫਾਈਲ ਹੀ ਕਲੀਅਰ ਨਹੀਂ ਕਰਦਾ ਕਿਸੇ ਸਰਕਾਰੀ ਮੁਲਾਜ਼ਮ ਨੂੰ ਤਨਖਾਹ ਨਹੀਂ ਮਿਲਦੀ ਉਹ ਕਹਿੰਦੇ ਇਹਦੇ ਨਾਲ ਚੰਗਾ ਬੰਦਾ ਹੋਰ ਤੁਹਾਨੂੰ ਕਿਹੜਾ ਮਿਲ ਜਾਣਾ ਜਿਹਨੇ 6 ਵਜੇ ਤੋਂ ਬਦੀ ਕਦੀ ਬੋਲੀ ਨਹੀਂ ਕੀਤੀ ਕਿਸੇ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਬਾਰੇ ਇਹ ਪ੍ਰਚਲਿਤ ਸੀ ਕਿ ਉਹ ਕਿਸੇ ਨੂੰ ਮਿਲਦਾ ਹੀ ਨਹੀਂ ਉਹ ਉਹ ਉਹਨਾਂ ਤੱਕ ਅਪਰੋਚ ਕਰਨੀ ਬਹੁਤ ਔਖੀ ਹੈ ਔਰ ਉੱਥੇ ਅਫਸਰ ਹੀ ਆਪਣੇ ਤਰੀਕੇ ਨਾਲ ਸਰਕਾਰ ਚਲਾਉਂਦੇ ਸੀ ਤੁਸੀਂ ਇਹ ਚੀਜ਼ਾਂ ਦੇਖੀਆਂ ਵੀ ਹੋਣਗੀਆਂ ਸੋ ਉਹਦੇ ਤੁਹਾਨੂੰ ਕੀ ਲੱਗਦਾ ਕੋਈ ਫਰਕ ਨਹੀਂ ਵੇਖੋ ਅਮਰਿੰਦਰ ਸਿੰਘ ਤੇ 2.5 ਸੌ ਸਾਲ ਪਹਿਲੇ ਉਹਨਾਂ ਦਾ ਤੇ ਇੱਕ ਰਾਜਕਰਾਨਾ ਸੀ ਪਟਿਆਲੇ ਦੀ रियासत ਬਣੀ ਸੀ ਇਹ ਜਿਹੜੇ ਨਵੇਂ ਆਏ ਨੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਸੱਥਾਂ ਵਿੱਚੋਂ ਚੱਲਾਂਗੇ ਅਸੀਂ ਕੋਈ ਸਕਿਉਰਟੀ ਨਹੀਂ ਰੱਖਾਂ ਸਕਿਉਰਟੀ ਚਾਹੀਦੀ ਤੇ ਪੋਲਟਰੀ ਫਾਰਮ ਖੋਲੋ ਅਸੀਂ ਦੋ-ਦੋ ਦੇ ਕਮਰਿਆਂ 'ਚ ਰੁਕਾਂਗੇ ਅਮਰਿੰਦਰ ਸਿੰਘ ਉਹ ਦੋ ਘਰ ਸੀ ਇਹਨਾਂ ਕੋ ਪੰਜ ਨੇ ਅਮਰਿੰਦਰ ਸਿੰਘ ਨਾਲ 122 ਗੱਡੀਆਂ ਕਾਫਲੇ ਚੱਲਦੀਆਂ ਇਹਨਾਂ ਨੇ 142 ਚੱਲਦੀਆਂ ਇਹਨਾਂ ਕੋ 1100 ਬੰਦਾ ਸਕਿਉਰਟੀ ਦਾ ਚਾਰ ਮੈਂਬਰਾਂ ਕੋਲ ਸਾਬ ਭਗਵੰਤ ਸਿੰਘ ਮਾਂ ਉਹਨਾਂ ਦੀ ਵਾਈਫ ਉਹਨਾਂ ਦੇ ਮਦਰ ਤੇ ਸਿਸਟਰ ਕੋ 1100 ਬੰਦਾ ਪ੍ਰੋਟੈਕਟ ਕਰ ਰਿਹਾ ਅੱਜ ਸਮੁੱਚੇ ਮੁਹੱਲੇ ਨੂੰ ਸਾਰੇ ਜ਼ਿਲ੍ਹੇ ਨੂੰ 1200 ਬੰਦਾ ਪ੍ਰੋਟੈਕਟ ਕਰ ਰਿਹਾ 25 ਲੱਖ ਦੀ ਆਬਾਦੀ ਚਾਰ ਬੰਦਿਆਂ ਨੂੰ ਪ੍ਰੋਟੈਕਸ਼ਨ ਵਾਸਤੇ 1100 ਬੰਦਾ 25 ਲੱਖ ਬੰਦਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ 1200 ਬੰਦਾ ਫਿਰ ਇਹ ਬਹਾਰਾਜ ਸਤੌਜ ਵਾਲੇ ਸਾਰੇ ਸ਼ੌਕ ਰੱਖਦੇ ਉਹਨਾਂ ਕੋਲ ਤੇ ਪੁਰਾਣੀ ਰਿਆਸਤ ਸੀ ਉਹ ਮਿਲਦੇ ਕਿਸੇ ਨੂੰ ਇਹਨਾਂ ਦਾ ਪੁੱਛ ਕੇ ਵੇਖੋ ਇਹਨਾਂ ਨੂੰ ਕੋਈ 6-6 ਮਹੀਨੇ ਇਹਨਾਂ ਦਾ ਐਮਐਲਏ ਕੋਈ ਮਿਨਿਸਟਰ ਕਦੀ ਮਿਲਿਆ ਹੀ ਨਹੀਂ ਜੀ ਇਹ ਕੁਮਰਵੇਜੇ ਪ੍ਰਤਾਪ ਨੂੰ ਹੀ ਪੁੱਛ ਲੋ ਕਦੋਂ ਦੀ ਮੀਟਿੰਗ ਹੋਈ ਇਹਨਾਂ ਨਾਲ ਉਹਨੇ ਮੈਨੂੰ ਆਪ ਦੱਸਿਆ ਕਿ ਬਾਦਸ਼ਾਹ 2 ਸਾਲ ਹੋ ਗਏ ਮੈਨੂੰ ਟਾਈਮ ਮੰਗੇ ਤੇ ਮੈਨੂੰ ਡਿਪਟੀ ਚੀਫ ਮਿਨਿਸਟਰ ਦਾ ਵਾਅਦਾ ਕੀਤਾ ਕੇਜਰੀਵਾਲ ਸਾਹਿਬ ਨੇ ਕਦੀ ਮੈਨੂੰ ਟਾਈਮ ਨਹੀਂ ਦਿੱਤਾ ਅਸੈਂਬਲੀਜ਼ ਨਹੀਂ ਕਦੀ ਦਿੱਤਾ ਘਰ ਕਦੀ ਮੁਲਾਕਾਤ ਦਾ ਟਾਈਮ ਨਹੀਂ ਦਿੱਤਾ ਤੋ ਇਹ ਮੈਂ ਤੁਹਾਨੂੰ ਜਿਹੜੀ ਅਸਲ ਪਿਕਚਰ ਜੋ ਤੁਹਾਡੇ ਸਾਹਮਣੇ ਮੈਂ ਤੁਹਾਡੀ ਪਾਰਟੀ ਵਾਲੇ ਪਾਸੇ ਆਵਾਂ ਤੁਸੀਂ ਕਹਿੰਿਆ ਕਿ ਮੇਰਾ ਤਾਂ ਭਗਵੰਤ ਮਾਨ ਦੇ ਨਾਲ ਪਿਆਰ ਹੀ ਬਹੁਤ ਹੈ ਪਰ ਭਗਵੰਤ ਮਾਨ ਕਹਿੰਦੇ ਆ ਤੁਹਾਡਾ ਬੀਜੇਪੀ ਨਾਲ ਪਿਆਰ ਬਹੁਤ ਹੈ ਉਹ ਤੁਹਾਡੇ ਨਾਮ ਨੂੰ ਵੀ ਥੋੜਾ ਜਿਹਾ ਅੱਗੇ ਪਿੱਛੇ ਕਰਕੇ ਬੋਲਦੇ ਨੇ ਪ੍ਰਤਾਪ ਸਿੰਘ ਬਾਜਪਾ ਦੀ ਥਾਂ ਪ੍ਰਤਾਪ ਸਿੰਘ ਭਾਜਪਾ ਤੁਸੀਂ ਬਹੁਤ ਵਾਰੀ ਸੁਣਿਆ ਹੋਣਾ ਕਹਿੰਦੇ ਤੁਹਾਡਾ ਤਾਂ ਬੀਜੇਪੀ ਨਾਲ ਪਿਆਰ ਬਹੁਤ ਤੁਸੀਂ ਇਸ ਤਰ੍ਹਾਂ ਇਹ ਜੋ ਮਰਜ਼ੀ ਕਹਿੰਦੇ ਰਹਿਣ ਵੇਖੋ ਅੱਜ ਜੇ ਸਾਰਨ ਵੱਧ ਕੋਈ ਬੀਜੇਪੀ ਨੂੰ ਕਟਹਿਰੇ 'ਚ ਖੜਾ ਕਰਕੇ ਤੇ ਉਹਨਾਂ ਨੂੰ ਅਕਿਊਜ਼ ਕਰ ਰਿਹਾ ਤੇ ਕੌਣ ਕਰ ਰਿਹਾ ਜੇ ਕੋਈ ਲੜਾਈ ਲੜ ਰਿਹਾ ਤੇ ਕੌਣ ਕਰ ਰਿਹਾ ਇਹ ਗੱਲ ਕਹਿਣ ਤੋਂ ਇਲਾਵਾ ਕੋਈ ਹੋਰ ਤੇ ਨੁਕਸ ਪ੍ਰਤਾਪ ਸਿੰਘ ਬਾਜਵੇ ਦਾ ਐਜੂਕੇਸ਼ਨ ਦਾ ਕੱਢ ਸਕਦੇ ਨੇ ਨਾ ਕਾਬਲੀਅਤ ਦਾ ਕਰ ਸਕਦੇ ਨੇ ਨਾ ਐਕਸਪੀਰੀਅੰਸ ਦਾ ਕੱਢ ਸਕਦੇ ਨੇ ਨਾ ਕੋਈ ਓਨੈਸਟੀ ਦਾ ਕੱਢ ਸਕਦੇ ਨੇ ਹੁਣ ਚੀਜ਼ ਇਹੀ ਰਹਿ ਗਈ ਭਾਜਪਾ ਨਾ ਬਦ ਦਸੋ ਸਟੈਂਪ ਤੇ ਅਸਲ ਚ ਹੈ ਵੇਖੋ ਤੁਸੀਂ ਹੈਰਾਨ ਹੋਵੋਗੇ ਕਿਉਂ ਮਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਬਿਆਨ ਦਿੱਤਾ ਕੇਜਰੀਵਾਲ ਸਾਹਿਬ ਨੂੰ ਟਵੀਟ ਕੀਤਾ ਕੇਜਰੀਵਾਲ ਸਾਹਿਬ ਜਿਨ੍ਹਾਂ ਨੂੰ ਤੁਸੀਂ ਅਹਿਮ ਪੋਜੀਸ਼ਨਾਂ ਦਿੱਤੀਆਂ ਜਿੱਦ ਦਿਨ ਤੁਸੀਂ ਗ੍ਰਿਫਤਾਰ ਹੋਏ ਉਸ ਵੱਡੀ ਸ਼ਖਸੀਅਤ ਦੇ ਘਰ ਸਾਰੀ ਰਾਤ ਭੰਗੜਾ ਪੈਂਦਾ ਰਿਹਾ ਤੇ ਭਾਜਪੀ ਦਾ ਰਲਿਆ ਪ੍ਰਤਾਪ ਸਿੰਘ ਬਾਜਵਾ ਕਿ ਭਗਵਨ ਸਿੰਘ ਮਾਨ ਇਹ ਤੇ ਜਿੱਦ ਦਿਨ ਲੁਫਤਾਂਜ਼ਾ ਦੀ ਫਲਾਈਟ ਤੋਂ ਫ੍ਰੈਂਕਫਰਟ ਲਾਇਆ ਗਿਆ ਸੀ ਉਸੇ ਦਿਨ ਹੀ ਮਿਨਿਸਟਰੀ ਆਫ ਹੋਮ ਅਫੇਅਰਜ਼ ਨਾਲ ਇਹਦਾ ਸਿੱਧਾ ਇੰਟੈਚ ਹੋ ਗਿਆ ਸੀ ਉਹਨੇ ਕਿਹਾ ਸੀ ਕਿ ਜੇ ਅਸੀਂ ਇਹ ਬਾਹਰ ਰੀਲீஸ் ਕਰ ਦਿੱਤੀ ਕਿ ਤੁਸੀਂ ਫੋਰ some very serious misconduct on a airline you have been offloaded he would have had to resign ene apni jaan uthon bachayi ene utthe maafi mangi ke meri jaan chhad do jehdi captain di lufthansa de captain di report hai oh je chhaya hogi tenu itthe aake resignation dena painda si osay dil to veko ajj vi main ton dasna keejriwal di koi ajj keejriwal de eh kehne chhi janne ji jehde keejriwal de kehne sarkar itthe run karde si they are all out टुडे डायरेक्टली ही इज टेकिंग ऑर्डर्स फ्रॉम द भारतीय जनता पार्टी आ जो ਕਿਸਾਨਾਂ ਨਾਲ ਹਰਿਆਣਾ ਦੇ ਬਾਰਡਰਸ ਤੇ ਹੋਇਆ ਜੋ ਪੰਜਾਬ ਪੁਲਿਸ ਦਾ ਰੋਲ ਹੈ ਜੋ ਇਹਦਾ ਰੋਲ ਹੈ ਉੱਥੇ ਉਥੋਂ ਕਲੀਅਰ ਕਟ ਇਹ ਪਤਾ ਲੱਗ ਗਿਆ ਕਿ ਅਸੀਂ ਵੇਖੋ ਜਿਹੜੀ ਜੁਡੀਸ਼ੀਅਲ ਕਮਿਸ਼ਨ ਆਈ ਹੈ ਇਹਨਾਂ ਦੀ ਬਰਜ਼ੋਰ ਕੋਸ਼ਿਸ਼ ਸੀ ਕਿ ਜੁਡੀਸ਼ੀਅਲ ਕਮਿਸ਼ਨ ਨਾ ਬੈਠੇ ਇਹ ਇਨਵੈਸਟੀਗੇਸ਼ਨ ਸ਼ੁਭਕਰਨ ਸਿੰਘ ਦੀ ਮੌਤ ਦੀ ਜਿਹੜੀ ਹੈ ਇਹ ਹਰਿਆਣਾ ਪੁਲਿਸ ਨੂੰ ਦਿੱਤੀ ਜਾਏ ਇਹ ਦਿਸ ਇਜ਼ ਜਿਹੜੀ ਆਨਰੇਬਲ ਸੁਪਰੀਮ ਹਾਈ ਕੋਰਟ ਨੇ ਸਾਡੇ ਉਹਨਾਂ ਦੇ ਜੱਜ ਸਾਹਿਬ ਦੀ ਟਿੱਪਣੀ ਉਥੇ ਕਿ ਸ਼ੁਭਕਰਨ ਸਿੰਘ ਦੀ ਮੌਤ ਜਿੱਥੇ ਵੀ ਹੋਈ ਹੈ ਹੋਈ ਪੰਜਾਬ ਦੀ ਟੈਰੀਟਰੀ 'ਚ ਪੰਜਾਬ ਪੁਲਿਸ ਨੇ ਔਨ ਇਨਸਟਰਕਸ਼ਨਸ ਆ ਭਗਵੰਤ ਜੀ ਮਾਨ ਅਲਾਉਡ ਅਲਾਓ ਕੀਤਾ ਕਿ ਅਸੀਂ ਉਸ ਚੀਜ਼ ਨੂੰ ਵਿਖਾਈ ਹੈ ਕਿ ਨਾਲ ਹੀ ਹਰਿਆਣੇ ਦੇ ਵਿੱਚ ਜਿੰਦ ਵਿੱਚ ਤੇ ਹੋਈ ਹੈ ਐਂਡ ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਹੈਰਾਨੀ ਹੈ ਕਿ ਪੰਜਾਬ ਨੂੰ ਇਨਵੈਸਟੀਗੇਸ਼ਨ ਆਪਣੇ ਕੋ ਰੱਖਣੀ ਚਾਹੀਦੀ ਪੰਜਾਬ ਤਿਆਰ ਨਹੀਂ ਹੈ ਹਰਿਆਣੇ ਵਾਲੇ ਮੋਰ ਦਨ ਕਾਲੇ ਨੇਕ ਇਨਵੈਸਟੀਗੇਸ਼ਨ ਸਾਨੂੰ ਦਿੱਤੀ ਜਾਏ ਜੀ ਸੋ ਇਹ ਇਹ ਤਮਾਮ ਚੀਜ਼ਾਂ ਚੰਡੀਗੜ੍ਹ ਤੇ ਆਪਣਾ ਛੱਡ ਦੇਣਾ ਹੱਕ ਛੱਡ ਦੇਣਾ ਹਰ ਚੀਜ਼ ਤੇ ਹੱਕ ਛੱਡ ਦੇਣਾ ਸ਼ੋਜ਼ ਕਿ ਹੀ ਇਜ਼ ਡਾਇਰੈਕਟਲੀ ਬੀਨ ਕੰਟਰੋਲਡ ਬਾਈ ਦ ਬੀਜਪੀ ਨਹੀਂ ਪਰ ਫਿਰ ਵੀ ਹੈ ਤੇ ਤੁਹਾਡੇ ਭਾਈਵਾਲ ਕੌਣ ਜੀ ਆਮ ਆਦਮੀ ਪਾਰਟੀ ਹੈ ਇਹ ਦਿੱਲੀ ਚ ਹੋਣਗੇ ਇੱਥੇ ਤੇ ਨਹੀਂ ਨਹੀਂ ਪਰ ਹਮ ਤੁਸੀਂ ਜੇ ਹਰਿਆਣੇ ਚ ਪੱਖ ਦੀ ਗੱਲ ਕਰੋ ਜਾਂ ਗੁਜਰਾਤ ਚ ਪੱਖ ਦੀ ਗੱਲ ਕਰੋ ਦਿੱਲੀ ਚ ਪੱਖ ਦੀ ਗੱਲ ਕਰੋ ਪੰਜਾਬ ਚ ਅਗੇਂਸਟ ਹੋਵੋ ਇਹ ਮਿਸਪੈਚ ਨਹੀਂ ਲੱਗਦਾ ਨਹੀਂ ਕਿਉਂ ਨਹੀਂ ਮਿਸਪੈਚ ਹੁੰਦਾ ਜੀ ਪਰਿਵਾਰਾਂ ਦੇ ਵਿੱਚ ਕਿਸੇ ਤੁਹਾਡੇ ਰਿਸ਼ਤੇਦਾਰੀ 'ਚ ਵਿਆਹ ਹੋ ਜੇ ਉਹਦੀ ਰਿਸ਼ਤੇਦਾਰੀ ਹੁੰਦੀ ਜਦ ਨਾਲ ਵਿਆਹ ਹੋਇਆ ਸਾਡੇ ਨਾਲ ਤੇ ਹੋਇਆ ਹੀ ਨਹੀਂ ਜੀ ਸਾਡੇ ਨਾਲ ਪੰਜਾਬ ਦੇ ਵਿੱਚ ਸਿੱਧੇ ਤੌਰ 'ਤੇ ਕੋਈ ਰਿਸ਼ਤਾ ਹੀ ਨਹੀਂ ਇਹਨਾਂ ਦਾ ਜੀ ਨਹੀਂ ਇੱਕ ਇੱਕ ਹੈਗਾ ਉਹਨਾਂ ਨੂੰ ਪੁੱਛ ਲਓ ਕੁਮਾਕੇ ਰਿਸ਼ਤੇਦਾਰੀ ਪੈਂਦੀ ਹੈ ਇੱਕ ਹੈਗਾ ਹੀ ਕਿ ਜਿਹੜੇ ਤੁਹਾਡੇ ਪੰਜਾਬ ਇੰਚਾਰਜ ਨੇ ਹੁਣ ਦਿੱਲੀ ਵਾਲੇ ਦਿੱਲੀ ਵਾਲੇ ਪ੍ਰਧਾਨ ਲਗਾ ਦਿੱਤੇ ਜਿਹੜੀ ਰਿਸ਼ਤੇਦਾਰੀ ਕੁਮਾਕੇ ਪੈਂਦੀ ਹੈ ਹਮੇਸ਼ਾ ਤੁਹਾਨੂੰ ਘੁੰਮਣ ਕੇ ਰੀਚੀ ਰੱਖਦੀ ਨਹੀਂ ਫਿਰ ਘੁੰਮਣ ਕੇ ਨਹੀਂ ਪਾਈ ਹੋਈ ਆਮ ਆਦਮੀ ਪਾਰਟੀ ਨੇ ਕੋਈ ਕਿੰਨੋ ਜੀ ਤੁਹਾਨੂੰ ਕਾਂਗਰਸ ਨੂੰ ਪੰਜਾਬ ਦੇ ਵਿੱਚ ਅਸੀਂ ਇਹਦੀ ਘਮਣਕੇਰੀ ਤੋਂ ਪ੍ਰੋਵਾਈਡ ਨਹੀਂ ਕਰਦੇ ਤੁਹਾਨੂੰ ਇਹ ਮੈਸੇਜ ਦੇਣਾ ਪਿਆ ਸੁਖਪਾਲ ਖਹਿਰਾ ਨੂੰ ਉਤਾਰ ਕੇ ਕਿ ਅਸੀਂ ਨਾਲ ਨਹੀਂ ਹੈ ਤੁਸੀਂ ਇਸੇ ਕਰਕੇ ਸੁਖਪਾਲ ਖਹਿਰਾ ਨੂੰ ਉਤਾਰ ਰਹੇ ਨਹੀਂ ਸੁਖਪਾਲ ਖਹਿਰਾ ਖੁਦ ਰਜ਼ੀਸ ਸੁਖਪਾਲ ਖਹਿਰੇ ਨੂੰ ਕਾਡਰ ਵੀ ਚਾਹੁੰਦਾ ਸੀ ਸੁਖਪਾਲ ਖਹਿਰੇ ਨੂੰ ਪਾਰਟੀ ਵੀ ਚਾਹਦੀ ਸੀ ਸੁਖਪਾਲ ਖਹਿਰਾ ਆਪ ਤਿਆਰ ਹੋਏ ਕਿ ਲੈਟ ਮੀ ਟੇਕ ਦਿਸ ਚੈਨਲ ਔਨ ਦਿਸ ਚੈਲੰਜ ਆਫ ਦਿਸ ਪਰਸਨ ਮੈਂ ਚਾਹਾਂਗਾ ਕਿ ਉੱਥੇ ਤੁਸੀਂ ਮੈਨੂੰ ਖੜਾ ਕਰੋ ਇਹਨੇ ਜੋ ਜ਼ਿਆਤੀਆਂ ਪੰਜਾਬ ਚ ਕੀਤੀਆਂ ਨੇ ਜੋ ਇਹਨੇ ਵਾਦੇ ਪੂਰੇ ਨਹੀਂ ਕੀਤੇ Let me take on him he was willing and we said okay so ਅਸੀਂ ਤੁਹਾਡੀ ਪਾਰਟੀ ਵਾਲੇ ਪਾਸੇ ਆਵਾਂ ਬਾਦਗਦ ਸਭ ਤੋਂ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਤੁਹਾਡਾ ਕੁੰਬਾ ਜਿਵੇਂ ਹੱਥ ਦੇ ਵਿੱਚ ਰੇਤ ਹੋਵੇ ਉਹ ਕਿਰੀ ਜਾ ਰਹੀ ਹੈ ਕਿਰੀ ਜਾ ਰਹੀ ਹੈ ਕਿਰੀ ਜਾ ਰਹੀ ਹੈ ਕੋਈ ਸੰਭਾਲਣ ਵਾਲਾ ਨਹੀਂ ਤੁਹਾਨੂੰ ਨਹੀਂ ਲੱਗਦਾ ਕੋਈ ਲੀਡਰ ਤੁਹਾਡੇ ਨਾਲ ਗੱਡੀ 'ਚ ਬੈਠ ਕੇ ਜਾ ਰਿਹਾ ਫਿਰ ਅਰਬੀ ਕੋੜਾ ਜਦੋਂ ਗੱਡੀ ਤੋਂ ਉੱਤਰ ਗਿਆ ਉਹ ਖੱਚਰ ਬਣ ਗਿਆ ਇਹ ਕਿਉਂ ਹੁੰਦਾ ਐਵੇਂ ਕੋਈ ਤੁਸੀਂ ਗੱਲ ਇਹ ਹਰ ਕਿਸਮ ਦੇ ਬੰਦੇ ਆਏ ਨੇ ਜਿਹੜੇ ਆਈਡੀਓਲੋਜੀਕਲੀ ਕਮਿਟਡ ਨੇ ਤੁਹਾਡੇ ਨਾਲ ਨੇ ਜਿਹੜੇ ਤਾਕਤ ਨਾਲ ਕਮਿਟਡ ਨੇ ਉਹਨਾਂ ਉਸ ਬਿਮਾਰੀ ਦਾ ਇਲਾਜ ਹੀ ਕੋਈ ਨਹੀਂ ਤੁਸੀਂ ਵੇਖ ਹੀ ਰਹੇ ਹੋ ਅ ਸਵੇਰੇ ਸ਼ਾਮ ਹੀ ਨਹੀਂ ਪਤਾ ਲੱਗਦਾ ਕਿਹੜਾ ਕਿੱਥੇ ਚਲਾ ਗਿਆ ਜੀ ਇਹਨਾਂ ਦਾ ਆਪਣੇ ਤੁਸੀਂ ਵਾਕਿਆ ਨੂੰ ਛੱਡੋ ਤੁਸੀਂ ਇਹਦੇ ਕੁਨਬੇ ਦੀ ਗੱਲ ਕਰੋ ਇਹਦਾ ਇੱਕ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਸੁਸ਼ੀਲ ਰਿੰਕੂ ਇਹਨਾਂ ਦੀ ਪਾਰਟੀ ਵੱਲੋਂ ਜਿੱਤਦਾ ਇੱਕ ਸਾਲ ਪਹਿਲਾਂ ਇਹਨਾਂ ਨੂੰ ਐਲਾਨਿਆ ਜਾਂਦਾ ਉਹਤੇ ਸ਼ੀਸ਼ਾ ਸ਼ੀਤਲ ਲੰਗਰਾਲ ਜਿਹੜੇ ਨੇ ਛੱਡ ਕੇ ਪਾਰਟੀ ਭਾਜੀਪੀ ਸ਼ਾਮਲ ਹੋ ਜਾਂਦੇ ਕੋਈ ਬੀਜੇਪੀ ਵਾਲਾ ਓਸਾ ਦਾ ਜੇ ਸ਼ਾਮੀ ਸਾਡੇ ਵਿੱਚ ਆ ਜੇ ਤੁਹਾਡੇ ਵੀ ਸਾਡੇ ਵਾਲਾ ਉਧਰ ਚਲਾ ਜਾ ਸੱਬੇਵਾਲ ਜੀ ਚਲੇਗੇ ਸਭ ਤੋਂ ਜ਼ਿਆਦਾ ਕਾਂਗਰਸ ਦੇ ਵੀ ਚਲੇਗੇ ਵੇਖੋ ਜਿਹੜੇ ਗਏ ਨੇ ਦੇ ਹੈਵ ਆਲ ਗੋਨ ਜਿੰਨਾ ਤੇ ਉੱਤੇ ਵਿਜੀਲੈਂਸ ਦੇ ਕੇਸਸ ਉਹ ਭਾਵੇਂ ਚੱਬੇ ਵਾਲੇ ਭਾਵੇਂ ਖੱਬੇ ਸੱਜੇ ਜਿਹਨੂੰ ਸਟੱਡੀ ਕਰੋਗੇ ਉਹਨਾਂ ਸਾਰਿਆਂ ਦੀ ਧੌਣ ਤੇ ਗੋਡਾ ਦੇ ਕੇ ਵਿਜੀਲੈਂਸ ਦਾ ਤਾਂ ਪੁਲਿਸ ਦਾ ਉਹਨੂੰ ਡਰਾ ਕੇ ਤੇ ਧਮਕਾ ਕੇ ਲੱਗ ਜਲਵੀਰ ਗੋਲਡੀ ਨੂੰ ਵੀ ਉਹਦੇ ਤੇ ਕੇਸ ਹੈ ਨਹੀਂ ਸੀ ਵਿਜੀਲੈਂਸ ਦਾ ਜੀ ਹੂੰ ਤੇ ਸਿਮਰੂ ਨਾ ਸੋਨੋ ਜਦੋਂ ਤੇ ਕਿ ਐਸਾ ਨਹੀਂ ਸੀ ਕਿ ਬਿジネス ਦੀ ਆਪਰੇਸ਼ਨ ਹੀ ਹੋਇਆ ਜੀ ਤਾਂ ਡਰ ਦੀ ਵਜ੍ਹਾ ਨਾਲ ਚਲੇ ਗਏ 100% ਹੋ ਗਏ ਤੁਸੀਂ ਟਿਕਟ ਦੇ ਦਿੰਦੇ ਤਾਂ ਨਹੀਂ ਜਾਣਾ ਸੀ ਉਹਨਾਂ ਨੇ ਕਿਹੜੀ ਜੀ ਜੇ ਸੰਗਰੂਰ ਤੋਂ ਉਮੀਦਵਾਰ ਬਣਾਇਆ ਹੁੰਦਾ ਦਲਬੀਰ ਗੋਲਦੀ ਨਹੀਂ ਜਾਂਦੇ ਉਹ ਛੋਟੇ ਵੀਰ 75000 ਰੋ ਨੂੰ ਵੋਟ ਪਈ ਜ਼ੁਬਾਨ ਤੋਂ ਦੀ ਜ਼ਬਤ ਹੋਈ ਸੀ ਐਂ ਹਰ ਵਾਰ ਜ਼ੁਬਾਨ ਜ਼ਬਤ ਕਰਾਂਦੀ ਰਜਿਸਟਰੀ ਕਰਾਈ ਜੀ ਨਹੀਂ ਕੋਈ ਚੰਗੇ ਕੈਂਡੀਡੇਟ ਨੂੰ ਦੇਣਾ ਜਿਹੜਾ ਜਿੱਤ ਕੇ ਬਾਹਰ ਆਏ ਜੀ ਕਹਿੰਦੇ ਪੈਰਾਸ਼ੂਟ ਸਾਡੇ ਸਿਰ ਤੇ ਲੱਗ ਗਈ ਤੁਸੀਂ ਪੈਰਾਸ਼ੂਟ ਛੱਡੋ ਜੀ ਮੈਂ ਇੱਕ ਸਾਫ਼ ਤੌਰ ਤੇ ਟੀਵੀ ਤੇ ਕਹਿਣਾ ਚਾਹ ਹਮ ਜਿਹ ਇਹ ਰਜਿਸਟਰੀ ਨਹੀਂ ਕਰਾਈ ਇਹ ਜੱਦੀ ਜਾਇਦਾਦ ਨਹੀਂ ਤੁਹਾਡੀ ਇਹ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਹੱਥ 'ਚ ਅਕਾਲੀ ਦਲ ਜਿਹਨੂੰ ਮਰਜ਼ੀ ਦੇਣਾ ਚਾਹੇ ਆਪ ਜਿਹਨੂੰ ਮਰਜ਼ੀ ਦੇਣਾ ਚਾਹੇ ਭਾਜਪਾ ਜਿਹਨੂੰ ਮਰਜ਼ੀ ਦੇਣਾ ਚਾਹੇ ਕਾਂਗਰਸ ਜਿਹਨੂੰ ਮਰਜ਼ੀ ਦੇਣਾ ਜਿਹੜੇ ਬੰਦੇ ਕਹਿੰਦੇ ਮੇਰੀ ਟਿਕਟ ਖੋਲੀ ਉਹ ਤੁਹਾਡੀ ਟਿਕਟ ਕਿੱਥੋਂ ਖੋਲੀ ਯੂ ਹੈਵ ਨੋ ਰਾਈਟ ਓਵਰ ਦੀ ਟਿਕਟ ਜਿਹੜਾ ਕੰਮ ਕਰੇਗਾ ਹੀ ਵਿਲ ਗੈਟ ਟਿਕਟ ਜਿਹੜੇ ਪਰਫਾਰਮ ਕਰਨ ਵਾਲੇ ਬੰਦੇ ਉਹਨਾਂ ਨੂੰ ਮਿਲਦੀ ਹੈ ਜਿਹੜੇ ਨਹੀਂ ਪਰਫਾਰਮ ਕਰਦੇ ਹੁਣ ਤੁਸੀਂ ਇੱਥੇ ਕਿਨੇ ਰਿਪੋਰਟਰ ਰੱਖੇ ਜਿਹੜਾ ਇੱਥੇ ਆਂਦਾ ਹੀ ਨਹੀਂ ਦਫ਼ਤਰ ਜਾਂ ਦੁਪਹਿਰ ਤੋਂ ਬਾਅਦ ਛੁੱਟੀ ਲੈ ਕੇ ਲਾਈ ਤੋਂ ਵਾਪਸ ਹੀ ਨਹੀਂ ਆਂਦਾ ਜਾਂ ਇੱਥੇ ਕੋਈ ਹੋਰ ਕਿਸਮ ਦਾ ਕੋਬਤ ਫੈਲੀਆਂ ਕਰਦਾ ਤੂੰ ਕੱਢਦੇ ਨਹੀਂ ਚ ਬੰਦੇ ਨੂੰ ਨਹੀਂ ਨਿਕਲਿਆ ਤੇ ਤਾਂ ਦੱਸੋ ਜੀ ਹਰ ਚੌਥੇ ਦਿਨ ਤੁਹਾਡਾ ਸਟਿੰਗਰ ਬਦਲਿਆ ਹੁੰਦਾ ਉਹ ਦੱਸੋ ਤੁਹਾਡੇ ਹੱਥੋਂ ਰੇਤ ਨਹੀਂ ਨਿਕਲਦੀ ਜੀ ਤਾਂ ਉਹ ਆਬਵੀਅਸਲੀ ਹੈ ਇਟ ਇਜ਼ ਅ ਸਿਮਲਰ ਥਿੰਗ ਜਿਹੜਾ ਬੰਦਾ ਕੋਈ ਚੱਜਦਾ ਹੋਏਗਾ ਅਸੀਂ ਉਹਨੂੰ ਸਾਹਮਣੇ ਰੱਖਾਂਗੇ ਜਿਹੜਾ ਮਟੀਰੀਅਲ ਹੱਥੋਂ ਨਿਕਲਣ ਵਾਲ ਤੁਸੀਂ ਇਹਨਾਂ ਦਾ ਐ ਕਰੋ ਇਹ ਚੰਗੀ ਤਰ੍ਹਾਂ ਇਹਨਾਂ ਦਾ ਚੈੱਕ ਕਰੋ ਇਹਨਾਂ ਦਾ ਸਿਸਟਮ ਪੰਜਵੀਂ ਚੌਥੀ ਚੌਥੇ ਆਉਣ ਨੂੰ ਰਿੰਕੂ ਸਾਹਿਬ ਦੀ ਅੱਜ ਵੀਡੀਓ ਆਈ ਸੀ ਉਹਨਾਂ ਦੀ ਵਾਈਫ ਅਜੇ ਵੀ ਆਪ ਦੇ ਨਾਂ ਤੇ ਵੋਟ ਮੰਗੀ ਜਾਂਦੀ ਉਹਨੂੰ ਭੁੱਲ ਹੀ ਗਿਆ ਉਹਨੂੰ ਬਾਅਦ ਚ ਦੱਸਿਆ ਉਹਦੇ ਘਰ ਦੇ ਨੇ ਕੋਲ ਆਪਾ ਬੀਜੇਪੀ ਚ ਕੱਲ ਪ੍ਰਨੀਤ ਕੌਰ ਜੀ ਦੀ ਸਟੇਜ ਤੇ ਝੰਡਾ ਲੈ ਕੇ ਬੀਜੇਪੀ ਦਾ ਲੜਾ ਰਿਹਾ ਸੀ ਉਹਨੇ ਨਾਰਾ ਮਾਰਿਆ ਪੰਜਾਬ ਜਿੰਦਾਬਾਦ ਉਹਦੇ ਕੋਲ ਝੰਡਾ ਖੇਚੋ ਕੀ ਕਰੀ ਜਨਨ ਤੇ ਆਪਾਂ ਭੋਲੇ ਚਲੇ ਗਏ ਹੂੰ ਤੋ ਇਹ ਇਹਦੇ ਨਾਲ ਹੋ ਚੁੱਕਿਆ ਤੇ ਦੱਸੋ ਇਸ ਇਸ ਬਿਮਾਰੀ ਦਾ ਕੋਈ ਇਲਾਜ ਹੈ ਇੱਕ ਨਵੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਨਵੀਂ ਕੁੱਕੜਾ ਨੂੰ ਕਿਸੇ ਟਾਈਮ ਬਿਮਾਰੀ ਪੈਂਦੀ ਹੁੰਦੀ ਹੁੰਦੀ ਚੰਗੇ ਭਲਿਆਂ ਨੂੰ ਫੀਡ ਪਾਈਦੇ ਸਵੇਰ ਤੱਕ ਸਾਰੇ ਸੁੱਤੇ ਮਿਲਦੇ ਸੀ ਇਹੋ ਜੀ ਬਿਮਾਰੀ ਸ਼ੁਰੂ ਹੋ ਗਈ ਜੀ ਕੋ ਖਲੋਂਦਾ ਹੀ ਨਹੀਂ ਇੱਕ ਪਾਸੇ ਨੂੰ ਕੋ ਦੱਸੋ ਤੁਹਾਨੂੰ ਤੁਹਾਨੂੰ ਕਦੇ ਅਪਰੋਚ ਕੀਤਾ ਕਿਸੇ ਨੇ ਕਿੰਨੇ ਜੀ ਬੀਜੇਪੀ ਨੇ ਜਾਂ ਕਿਸੇ ਨੇ ਮੈਨੂੰ ਕਿਤੇ ਤੁਹਾਡੇ ਜ਼ਰੀਏ ਹੂੰ ਮੈਨੂੰ ਦੱਸੋ ਮੈਨੂੰ ਕਰਦੇ ਸੱਜੇ ਖੱਬੇ ਕੋਸ਼ਿਸ਼ ਤੇ ਕਰਦੇ ਐ ਵੀ ਜੀ ਵੱਡਾ ਚਿਹਰਾ ਲੈ ਕੇ ਆਓ ਤਾਪ ਸਿੰਘ ਬਾਜਵੇ ਨੂੰ ਅਪਰੋਚ ਕਰਨ ਦੀ ਜਾਣ ਹੈ ਕਿਸੇ ਜੀ ਐਨਾ ਮੈਨੂੰ ਦੱਸੋ ਦੇ ਹੁੰਦਾ ਲਮਾ ਪਾਇਆ ਹੁੰਦਾ ਚੀਕਾ ਮਾਰਦਾ ਹੁੰਦਾ ਤੈਨੂੰ ਆਵਾਜ਼ ਭਰ ਕੇ ਕਹਿੰਦਾ న్యూਸ 18 ਦਾ ਰਿਪੋਰਟਰ ਕਲੋ ਆ ਲਾਈਵ ਕਰਦੇ ਰਿਹਾ ਰੀਅਲ ਬ੍ਰਦਰ ਚਲੇ ਗਏ ਨਾ ਫਤੇ ਬਾਜਵਾ ਹੋ ਰਹੀ ਤਾਂ ਕਈ ਵਾਰੀ ਪਰਿਵਾਰ ਤੁਸੀਂ ਹਰ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੁੰਦੇ ਹੋ ਹੂੰ ਤੁਸੀਂ ਅਟੈਚੀ ਰੱਖ ਕੇ ਚਲੋ ਜੋ ਸਮਾਨ ਕੋਈ ਚੋਕ ਕੇ ਲੈ ਜਾਏ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਮੈਂ ਆਪਣੀ ਸੌਖਾ ਸਾਹਿਬ ਭਰਾ ਤੇ ਇੱਥੇ ਕੋਈ ਕਿਸੇ ਨੇ ਆਈ ਨਹੀਂ ਬਿੱਟੂ ਦਾ ਗੁਰਕੀਰ ਤੇ ਨਹੀਂ ਜੀ ਬਿੱਟੂ ਭੱਜ ਗਿਆ ਉੱਥੋਂ ਤੁਸੀਂ ਕਿਹਦੀ ਗੱਲ ਕਰੀ ਜਾਂਦੇ ਹੋ ਤੁਸੀਂ ਜਿਹੜੇ ਮਰਜ਼ੀ ਪਰਿਵਾਰ ਦੀ ਗੱਲ ਕਰ ਲਓ ਜਿੰਨੂੰ ਪੋਲਿਟਿਕਸ 'ਚ ਤੁਸੀਂ ਲੈਓ ਮੈਂ ਸਮਝਣਾ ਇਹ ਵੱਡੀ ਇੱਕ ਪੋਲਿਟਿਕਲ ਬਲੰਡਰ ਹੈ ਪੋਲਿਟਿਕਲ ਪਰਵਾਰਾਂ ਨੂੰ ਇੱਕ ਬੰਦੇ ਤੋਂ ਇਲਾਵਾ ਦੂਜਾ ਬੰਦਾ ਹੀ ਨਹੀਂ ਲੈਣਾ ਚਾਹੀਦਾ ਹਮ ਇੱਥੇ ਕਈ ਕੈਂਡੀਡੇਟ ਇਹੋ ਜੇ ਭੱਜ ਗਏ ਨੇ ਜਿਨ੍ਹਾਂ ਦੀ ਔਰਤਾਂ ਨੇ ਉਹਨਾਂ ਜੂਣਾ ਹਰਾਮ ਕਰ ਦਿੱਤਾ ਕਿ ਬੰਦੇ ਦਾ ਪੁੱਤਰ ਬਾਣੇ ਜਾਂ ਚੱਲ ਜਾਂ ਟਿਕਟ ਕਿਉਂ ਨਹੀਂ ਆਪਾਂ ਨੂੰ ਦਿੱਤੀ ਇਹ ਇਹੋ ਜੇ ਪਾਰਟੀ ਛੱਡਣ ਨੂੰ ਮਜਬੂਰ ਕਰ ਦਿੱਤਾ ਪੱਕਾ 100% ਸਾਡੇ ਕੋ ਬਕਾਇਦਾ ਤੁਹਾਨੂੰ ਵੀ ਪਤਾ ਤੁਸੀਂ ਵੀ ਇੱਕ ਅੰਦਰ ਕਮਰੇ 'ਚ ਮੇਰੇ ਕੋ ਨਾ ਲਿਆ ਇੱਕ ਬੰਦੇ ਦਾ ਮੈਨੂੰ ਤਾਂ ਨਹੀਂ ਪਤਾ ਦੱਸੋ ਨਹੀਂ ਤੁਹਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸੀ ਜਾਣਾ ਅਧਿਕਾਰੀ ਦੀ ਨੇ ਨਹੀਂ ਖਲੋਣ ਦਿੱਤਾ ਦੱਸੋ ਉੱਥੇ ਕੀ ਕਰੀਏ ਸੀ ਇਸ ਬਿਮਾਰੀ ਦਾ ਇਲਾਜ ਮੇਰੇ ਕੋਲ ਹੈ ਕੋਈ ਨਹੀਂ ਹੂੰ ਇਹ ਜਿਹੜੀ ਨਵੀਂ ਕੰਜੈਕਟਿਵਾਈਟਿਸ ਹੋਈ ਏ ਇਸ ਬਿਮਾਰੀ ਦਾ ਇਲਾਜ ਕੀ ਹੈ ਚਲੋ ਮੈਂ ਮੈਂ ਇਸੇ ਪੁਆਇੰਟ 'ਤੇ ਕਿਉਂ ਹੋਈ ਹੈ ਹਾਂਜੀ ਹੁਣ ਜ਼ਿਆਦਾ ਕਿਉਂ ਨਜ਼ਰ ਆਈ ਇਹ ਪਹਿਲਾਂ ਇੰਨਾ ਨਹੀਂ ਸੀ ਪਹਿਲੇ ਪਹਿਲੇ ਲੋਕਾਂ 'ਚ ਕੋਈ ਕਰਦਾਰ ਸੀ ਕੋਈ ਸ਼ਰਮ ਸੀ ਹੁਣ ਚੁੱਕ ਦਿੱਤੀ ਜੀ ਆ ਕਈ ਬੰਦੇ ਨੇ ਚੰਗੇ ਪੜੇ 80 ਸਾਲ ਦੇ ਬੁੱਢਿਆਂ ਨੂੰ ਵੀ ਨਹੀਂ ਰੋਗ ਦਾ ਡੀਜੇ ਵਜਦੇ ਆ ਜਾਂਦੇ ਨੇ ਪੱਗਾਂ ਵੀ ਕਈ ਕੁਝ ਉੱਥੇ ਹੋ ਜਾਂਦਾ ਹੈ ਜੀ ਜੋ ਲੋਗ ਸੁਈ ਆਪਣਾ ਕਢਾ ਲੈਂਦੇ ਨੇ ਤੋ ਜੇ ਜਿਹਨੂੰ ਇਹ ਹੱਥ ਪੈ ਜੇ ਇਸ ਕਿਸਮ ਦਾ ਕੰਮ ਕਰਨ ਦੀ ਹੱਥ ਨਹੀਂ ਸਕਦਾ ਤੁਹਾਡਾ ਰੋਲ ਅੱਛਾ ਬਹੁਤ ਸਾਰੀਆਂ ਪਾਰਟੀਆਂ ਆ ਗਈਆਂ ਜੀ ਦੇ ਹੈਵ ਲੋਟ ਟੂ ਆਫਰ ਇੱਕ ਸਾਡਾ ਕੈਂਡੀਡੇਟ ਗਿਆ ਉਹਨੂੰ ਇਹ ਆਫਰ ਕੀਤਾ ਕਿ ਜਦੋਂ ਸਾਡੀ ਪਾਰਟੀ ਦਾ ਐਮਪੀ ਬਣ ਜਾਏਗਾ ਤੈਨੂੰ ਦੀ ਸੀਟ ਦੇ ਦਾਂਗੇ ਫਿਰ ਤੈਨੂੰ ਮੰਤਰੀ ਬਣਾ ਦਾਂਗੇ ਉਹ ਕੈਂਡੀਡੇਟ ਰੋਈ ਜਾਂਦਾ ਖਲੋਤਾ ਮਨਿਸਟਰ ਜਿਹੜਾ ਉਹ ਜਿੱਤਣਾ ਨਹੀਂ ਚਾਹੁੰਦਾ ਅੱਛਾ ਇੱਕ ਹੋਰ ਤੁਹਾਨੂੰ ਮਜ਼ਾਕੀਆ ਗੱਲ ਦੱਸਾਂ ਆਨ ਗਰਾਉਂਡ ਜਿਹੜੀ ਸਹੀ ਹੈ ਜਿੰਨੇ ਨਾ ਮੰਤਰੀ ਖਿਲਾਰੇ ਨੇ ਕੋਈ ਕੈਂਪੇਨ ਨਹੀਂ ਨਹੀਂ ਕਰ ਰਹੇ ਉਹਨਾਂ ਨੂੰ ਅਹੀਂ ਪਤਾ ਕਰਾਈਦਾ ਸਾਡੇ ਨਾਲ ਹੀ ਰਹੇ ਨੇ ਉਹ ਕਹਿੰਦੇ ਜੀ ਸਾਨੂੰ ਤੇ ਫਾਇਦੇ ਦਿੱਤਾ ਅਹੀਂ ਐਮਪੀ ਬੜਕੇ ਕਰਨਾ ਕੀ ਹੈ ਜੀ ਉੱਥੇ ਤੇ ਨੇਰੇ ਸਮੋਸੇ ਤੇ ਡੋਸੇ ਹੀ ਨੇ ਇੱਥੇ ਸਾਡਾ ਰਾਜ ਚੱਲਦਾ ਹੈ ਇੱਥੇ ਸਾਡੇ ਆਰਡਰ ਚੱਲਦੇ ਨੇ ਇੰਨਾ ਤੇ ਆਪਣੇ ਕੈਂਡੀਡੇਟ ਜਤਨ ਨੂੰ ਤਿਆਰ ਨਹੀਂ ਤੁਸੀਂ ਆਪ ਦੀ ਗੱਲ ਕਰੀ ਜਾਂਦੇ ਹੋ ਸੋ ਮੇਰਾ ਇਸੇ ਦੇ ਨਾਲ ਜੁੜਿਆ ਸਵਾਲ ਹੈ ਤੁਹਾਡਾ ਰੋਲ ਜਿਹੜੇ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਆ ਚਲੇ ਗਏ ਕਈਆਂ ਨੂੰ ਮਨਾਉਣ ਦੀ ਕਈ ਜਿਹੜੇ ਬਿਆਨ ਆ ਰਹੇ ਸੀ ਜਿਵੇਂ ਮੈਂ ਦਿਲਬੀਰ ਗੋਲਡੀ ਤੁਸੀਂ ਉਹ ਨਾਮ ਲੈ ਦਿੱਤਾ ਕਿ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰਤਾਪ ਬਾਜਬਾ ਦਾ ਰੋਲ ਉਥੇ ਹੋ ਸਕਦਾ ਸੀ ਜਾਂ ਹੋਣਾ ਚਾਹੀਦਾ ਜੋ ਨਹੀਂ ਨਜ਼ਰ ਆਇਆ ਤੂੰ ਗੱਲ ਨਹੀਂ ਸਮਝਦੇ ਜਦੋਂ ਕਿਸੇ ਨੂੰ ਬਿਮਾਰੀ ਕਨਜੈਕਟਿਵਾਈਟਿਸ ਦੀ ਸ਼ੁਰੂ ਹੋ ਜੇ ਨਹੀਂ ਉਹ ਛੱਡਣ ਤੋਂ ਪਹਿਲਾਂ ਦੀ ਹੈ ਨਾ ਦਿਲਬੀਰ ਗੋਲਡੀ ਨੂੰ ਮਨਾਨ ਪਹੁੰਚ ਗਏ ਸੁਪਾਲ ਖਹਿਰਾ ਰਾਜਾ ਬੜਿੰਗ ਮੇਰੀ ਪ੍ਰਤਾਪ ਬਾਜਬਾ ਦੀ ਭੂਮਿਕਾ ਨਜ਼ਰ ਮੇਰੀ ਇੱਕ ਗੁਜ਼ਾਰਿਸ਼ ਇੱਕ ਸੁਣੋ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਕੋਸ਼ਿਸ਼ ਨਹੀਂ ਕੀਤੀ ਹਣੀ ਜਿੰਨੇ ਭੱਜਣਾ ਉਹਨੇ ਵੀ ਤੁਹਾਡੇ ਤੇ ਇਲਜ਼ਾਮ ਲਾ ਕੇ ਚੱਬੇਵਾਲ ਸਾਹਿ ਦਿਹੜੀ ਪਹਿਲੇ ਤੇ ਪੰਡ ਜਿਹੜੀ ਹੈ ਇਹ ਕਰਜ਼ੇ ਦੀ ਪੰਡ ਚੁੱਕ ਕੇ ਲਾ ਕੇ ਗਏ ਹੁਣ ਕਿਹੜੀ ਬਿਮਾਰੀ ਕਦੋਂ ਪੈ ਜਾਣੀ ਦੱਸੋ ਇਸ ਇਸ ਨੂੰ ਅਸੀਂ ਅਸੀਂ ਕੋਈ ਸੋਚ ਵੀ ਨਹੀਂ ਸਕੇ ਕਿ ਚੱਬੇਵਾਲ ਜਾ ਸਕਦਾ ਕਿਉਂਕਿ ਚੱਬੇਵਾਲ ਨੇ ਵੱਡੇ ਪੇਮਾਨੇ ਤੇ ਫੌਜ ਕੀਤੇ ਸੀ ਡਾਕੂਮੈਂਟ ਆਪਣੀ ਇਲੈਕਸ਼ਨ ਜਿੱਤਣ ਵਾਸਤੇ ਉਹ ਕੇਸ ਦਾਇਰ ਹੋ ਗਿਆ ਸੀ ਉਹਨੇ ਆਪਣੀ ਬੇਲ ਕਰਵਾਈ ਸੀ ਉਹਦੀ ਬੇਲ ਜਿਹੜੀ ਹੈ ਮਾਰਚ 18 ਨੂੰ ਮੁੱਕਣੀ ਸੀ 16 ਨੂੰ ਇਹਨਾਂ ਬੰਮ ਰੋੜ ਲਿਕੇ ਕੇਸ ਰਜਿਸਟਰ ਕਰ ਦੇਣਾ 16 ਨੂੰ ਚਲਾ ਗਿਆ ਜੀ ਹੁਣ ਇਹ ਦੱਸੋ ਇਸ ਪਾ ਅੱਜ ਜਿਹੜੇ ਇਸ ਕਿਸਮ ਦੇ ਲੋਕ ਨੇ what do you call them? ਤੋਂ ਮੈਂ ਚੌਧਰੀ ਪਰਿਵਾਰ ਬਾਰੇ ਕੀ ਕਹਾਂ ਚੌਧਰੀ ਪਰਿਵਾਰ ਉਸੇ ਤੱਕੜੀ 'ਚ ਟਲ ਰਹੇ ਹਾਂ ਮੈਂ ਕਿਸੇ ਵੀ ਜਾਤੀ ਤੌਰ ਪਰਿਵਾਰ ਦੀ ਨਹੀਂ ਗੱਲ ਕਰਨ ਚਾਹਦਾ ਮੇਰੇ ਉਹ ਨੇੜੇ ਸੀ ਬਟ what i feel whatever the younger choudhry has done he has not done to his benefit long term ਉਹਨੂੰ ਨੁਕਸਾਨ ਹੋਇਆ ਗਿਆ ਇਸ ਗੱਲ ਕਿਉਂਕਿ ਐਡਾ 100 ਸਾਲ ਦਾ ਪੁਰਾਣਾ ਪਰਿਵਾਰ ਸਾਡੇ ਵਿੱਚ ਸੀ ਹਰ ਚੀਜ਼ ਉਹਨਾਂ ਨੂੰ ਦਿੱਤੀ ਗਈ ਪਰ ਬਾਜਵਾ ਸਾਹਿਬ ਕਾਂਗਰਸ ਤੇ ਬਹੁਤ ਇਲਜ਼ਾਮ ਲੱਗਦੇ ਨੇ ਕਿ ਤੁਹਾਡੀ ਪਾਰਟੀ ਚ ਡਿਸਪਲਿਨ ਨਹੀਂ ਹੈ ਤੁਸੀਂ ਅਲੱਗ ਬੋਲਦੇ ਹੋ ਰਾਜਾ ਬੜਿੰਗਾ ਅਲੱਗ ਬੋਲਦੇ ਨੇ ਚੰਨੀ ਜੀ ਅਲੱਗ ਬੋਲ ਜਾਂਦੇ ਨੇ ਸਿੱਧੂ ਸਾਹਿਬ ਅਲੱਗ ਬੋਲ ਜਾਂਦੇ ਨੇ ਕਿ ਡਿਸਪਲਿਨ ਨਹੀਂ ਹੈ ਤੁਹਾਡੀ ਪਾਰਟੀ ਦੇ ਵਿੱਚ ਜਿੰਨੇ ਲੀਡਰ ਛੱਡ ਕੇ ਜਾਂਦੇ ਨੇ ਸੇਮ ਗੱਲ ਬੋਲਦੇ ਮੇਰੀ ਬੇਨਤੀ ਸੁਣ ਜਦੋਂ ਤੁਸੀਂ ਸੈਂਟਰ ਵਿੱਚ ਤੇ ਸੂਬੇ ਵਿੱਚ ਨਾ ਨਾ ਹੋਵੋ ਉਦੋਂ ਇਹੀ ਹਾਲ ਹੁੰਦਾ ਹੈ ਰੀਨਿੰਗ ਕਰਨ ਵਾਸਤੇ ਯੂ ਨੀਡ ਅ ਕਾਈਂਡ ਆਫ ਅ ਫੋਰਸ ਨਹੀਂ ਪਰ ਜਦੋਂ ਪੰਜਾਬ ਤੁਸੀਂ ਸੈਂਟਰ ਦੇ ਵਿੱਚ ਹੋਵੋ ਜਾਂ ਸੂਬੇ ਦੇ ਵਿੱਚ ਹੋ ਇੱਥੇ ਚੀਫ ਮਿਨਿਸਟਰ ਹੁੰਦਾ ਕੋਈ ਪਰ ਪੰਜਾਬ 'ਚ ਸੱਤਾ ਸੀ ਉਸ ਟਾਈਮ ਵੀ ਸੇਮ ਗੱਲ ਕਹੀ ਗਈ ਤੁਹਾਡੇ ਲਈ ਨਾ ਕਿ 2022 ਇਲੈਕਸ਼ਨ ਹਾਰਨ ਦੀ ਕਬੱਡੀ ਵਜ੍ਹਾ ਤੋਂ ਵਿਰੋਧ ਹੋਇਆ ਜੀ ਸ਼ਰੇ ਆਮ ਔਰ ਹਟਾਉਣਾ ਹੀ ਪਿਆ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਉਹ ਕਹਿੰਦੇ ਤੁਸੀਂ ਦੇਖੋ ਕਿ ਤੁਸੀਂ ਰਾਣਾ ਗੁਰਜੀਤ ਦਾ ਬੇਟਾ ਆਜ਼ਾਦ ਉਮੀਦਵਾਰ ਲੜ ਰਿਹਾ ਸੀ 2022 'ਚ ਤੁਸੀਂ ਨਹੀਂ ਰੋਕ ਪਾਏ ਨਾ ਰਾਣਾ ਗੁਰਜੀਤ ਦੀ ਟਿਕਟ ਕੱਟ ਪਾਏ ਬਸੀ ਪਠਾਣਾ ਤੋਂ ਤੁਹਾਡੇ ਕੈਂਡੀਡੇਟ ਗੁਰਪ੍ਰੀਤ ਜੀਪੀ ਦੇ ਖਿਲਾਫ ਚੰਨੀ ਦਾ ਭਰਾ ਲੜ ਰਿਹਾ ਸੀ ਆਜ਼ਾਦ ਉਮੀਦਵਾਰ ਖੜਾ ਹੋ ਗਿਆ ਤੁਸੀਂ ਨਹੀਂ ਰੋਕ ਪਾਏ ਇਸ ਤਰੀਕੇ ਦੀ ਜਿਹੜੇ ਸਰਕਮਸਟਾਂਸਸ ਬਣਦੇ ਨੇ ਉਹ ਤੁਹਾਡੇ ਮੈਂ ਸਮਝਦਾ ਇਹ ਕਮੀ ਪੇਸ਼ੀ ਕਾਂਗਰਸ ਚ ਹੈ ਤੇ ਕਾਂਗਰਸ ਨੂੰ ਇਹ ਕਮੀ ਪੇਸ਼ੀ ਦੂਰ ਕਰਨੀ ਪੈਗਾ ਕੈਂਬਰਾ ਐਕਸੈਪਟ ਦਿਸ देयर इज ਅ ਲੈਕ ਆਫ ਇਨ देयर इज ਅ ਲੈਕ ਆਫ ਡਿਸਪਲਿਨ ਵੀ ਵਿਲ ਹੈਵ ਟੂ ਮੇਕ ਚੇਂजेस ਇਨ ਦਿਸ ਇਹ ਤੇ ਬੈਂ ਬਿਲਕੁਲ ਮੈਂ ਇਸੇ ਕਰਕੇ ਸਵਾਲ ਮੈਨੂੰ ਥੋੜੇ ਅੱਗੇ ਕਰ ਲਵਾਂ ਤੁਸੀਂ ਕਹਿ ਰਹੇ ਹੋ ਬੰਮ ਰੋੜਤੀ ਵਿਜੀਲੈਂਸ ਦਾ ਕੇਸ ਹੈ ਜਾਂ ਇਹ ਹੈ ਤੁਹਾਨੂੰ ਵੀ ਲੱਗਦਾ ਕਿ ਡਿਸਪਲਿਨ ਇੱਕ ਵੱਡੀ ਵਜ੍ਹਾ ਜਿਹੜੇ ਛੱਡ ਕੇ ਜਾ ਰਹੇ ਨੇ ਉਹ ਵੀ ਕਬਡੀ ਵਜ੍ਹਾ ਹੋ ਸਕਦੀ ਹੈ ਕਿ ਸਾਰਿਆਂ ਨੂੰ ਤੁਸੀਂ सेम ਕਹਿ ਰਹੇ ਹੋ ਕਿ ਉਹਨਾਂ ਦੀ ਬੰਮ ਰੋੜ ਦਿੱਤੀ ਇਸ ਕਰਕੇ ਛੱਡੇ ਛੱਡ ਕੇ ਚਲੇ ਨਹੀਂ ਬੀਹਿੰਡ ਦੀ ਕੈਮਰਾ ਤੁਹਾਨੂੰ ਨਹੀਂ ਪਤਾ ਕੀ ਕੀ ਹੋ ਰਿਹਾ ਬੰਮ ਹੀ ਮਰੋੜੀ ਜਾਂਦੀ ਹੈ ਤੇ ਜੇਬ ਵੀ ਭਰੀ ਜਾਂਦੀ ਹੈ ਦੋ ਦੋ ਚੀਜ਼ਾਂ ਹੋ ਰਹੀਆਂ ਸੀਰੀਅਸ ਅਲਿਗੇਸ਼ਨ ਹੈ 100% ਸੀਰੀਅਸ ਹੈ ਹਾਂ ਜੇ ਭਰੀ ਜਾਂਦੀ ਹੈ ਜੀ ਦੋਨੋਂ ਪਾਰਟੀਆਂ ਜਿਹੜੀਆਂ ਨੇ ਵੀ ਡੀਪ ਪਾਕਟਸ ਨੇ ਆਮ ਆਦਮੀ ਪਾਰਟੀ ਵੀ ਤੇ ਭਾਜਪਾ ਵੀ ਜਿੰਨਾ ਵੀ ਮਟੀਰੀਅਲ ਹਿੰਦੁਸਤਾਨ ਚੋਂ ਗਿਆ ਸਾਰਿਆਂ ਦੀ ਖਰੀਦੋ-ਫਰੋਕਤ ਹੋਈ ਹੈ ਇੱਥੇ ਵੀ ਸੇਮ ਹੈ ਜੀ ਬਕਾਇਦਤ ਉਰ ਸੇਮ ਹੈ ਬਾਹ ਵੀ ਮਰੋੜ ਨਗੇ ਦੋ ਜਾ ਕੰਮ ਵੀ ਕਰਨਗੇ ਅਗਲਾ ਸਮਝਾ ਚਲੋ ਜਾਣ ਵੀ ਬਚੀ ਤੇ ਕੋਈ ਜੇਬ ਚ ਵੀ ਆਇਆ ਜੀ ਡੂ ਯੂ ਥਿੰਕ ਕਿ ਅੱਛਾ ਕਿਹੜੀ ਗੱਲਾਂ ਕਹੇ ਨੇ ਮੈਨੂੰ ਦੱਸ ਕੀ ਗੱਲ ਇਹਨਾਂ ਨੂੰ ਇਹ ਕਹਿੰਦੇ ਪਾਰਟੀ ਚ ਡਿਸਿਪਲਨ ਨਹੀਂ ਹਾਂਜੀ ਕਹਿੰਦੇ ਪਾਰਟੀ ਚ ਡਿਸਿਪਲਨ ਨਹੀਂ ਆ ਉਹਨਾਂ ਚ ਜਿੰਨਾ ਚਿਰ ਇਹ ਬਾਹਰ ਆਗੇ ਹੁਣ ਹੋਰ ਕੀ ਕਹਿ ਕੇ ਆਣ ਜੀ ਤੁਸੀਂ ਮੈਨੂੰ ਦੱਸੋ ਕੀ ਕਹਿ ਕੇ ਆ ਹੁਣ ਚੱਬੇਵਾਲ ਸਾਹਿਬ ਤੇ ਡਿਪਟੀ ਲੀਡਰ ਸੀ ਮੇਰਾ ਹਰ ਜਗ੍ਹਾ ਸਦੇ ਹੱਥ ਮੈਂ ਰੱਖਦਾ ਸੀ ਤੇ ਜੇ ਕੋਈ ਇਹੋ ਜਿਹਾ ਉਹਨਾਂ ਨੇ ਫਰਾਡ ਕਮਿਟ ਕੀਤਾ ਸੀ ਉਹਦੇ ਵਿੱਚ ਪਾਰਟੀ ਵਾਸ ਨੈਵਰ ਅਵੇਅਰ ਅੱਜ ਜੋ ਰਵੰਨਾ ਦੀ ਗੱਲ ਹੋ ਰਹੀ ਹੈ ਪ੍ਰਜਵਲ ਰਵੰਨਾ ਉਹਨੂੰ ਅੱਜ ਜੋ ਪੁੱਛਿਆ ਜਾ ਰਿਹਾ ਬੀਜੇਪੀ ਨੂੰ ਕਹਿੰਦੇ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਜੀ ਹੁਣ ਜੇ ਪਤਾ ਨਹੀਂ ਸੋ ਕਿ ਦੇਰ ਸੋ ਮਨੀ ਥਿੰਗਸ ਤੁਹਾਨੂੰ ਪਤਾ ਹੀ ਨਹੀਂ ਲੱਗਦੀਆਂ ਇਹ ਤੇ ਤੁਹਾਨੂੰ ਸਵੇਰੇ ਪਤਾ ਲੱਗਦਾ ਕਿ ਬੰਦਾ ਪੱਤ ਗਿਆ ਜੀ ਐਂਡ ਇਹ ਸਾਰੀਆਂ ਪਾਰਟੀਆਂ ਕੋਲ ਨਵੀਂ ਗੱਲ ਥੋੜਾ ਹੋਈ ਜਦੋਂ ਤੁਸੀਂ ਤਾਕਤ ਦੇ ਵਿੱਚ ਉਹ ਲਾਈਨਾਂ ਲੱਗੀਆਂ ਅਸੀਂ ਜੀ ਹਰ ਪਾਸੇ ਲਾਈਨਾਂ ਲੱਗੀਆਂ ਨੇ ਤਾਂ ਇਹ ਆਈ ਫੀਲ ਜਦੋਂ ਅਨਫੋਰਚਨ ਜਦੋਂ ਡਿਸਪਲਿਨ ਦੀ ਗੱਲ ਕਰਦੇ ਆ ਇੱਕ ਨਾਮ بڑا ਜ਼ਹਿਨ ਚਾਉਂਦਾ ਹੈ ਪੰਜਾਬ ਕਾਂਗਰਸ ਨੂੰ ਲੈ ਕੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕਦੇ ਉਹ ਬਹੁਤ ਸਰਗਰਮ ਹੁੰਦੇ ਆ ਕਦੇ ਉਹ ਇੱਕਦਮ ਹੀ ਆਊਟ ਹੋ ਜਾਂਦੇ ਆ ਇਸ ਵੇਲੇ ਤੁਹਾਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਵਰਗੇ ਆਗੂ ਦੀ ਕਾਂਗਰਸ ਨੂੰ ਜ਼ਰੂਰਤ ਸੀ ਜਿਸ ਵੇਲੇ ਉਹ ਆਈਪੀਐਲ ਚ ਚਲੇ ਗਏ ਸਰ ਨਵਜੋਤ ਸਿੰਘ ਸਿੱਧੂ ਨੇ ਕੋਈ ਮਨਾਤੇ ਨਹੀਂ ਕੀਤਾ i have been told in couple of days from now he would be wasting a number of consistencies menu ajila saab ne kal hi dassya ke menu ena promise kita do teen dinan ch mai aawanga menu sukhpal khaira ne kea ke menu promise kita chand dinan ch mai aawanga so number of seats he said yes to people todi gal baat hundi hai kade te meri to ne navjod honna na hoyi nu der ho gayi hai but hundi rehndi hai ਮਤਲਬ ਤੁਹਾਡੀ ਪੰਜਾਬ ਦੀ ਲੀਡਰਸ਼ਿਪ ਦੇ ਤਕਰੀਬਨ ਸਾਰੇ ਆਗੂਆਂ ਦੀ ਇਹ ਟਾਪ ਲੀਡਰਸ਼ਿਪ ਦੀ ਸੇਮ ਸਟੇਟਮੈਂਟ ਹੁੰਦੀ ਹੈ ਕਿ ਸਾਡੀ ਨਹੀਂ ਗੱਲ ਹੁੰਦੀ। ਸੋ ਖੀਰੰਦਾਵਾ ਕਹਿੰਦੇ ਆ ਕਿ ਨਹੀਂ ਸਾਡੀ ਕੋਈ ਗੱਲ ਨਹੀਂ ਕਹਿੰਦੇ ਮੇਰੀ ਤਾਂ ਕੋਈ ਬੋਲਚਾਲ ਹੀ ਨਹੀਂ ਹੈ ਖਤਮ। ਚਲੋ ਉਹ ਉਹਨਾਂ ਦੀ ਹੋਏ ਨਾ ਹੋਏ ਮੇਰਾ ਤੇ ਮੈਂ ਤੇ ਉਹਨਾਂ ਦੀ ਇੱਜ਼ਤ ਵੀ ਕਰਨਾ ਪਿਆਰ ਵੀ ਕਰਨਾ। ਜੇਲ੍ਹ ਵਿੱਚ ਵੀ ਦੋ ਵਾਰ ਮੈਂ ਮਿਲ ਕੇ ਆਇਆ ਬਾਅਦ ਵਿੱਚ ਵੀ ਮੈਂ ਮਿਲ ਕੇ ਆਇਆ। ਹਿਜ਼ ਆਲਸੋ ਬਿਜ਼ੀ ਇਨ ਦੀ ਆਈਪੀਐਲ ਹੋਂਡ ਵਿਦਾਊਟ ਅ ਰੀਜ਼ਨ। ਕਿਸੇ ਨੂੰ ਪਰੇਸ਼ਾਨ ਕਰਨਾ ਜਾਂ ਤੰਗ ਕਰਨਾ ਕੋਈ ਕੰਮ ਹੋਏ ਤੇ ਫਿਰ ਬੰਦਾ। ਉਹਨਾਂ ਦੀ ਵਾਈਫ ਦਾ ਮੈਂ ਆਪ ਉਹਨਾਂ ਨੇ ਟਵੀਟ ਵੀ ਕੀਤੀ ਐ ਫੋਨ ਤੇ ਵੀ ਉਹਨਾਂ ਦਾ ਹਾਲਚਲ ਪੁੱਛਿਆ ਸੋ ਐ ਤੇ ਚੋ ਜਦੋਂ ਕਿਤੇ ਲੋਡ ਹੁੰਦੀ ਵੀ ਆਲਵੇਜ਼ ਇਨ ਟੱਚ ਤੁਹਾਡੇ ਜ਼ਿਆਦਾਤਰ ਲੀਡਰ ਸਿੱਧੂ ਨੂੰ ਲੈ ਕੇ ਅੱਜਕੱਲ ਸੌਫਟ ਨਹੀਂ ਹੈਗੇ ਬਜਵਾ ਸਾਹਿਬ ਤੁਸੀਂ ਸੌਫਟ ਨਹੀਂ ਸਿੱਧੂ ਨੂੰ ਲੈ ਕੇ ਬਹੁਤ ਤਲਖ ਹੈ ਉਹ ਨਹੀਂ ਨਹੀਂ ਵੇਖੋ ਮੈਂ ਤਾਂ ਦੱਸਾਂ ਸਿੱਧੂ ਸਾਹਿਬ ਜੋ ਪਾਰਟੀ ਚ ਆਏ ਨੇ ਮੈਨੂੰ ਬਕਾਇਦਾ ਤਾਂ ਔਰ ਉਸ ਟਾਈਮ ਕਾਂਗਰਸੀ ਲੀਡਰਸ਼ਿਪ ਨੇ ਪੁੱਛਿਆ ਸੀ ਆਈ ਟੋਲਡ them ਹੀ ਊਡ ਬੀ ਅ ਸੈਟ ਕਿ ਹੀ ਇਜ਼ ਸੈਕੂਲਰ ਹੀ ਇਜ਼ ਅ ਨੈਸ਼ਨਲਿਸਟ ਆਪਾਂ ਨੂੰ ਪਾਰਟੀ ਲੈ ਕੇ ਆਉਣਾ ਚਾਹੀਦਾ ਫਾਇਦਾ ਵੀ ਹੋਇਆ ਉਹਨਾਂ ਦਾ ਪਰ ਉਸ ਤੋਂ ਬਾਅਦ ਫਿਰ ਕਿਸ ਕਿਸਮ ਦੇ ਹਾਲਾਤ ਬਣੇ ਆਈ मैं आई वाज इन दिल्ली तो मैं मैं इस सुबह चलो सी अपने न्यूज़ रूम ਦੇ ਵਿੱਚ ਬਹੁਤ ਸਾਰੇ ਸਾਡੇ ਸਾਥੀ ਜਰਨਲਿਸਟ ਹੈਗੇ ਨੇ ਉਹਨਾਂ ਤੋਂ ਸਵਾਲ ਲੈਣ ਦੀ ਸ਼ੁਰੂਆਤ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਸ਼ੁਰੂਆਤ ਵਿਨੇਸ਼ ਤੋਂ ਕਰ ਰਹੇ ਹੋ ਬਚਵਤ ਸਾਹਿਬ ਤੁਸੀਂ ਆਬੀਸਲੀ ਪੰਜਾਬ ਕਾਂਗਰਸ ਦੇ ਸੀਨੀਅਰ ਮੋਸਟ ਲੀਡਰਸ ਚੋਂ ਇੱਕ ਹੋ ਸੈਂਟਰ ਵਿੱਚ ਵੀ ਕਾਂਗਰਸ ਵਿੱਚ ਤੁਹਾਡੀ ਅੱਛੀ ਖਾਸੀ ਸੇ ਹੈ ਜਿਹੜੀਆਂ ਕਾਂਗਰਸ ਦੀ ਟਿਕਟ ਡਿਸਟ੍ਰਿਬਿਊਸ਼ਨ ਹੋਇਆ ਹੈ ਫਸਟ ਆਫ 올 ਤਾਂ 13 ਸੀਟਾਂ ਇੱਕ 14ਵੀਂ ਚਲੋ ਚੰਡੀਗੜ੍ਹ ਦੀ ਲਗਾ ਲਓ ਜਿਹੜੇ ਸਿਆਸੀ ਮਾਹਰ ਵੀ ਐ ਜਿਹੜੇ ਸੈਫੋਲੋਜੀਸਟ ਵੀ ਐ ਇਵਨ ਤੁਹਾਡੀ ਪਾਰਟੀ ਦੇ ਲੀਡਰ ਵੀ ਇਹ ਗੱਲ ਕਹਿ ਰਹੇ ਆ ਕਿ ਟਿਕਟ ਡਿਸਟ੍ਰਿਬਿਊਸ਼ਨ ਠੀਕ ਨਹੀਂ ਹੋਇਆ ਯਾਰ ਜਿਨ੍ਹਾਂ ਨੂੰ ਬਠਿੰਡੇ ਤੋਂ ਲੜਨਾ ਚਾਹੀਦਾ ਸੀ ਉਹ ਲੁਧਿਆਣੇ ਆ ਗਏ ਜਿਨ੍ਹਾਂ ਨੇ ਸੰਗਰੂਰ ਤੋਂ ਲੜਨਾ ਸੀਗਾ ਉਹ ਅਨੰਦਪੁਰ ਸਾਹਿਬ ਚਲੇ ਗਏ ਜਿਹੜੇ ਦੁਆਬਾ ਬੈਲਟ ਤੋਂ ਬਿਲੋਂਗ ਕਰਦੇ ਸੀਗੇ ਉਹ ਸੰਗਰੂਰ ਆ ਗਏ ਤੇ ਇਹ ਟਿਕਟ ਡਿਸਟ੍ਰਿਬਿਊਸ਼ਨ ਦਾ ਮਤਲਬ ਤੇ ਜਿਹੜਾ ਫਰੀਦਕੋਟ ਐ ਉਸ ਦਾ ਕੈਂਡੀਡੇਟ ਦਾ ਨਾਮ ਹੀ ਨਹੀਂ ਸੁਣਿਆ ਸੀ ਇਵਨ ਜਦੋਂ ਕੈਂਡੀਡੇਟ ਦਾ ਨਾਮ ਵੀ ਡਿਕਲੇਅਰ ਹੋਇਆ ਸਾਨੂੰ ਵੀ ਉਹਨਾਂ ਦੀ ਫੋਟੋ ਲੱਭਣ ਵਿੱਚ ਬੜੀ ਮੁਸ਼ਕਲਤ ਕਰਨ ਕਾਂਗਰਸ ਪਾਰਟੀ ਤੇ ਕਿ ਕਿਤਨਾ ਕਿਤੇ ਕੰਪਰੋਮਾਈਜ਼ ਹੋਇਆ ਟਿਕਟ ਡਿਸਟ੍ਰਿਬਿਊਸ਼ਨ ਨੂੰ ਲੈ ਕੇ ਦੇਖੋ ਇੱਕ ਮੈਂ ਤੁਹਾਨੂੰ ਦੱਸਾਂ ਤੁਸੀਂ ਚੰਗੀ ਤਰ੍ਹਾਂ ਪੁੱਛ ਲਓ ਤੁਸੀਂ ਨਾਵਾਂ ਦੀ ਗੱਲ ਕੀਤੀ ਆ ਆਪ ਦੇ ਵਿੱਚ ਦੋ ਤਿੰਨ ਬੰਦੇ ਛੱਡ ਕੇ ਬਾਕੀ ਤੇ ਅਜੇ ਤੱਕ ਸਾਨੂੰ ਨਹੀਂ ਪਤਾ ਕੌਣ ਹੈ ਜੀ ਨਹੀਂ ਨਹੀਂ ਬਾਜੋ ਸਾਹਿਬ ਆਪਾਂ ਕਾਂਗਰਸ ਤੇ ਮੈਂ ਕਾਂਗਰਸ ਦੀ ਗੱਲ ਕਰਨਾ ਐਂਡ ਐਜ਼ ਅ ਮੈਟਰ ਆਫ ਸਟ੍ਰੈਟਜੀ ਤੁਸੀਂ ਚੰਗੀ ਤਰ੍ਹਾਂ ਵੇਖ ਲਓ ਜਿਹੜੀਆਂ ਕਾਮਯਾਬ ਪਾਰਟੀਆਂ ਹੋਈਆਂ ਨੇ ਉਹਨਾਂ ਨੇ ਰੀਸ਼ਫਲਿੰਗ ਕੀਤੀ ਆਫ ਕਾਰਡਸ ਇਸ ਅੰਗਰੇਜ਼ੀ ਚ ਕਹਿੰਦੇ ਰੀਸ਼ਫਲਿਓ ਕਾਰਡਸ ਸਿਟਿੰਗ ਐਮਪੀਜ਼ ਦੇ ਖਿਲਾਫ ਬਹੁਤ ਸਾਰੀ ਐਂਟੀ ਇਨਕੰਬੈਂਸੀ ਹੁੰਦੀ ਜੇ ਸ਼ਫਲਿੰਗ ਆਫ ਕਾਰਡਸ ਦੇ ਨਾਲ ਤੁਸੀਂ ਵੇਖੋਗੇ ਜਦੋਂ ਬੰਦਾ ਨਵੀਂ ਜਗ੍ਹਾ ਜਾਂਦਾ ਹੈ ਜੇ ਉਹਦਾ ਚਿਹਰਾ ਨੋਨ ਹੈ ਤੇ ਉਹ ਉੱਥੇ ਸੈੱਲ ਵੀ ਹੁੰਦਾ ਲੋਕ ਕਹਿੰਦੇ ਕਿ ਵਧੀਆ ਬੰਦਾ ਆ ਗਿਆ ਯਾਰ ਇਸ ਕਿਸਮ ਦੇ ਬੰਦੇ ਨੂੰ ਜਿਸ ਨਾਲ ਤੁਸੀਂ ਸੰਗਰੂਰ ਦੀ ਗੱਲ ਹੀ ਕੀਤੀ ਮੇਰਾ ਖਿਆਲ ਟਫੈਸਟ ਬੈਟਲ ਭਗਵੰਤ ਮਾਨ ਨੂੰ ਸੰਗਰੂਰ ਚ ਮਿਲਦੀ ਉਹਦੀ ਟਫ ਤੇ ਮਿਲਦੀ ਸੁਖਪਾਲ ਸਿੰਘ ਜੇ ਹੋਰ ਹੁੰਦਾ ਇਹੀ ਤੋਂ ਇਲਜ਼ਾਮ ਲਾਂਦੇ ਕਿ ਤੁਸੀਂ ਮਾੜਾ ਕੈਂਡੀਡੇਟ ਕਮਜ਼ੋਰ ਕੈਂਡੀਡੇਟ ਪਕੋਂ ਤੁਮਾਂ ਦੇ ਸਾਹਮਣੇ ਲੈ ਆਂਦਾ ਜੇ ਅਸੀਂ ਤਗੜਾ ਲੈ ਕੇ ਆਂਦਾ ਜਿਹਨੇ ਸਿੱਧਾ ਹੀ ਪਰਣਾਉ ਦੇ ਗੱਲ ਚ ਪਾ ਲਿਆ ਤੇ ਕੁਸ਼ਤੀ ਸ਼ੁਰੂ ਹੋ ਗਈ ਹੁਣ ਤੁਸੀਂ ਕਹਿਣ ਲੱਗ ਗਲਤ ਬੰਦਾ ਚਲਾ ਗਿਆ ਜੀ ਹਰ ਆਦਮੀ ਦੀ ਆਪਣੀ ਆਪਣੀ ਜਗ੍ਹਾ ਤੁਸੀਂ ਵੇਖਿਓ ਅੱਛਾ ਆਨੰਦਪੁਰ ਸਾਹਿਬ ਜੇ ਬਿੱਟੂ ਨੂੰ ਅਸੀਂ ਪਹਿਲੀ ਵਾਰ ਰੱਖਦੇ ਤੇ 100% ਆ ਰਿਹਾ ਹੈ ਲੁਧਿਆਣੇ ਖੜਿਆ ਜਿੱਤ ਗਿਆ ਜੀ ਇਹ ਜਿੱਥੇ ਵੀ ਸ਼ਫਲਿੰਗ ਆਫ ਕਾਰਡਸ ਹੋ ਰਹੀ ਸ਼ਫਲਿੰਗ ਆਫ ਕੈਂਡੀਡੇਟਸ ਹੋ ਰਹੀ ਯੂ ਵਿਲ ਸੀ ਦੀ ਰਿਜ਼ਲਟਸ ਮੈਂ ਕੋ ਮੈਂ ਤੁਹਾਡੇ ਨਾਲ ਸ਼ਰਤ ਲਾਣ ਨੂੰ ਤਿਆਰ ਪਿਛਲੀ ਵਾਰ ਸਾਡੀਆਂ 8 ਸੀ ਵੀ ਵਿਲ ਟੇਕ ਮੋਰ ਦਨ ਦੋਸ ਨੰਬਰਸ ਤੋ ਉਹ ਸ਼ਪਲਿੰਗ ਆਫ ਕਰ ਦੇ ਰਹੇ ਹੋ ਤੁਸੀਂ ਨਹੀਂ ਮੈਂ ਤਾਂ ਕਦੀ ਛੋਟੀ ਦਿੱਤੀ ਨਹੀਂ ਮੇਰੀ ਸਟੇਟਮੈਂਟ ਹੁੰਦੀ ਵੱਡੀ ਹੈ ਜੀ ਤੋ ਮੈਂ ਤੁਹਾਨੂੰ ਬਿਕੋਜ਼ ਆ ਮੈਨੂੰ ਗਰਾਊਂਡ ਰਿਐਲਿਟੀ ਦਾ ਪਤਾ ਜੀ ਮੈਨੂੰ ਇਹ ਪਤਾ ਹੈ ਕਿ ਵੇਖੋ ਪੰਜਾਬ ਦੇ ਵਿੱਚ ਦੋ ਕਿਸਮ ਦੀ ਜਾਂ ਤੇ ਮੋਦੀ ਦੇ ਹੱਕ ਚ ਵੋਟ ਪੈਣੀ ਹੈ ਜਿਹੜੀ ਐਂਟੀ ਮੋਦੀ ਪੈਣੀ ਉਹ ਤੇ ਕੋਈ ਵਿਕਲਪ ਕੀ ਹੈ ਕਾਂਗਰਸ ਆਪ ਐਂਡ ਅਕਾਲੀ ਦਲ ਅਕਾਲੀ ਦਲ ਸਾਰਿਆਂ ਨੂੰ ਪਤਾ ਹੈ ਬਰਗਾੜੀ ਬੈਬਲ ਕਲਾ ਡਰੱਗਸ ਦਾ ਮਸਲਾ ਐਂਡ ਜਿਹੜੇ ਕਾਲੇ ਕਾਨੂੰਨ ਬਣੇ ਨੇ ਉਹਦੇ ਵਿੱਚ ਸਦਾਰਨੀ ਹਰ ਸਿਮਰਤ ਕੌਰ ਦਾ ਰੋਲ ਉਸ ਗੱਲ ਕਰਨ ਦੇ ਆਰ ਨਾਟ ਟੇਕਿੰਗ ਆਫ ਨੰਬਰ 2 ਸਾਰਿਆਂ ਨੂੰ ਪਤਾ ਹੈ ਕਿ 27 ਦੇ ਵਿੱਚ ਪਾਵੇਂ ਚੰਗੇ ਮਾੜੇ ਇਹ ਅਲਟੀਮੇਟਲੀ ਅਕਾਲੀ ਦਲ ਤੇ ਭਾਜੀਪੀ ਜਿਹੜੀ ਇਕੱਠੇ ਹੋਣਗੇ ਕੱਲਿਆਂ ਦਾ ਵਜੂਦ ਕੋਈ ਨਹੀਂ ਤੋ ਅੱਜ ਵੋਟ ਜਿਹੜੀ ਖਾਲੀ ਦਲ ਨੂੰ ਪਾਵਾਂਗੇ ਬੇਸਿਕਲੀ ਇਟ ਇਜ਼ ਇਨਡਾਇਰੈਕਟਲੀ ਗੋਇੰਗ ਟੂ ਮੋਦੀ ਹੁਣ ਆ ਗਿਆ ਵਿਕਲਪ ਸਾਡਾ ਤੇ ਆਪਦਾ ਇਹਨਾਂ ਦੇ ਟੌਲਸ ਲੀਡਰ ਜਿਹੜੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਮਮਤਾ ਬੇਨਰਜੀ ਨੇ ਤੇ ਜਿਹੜੇ ਠਾਕਰੇ ਸਾਹਿਬ ਨੇ ਫਾਰਮਰ ਸੀਐਮ ਰਹੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਸੀ ਪਟਨਾ ਦੀ ਰੈਲੀ 'ਚ ਕਿ ਜੇ ਇੰਡੀਆ ਬਲੌਕ ਨੂੰ ਮжоਰਿਟੀ ਮਿਲੇਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕਿ ਜੇ ਕੇਜਰੀਵਾਲ ਸਾਹਿਬ ਹੀ ਇਹ ਚਾਹਦੇ ਨੇ ਤੇ ਫਿਰ ਆਪਾਂ ਵੋਟ ਆਪਣਾ ਜ਼ਾਇਆ ਕਿਉਂ ਕਰਨਾ ਆਪ ਨੂੰ ਪਾਉਂਦਾ ਕੀ ਲਾਭ ਏ ਅਸੀਂ ਕੰਟੈਸਟ ਕਰ ਰਹੇ ਹਾਂ 350 ਸੀਟਾਂ 'ਤੇ ਜੀ ਸਾਰੇ ਹਿੰਦੁਸਤਾਨ 'ਚ ਆਪ ਕਰ ਰਹੀ 20 ਸੀਟਾਂ جے મોદી ਨੂੰ ਕੋ ਰੋਕ ਸਕਦਾ ਕਲੀ ਕਾਂਗਰਸ ਰੋਕ ਸਕਦੀ ਕੇਜਰੀ ਭਵਾਲ ਸਾਹਿਬ ਖੁਦ اپیل ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਅਸੀਂ ਬਣਾਣਾ ਤੇ ਜੇ ਪ੍ਰਧਾਨ ਮੰਤਰੀ ਤੁਸੀਂ ਕਾਂਗਰਸ ਦਾ ਹੀ ਬਣਾਣਾ ਤੇ ਵੋਟ ਸਾਨੂੰ ਸਿੱਧੀ ਪਾਓ ਜਦੋਂ ਅਸੈਂਬਲੀ ਦੀ ਗੱਲ ਹੋਏਗੀ ਤੇ ਅਸੀਂ ਫਿਰ ਇਹਨਾਂ ਨਾਲ ਉੱਥੇ ਬੈਠ ਕੇ ਹਸਤਾਖਤ ਕਰ ਲਾਂਗੇ ਅਸੈਂਬਲੀ ਦੇ ਵਿੱਚ ਇਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਸੋ ਨੌਇਜ਼ਲੀ ਟਾਈਮ ਫॉर ਪੰਜਾਬ ਇਫ ਯੂ ਵਾਂਟ ਟੂ ਸਟਾਪ ਮੋਦੀ ਦੈਨ ਓਨਲੀ ਕਾਂਗਰਸ ਕੈਨ ਸਟਾਪ ਇਟ ਐਨੀ ਵੋਟ ਗoing ਟੂ ਦੀ ਆਪ অর ਐਨੀ ਵੋਟ ਗoing ਟੂ ਦੀ ਕਾਲੀ ਦਲ ਊਡ ਬੀ ਅ ਵੇਸਟ ਆਫ ਵੋਟ ਐਂਡ ਇਟ ਵਿਲ ਬੇਸਿਕਲੀ ਸਟੈਂਥਨ ਦੀ ਹੈਂਡਸ ਆਫ ਨਿਰਿੰਦਰ ਬਾਦੂਜੀ ਇਹ ਮੈਂ ਕਹਾਂਦਾ ਪਾਜਾ ਸਾਹਿਬ ਮੇਰਾ ਇੱਕ ਹੋਰ ਕੁਐਸਚਨ ਹੈ ਤੁਸੀਂ ਹੁਣੇ ਜ਼ਿਕਰ ਕੀਤਾ ਤੁਹਾਡੇ ਭਤੀਜੇ ਰਵਨੀਤ ਬਿੱਟੂ ਦਾ ਤੇ ਰਵਨੀਤ ਬਿੱਟੂ ਦੇ ਆਂਟੀ ਤੁਸੀਂ ਇੱਕ ਬਹੁਤ ਤਕੜਾ 빅 ਸ਼ਾਟ ਉਤਾਰਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਦੂਜੀ ਪਾਰਟੀ ਚ ਗਏ ਆ ਆਬਵੀਅਸਲੀ ਉਸ ਸੀਟ ਨੂੰ ਕਾਂਗਰਸ ਪ੍ਰੈਸਟੀਜ ਦਾ ਇਸ਼ੂ ਬਣਾਈ ਬੈਠੀ ਹੈ ਤੇ ਜੇ ਗਲਤੀ ਨਾਲ ਰਵਨੀਤ ਬਿੱਟੂ ਜਿੱਤ ਗਏ ਤੇ ਫਿਰ ਤੁਹਾਡਾ ਅੱਗੇ ਕੀ ਸਟੈਂਡ ਹੋਏਗਾ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਇਹੋ ਜੀ ਗਲਤੀ ਹੋ ਹੀ ਨਹੀਂ ਸਕਦੀ ਨਹੀਂ ਦੇਖੋ ਡੈਮੋਕ੍ਰੇਸੀ ਹੈ ਯੂ ਨੈਵਰ نو ਹੁਣ ਮੈਂ ਉਹ ਗੱਲ ਨਹੀਂ ਇੱਥੇ ਟੀਵੀ ਤੇ ਕਹਿਣਾ ਚਾਹੁੰਦਾ ਜਿਹੜੀ ਬੜੀ ਹੋਲ ਕਿਸਮ ਦੀ ਲੱਗਣ ਲੱਪੇ 100% ਰਾਜਾ ਵੜਿੰਗ ਜੀ ਜਿੱਤਣਗੇ ਤੁਹਾਨੂੰ ਯਾਦ ਹੋਏਗਾ ਇਹਨੇ ਮੈਨੂੰ ਕਿਹਾ ਸੀ ਤੁਸੀਂ ਲੜੋ ਮੈਂ ਪਹਿਲੇ ਰੰਦਾਵੇ ਨਾਲ ਲੜ ਕੇ ਵੇਖ ਲੈ ਤੋ ਰੰਦਾਵਾ ਹੀ ਇਹਨੂੰ ਟਾ ਦੇਗਾ ਪੀਪਲ نو ਹਿਮ ਵੈਲ ਵੇਖੋ ਰਵਨੀਤ ਬਿੱਟੂ ਜੀ ਹੈਜ਼ ਬੀਨ ਕਨਸੀਡਰ ਟੂ ਬੀ ਅ ਨਾਨ ਸੀਰੀਅਸ ਪੋਲੀਟੀਸ਼ੀਅਨ 10 ਸਾਲ ਚ ਇਹਨਾਂ ਨਾਂ ਤੇ ਕਦੀ ਕਿਸੇ ਦੇ ਭੋਗ ਤੇ ਆਏ ਨਾ ਕਿਸੇ ਦੇ ਵਿਆਹ ਤੇ ਆਏ ਤੇ ਨਾ ਕਿਸੇ ਦਾ ਫੋਨ ਹੀ ਚੁੱਕੇ ਇਸੇ ਗੱਲ ਕਰ ਨੋਇੰਗਫੁਲੀ ਵੈਲ ਵਿਜੇ ਜੀ ਪਤਾ ਹੁੰਦੇ ਕਿ ਮੈਂ ਇਹ ਗੇਮ ਹਾਰ ਰਿਹਾ ਇਹਨਾਂ ਨੇ ਬੀਜੇਪੀ ਦਾ ਸਹਾਰਾ ਲਿਆ ਕਿ ਵੱਡਾ ਸ਼ਹਿਰ ਹੈ ਇਹਦੇ ਚ ਹੋ ਸਕਦਾ ਬੀਜੇਪੀ ਦੇ ਨਾਂ ਤੇ ਮੈਨੂੰ ਵੋਟ ਪੁੱਗ ਜੇ ਨੰਬਰ 2 ਇਹ ਹੈ ਹੀ ਵਾਂਟਡ ਟੂ ਰੀਟੇਨ ਜਿਹੜੇ ਉਹਨਾਂ ਨੂੰ ਘਰ ਦਿੱਤੇ ਗਏ ਦਿੱਲੀ ਦੇ ਵਿੱਚ ਚੰਡੀਗੜ੍ਹ ਤੇ ਲੁਧਿਆਣੇ ਚ ਹੀ ਵਾਂਟਡ ਟੂ ਰੀਟੇਨ ਦੀ ਜ਼ੈਡ ਪਲੱਸ ਸਿਕਿਉਰਿਟੀ ਵਿਚ ਹੈਜ਼ ਬੀਨ ਪ੍ਰੋਵਾਈਡਡ ਟੂ ਹਿਮ ਉਹਨਾਂ ਦੋ ਕਿਸਮ ਦੇ ਬੰਦੇ ਨੇ ਇੱਕ ਤੇ ਉਹ ਨੇ ਜਿਹੜੇ ਵੇਖਦੇ ਮੇਰੇ ਪਿਤਾ ਤੇ ਮੇਰਾ ਦਾਦਾ ਕਿੱਥੇ ਸੀ ਕਿਸ ਆਈਡੀਓਲੋਜੀ ਨਾਲ ਵੈਡਡਟਸ ਜੀ ਅੱਜ ਬਿੱਟੂ ਜੀ ਖੁਸ਼ ਨਹੀਂ ਹੋ ਸਕੇ ਫਿਰ ਹਿੰਦੁਸਤਾਨ ਦਾ ਕੋਈ ਕਾਂਗਰਸੀ ਪਰਿਵਾਰ ਕੋਚ ਨਹੀਂ ਹੋ ਸਕਦਾ ਮੈਂ ਬਰੀਫਲੀ ਦੱਸਣਾ ਚਾਹੁੰਦਾ ਬਿੱਟੂ ਜੀ ਤੇ ਦਾਦਾ ਜੀ ਦੀ ਮੌਤ ਤੋਂ ਬਾਅਦ ਇਹਨਾਂ ਦੇ ਦਾਦੀ ਜੀ ਸਰਦਾਰਨੀ ਜਸਵੰਤ ਕੌਰ ਮੈਂਬਰ ਆਫ ਪਾਰਲੀਮੈਂਟ ਖਲਾਰੇਗੇ ਲੁਧਿਆਣੇ ਤੋਂ ਇਹਨਾਂ ਦੇ ਸਕੇ ਤਾਇਆ ਜੀ ਮਨਿਸਟਰ ਰੇ ਤੇ ਇਹਨਾਂ ਦੀ ਭੂਆ ਜੀ ਮਨਿਸਟਰ ਰੇ ਗੁਰਕਮਲ ਜੀ ਇਹਨਾਂ ਦਾ ਚਚੇਰਾ ਭਰਾ ਮਨਿਸਟਰ ਰਿਆ ਬਿੱਟੂ ਜੀ ਤਿੰਨ ਵਾਰ ਐਮਪੀ ਰੇ ਇਹਨਾਂ ਦਾ ਛੋਟਾ ਭਰਾ ਡੀਐਸਪੀ ਭਰਤੀ ਕੀਤਾ ਤੇ ਮੈਨੂੰ ਦੱਸੋ ਇਸ ਤੋਂ ਜੇ ਇਹਨਾਂ ਦੀ ਤਸੱਲੀ ਨਹੀਂ ਹੋ ਸਕੀ ਤੇ ਫਿਰ ਕਿਸੇ ਦੀ ਤਸੱਲੀ ਹੋਏ ਨਹੀਂ ਸਰ ਸੋ ਇਹਨਾਂ ਨੂੰ ਸਬਕ ਸਿਖਾਣਾ ਇਹ ਬਹੁਤ ਜ਼ਰੂਰੀ ਹੈ ਜਿਹੜਾ ਐਡੇ ਵੱਡੇ ਪੈਮਾਨੇ ਤੇ ਗਦਾਰੀ ਕਰਕੇ ਬੰਦਾ ਜਾਂਦਾ ਸਾਡੀ ਟਾਪ ਪ੍ਰਾਇੋਰਟੀ ਹੈ ਕਿ ਬਿੱਟੂ ਨਹੀਂ ਜਤਨ ਦੇਣਾ ਭਾਵੇਂ ਕੋਈ ਆ ਜਾਵੇ ਇਹ ਮੇਰਾ ਓਪਨ ਚੈਲੰਜ ਹੈ ਪਿਛਲੀ ਵਾਰ ਮੈਨੂੰ ਕਿਸੇ ਨੇ ਕਿਹਾ ਸ਼ਾਹ ਆ ਜਾਣਾ ਮੈਂ ਇੱਥੇ ਭਾਵੇਂ ਬਾਦਸ਼ਾਹ ਵੀ ਆ ਜਾਵੇ ਤਾਵੀ ਬਿੱਟੂ ਨਹੀਂ ਜੇਸਾ ਤੁਸੀਂ ਲੁਧਿਆਣਾ ਕੈਂਪੇਨ ਕਰੋਗੇ ਮੈਂ ਅੱਜ ਹੀ ਚੱਲੇ ਆਂ ਜੀ 7 ਵਜੇ ਮੈਂ ਉੱਥੇ ਪਹੁੰਚ ਜਾਣਾ ਤੁਹਾਡੇ ਤੋਂ ਬਾਅਦ ਬਿੱਟੂ ਨੂੰ ਸਿੱਧਾ ਚੱਲੇ ਜਾਏਗੇ ਤੈਨੂੰ ਜਿੱਤ ਨਹੀਂ ਦੇਣਾ ਸਵਾਲ ਹੀ ਪੈਦਾ ਨਹੀਂ ਚ ਜਿੱਤ ਕਿਸ ਤਾਂ ਜਾਏਗਾ ਸਾਨੂੰ ਉਹਦੇ ਕਾਰਨਾਮੇ ਦਾ ਹੀ ਪਤਾ ਹੈ ਮੂੰਹ ਤੇ ਉਹਦੇ ਸਿਕਰੀ ਜੰਮ ਗਈ ਗੱਲ ਉਹਦੇ ਕੋ ਹੋ ਨਹੀਂ ਪਾਰੀ ਬੰਦਾ ਉਹਦੇ ਨਾਲ ਚੱਲ ਕੋਈ ਨਹੀਂ ਰਿਹਾ ਭਾਜਪੀ ਦਾ ਕੋਈ ਨਹੀਂ ਚੱਲ ਰਿਹਾ ਜੀ ਤੁਸੀਂ ਬਾਕੀਆਂ ਦੀ ਤਾਂ ਗੱਲ ਹੀ ਛੱਡੋ ਠੀਕ ਹੈ ਚਲੋ ਆਪਾਂ ਇੱਕ ਦੋ ਸਵਾਲ ਹੋਰ ਲੈਣੇ ਆ ਸਮਾਂ ਆਪਣੇ ਕੋਲ ਪੂਰਾ ਪੂਰਾ ਹੋਣ ਵਾਜਬਾ ਸਾਹਿਬ ਸੀਐਮ ਮਾਨ ਤੁਹਾਨੂੰ ਇਹ ਕਹਿੰਦੇ ਨੇ ਕਿ ਤੁਸੀਂ ਬਹੁਤ ਵਾਰ ਕਿਹਾ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਕਿ ਮੋਬਾਈਲ ਠੀਕ ਕਰਦੇ ਕਰਦੇ ਮੁੰਡੇ ਐਮਐਲਏ ਬਣ ਗਏ ਤੁਸੀਂ ਉਹ ਬਿਆਨ ਦਿੱਤਾ ਉਸ ਤੇ ਸੀਐਮ ਮਾਨ ਨੇ ਕਾਫੀ ਰिएक्ट ਕੀਤਾ ਤੇ ਕਿਹਾ ਕਿ ਬਾਜਬਾ ਸਾਹਿਬ ਚਾਹੁੰਦੇ ਨਹੀਂ ਕਿ ਆਮ ਘਰਾਂ ਦੇ ਮੁੰਡੇ ਐਮਐਲਏ ਬਣ ਜਾਣ ਦੇਖੋ ਟੋਟਲੀ ਬੇਬੁਨਿਆਦ ਇਹ ਕੇਜਰੀਵਾਲ ਸਾਹਿਬ ਨੇ ਖੁਦ ਕਿਹਾ ਸੀ ਇੱਕ ਮੋਬਾਈਲ ਠੀਕ ਕਰਨ ਵਾਲੇ ਨੂੰ ਅਸੀਂ ਟਿਕਟ ਦਿੰਦੀ ਮੈਂ ਇਹੀ ਗੱਲ ਕਹੀ ਸੀ ਕਿ ਤੁਸੀਂ ਆਈ ਜਸਟ ਸੈਡ ਵੇਖੋ ਉਹ ਆਦਮੀ ਜਿਹਨਾਂ ਦਾ ਕੋਈ ਤਜਰਬਾ ਹੈ ਨਹੀਂ ਬਿਲਕੁਲ ਕੋਈ ਤਜਰਬਾ ਇਹਨਾਂ ਦਾ ਇੱਕ ਐਮ.ਐਲ.ਏ ਇਹੋ ਜਿਹਾ ਮੈਂ ਵੇਖੋ ਉਹ ਕਹਿੰਦਾ ਹੈ ਕਿ ਗਊ ਮਾਤਾ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਜਾਏ ਗਊ ਮਾਤਾ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਜਾਏ ਦੱਸੋ ਇਹਨੂੰ ਕੀ ਕਵਾਂਗੇ ਜੀ ਇੱਕ ਬੰਦਾ ਸੀ ਜਿਹੜਾ ਪਹਿਲੇ ਦਿਨ ਸਾਈਕਲ ਤੇ ਆ ਗਿਆ ਅਗਲੇ ਦਿਨ ਫੋਰਚਨਰ ਤੇ ਆ ਗਿਆ ਇਹਨਾਂ ਨੂੰ ਆਪਾਂ ਕੀ ਕਵਾਂਗੇ 6 ਵਜੇ ਤੋਂ ਬਾਅਦ ਜਿਹੜਾ ਚੀਫ ਮਿੰਿਸਟਰ ਮਿਲਦਾ ਨਹੀਂ ਜਿਹੜਾ ਕਹਿੰਦਾ ਸੀ ਅਸੀਂ ਸੱਥਾਂ ਤੋਂ ਚੱਲਾਂਗੇ ਉਹ ਸਰਕਾਰੀ ਪੰਜ ਕਰ ਸੰਭੀ ਫਿਰਦਾ ਹੈ 1100 ਬੰਦਾ ਸਿਕਿਉਰਿਟੀ ਦਾ ਸੰਭੀ ਫਿਰਦਾ ਹੈ ਗੱਡੇ ਨਾਲੋਂ ਵੱਧ ਟਾਂਗੇ ਨਾਲੋਂ ਵੱਧ ਉਹ ਹੈਲੀਕਾਪਟਰ ਵਰਤਦਾ ਫਿਰਦਾ ਹੈ ਪੰਜਾਬ ਦਾ ਪੈਸਾ ਕੇਜਰੀਵਾਲ ਤੇ ਤੇ ਜ਼ਾਇਆ ਕਰਦਾ ਫਿਰਦਾ ਉਹਨੂੰ ਕੀ ਕਵਾਂਗੇ ਹੋਰ ਚ ਮੈਨੂੰ ਇੰਨਾ ਤੁਸੀਂ ਕੀ ਕਹਿੰਦੇ ਹੋ ਗਲਤ ਚੋਣ ਲਏ ਹਾਂ 100% ਮੈਂ ਸਾਹਮਣੇ ਇਹਨਾਂ ਦੀ ਕੰਪਲੀਟਲੀ ਗਲਤ ਚੋਇਸ ਹੋਈ ਹੈ ਐਬਰੇਸ਼ਨ ਹੈ ਇਹ ਐਬਰੇਸ਼ਨ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਚ ਆਈ ਐਮ 100% ਸ਼ੋਰ ਕਿ ਪੀਪਲ ਵਿਲ ਜਿਹੜੀ ਇਹਨਾਂ ਨੇ ਗਲਤ ਫੈਸਲਾ ਪੰਜਾਬ ਦੇ ਲੋਕਾਂ ਨੇ ਕੀਤਾ ਉਹ ਰਾਈਟ ਕਰਨਗੇ ਇੱਕ ਰਣਵੀਰ ਲਖਸ਼ਵੀ ਸਵਾਲ ਪੁੱਛਣਾ ਜਾ ਰਹੇ ਹਾਂ ਇੱਕ ਹੋਰ ਸਾਡੇ ਸੇਵਕੀ ਮੇਰਾ ਰਾਜਾ ਵੜਿੰਗ ਨੂੰ ਲੈ ਕੇ ਸਵਾਲਾ ਤੁਸੀਂ ਇਹ ਕੁਝ ਸਮੇਂ ਪਹਿਲਾਂ ਇੱਕ ਸਟੇਟਮੈਂਟ ਪਾਸ ਕੀਤੀ ਸੀ ਕਿ ਰਾਜਾ ਵੜਿੰਗ ਜੀ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਚੱਲਿਆ ਕਰੋ ਕੀ ਉਹਨਾਂ ਨੇ ਤੁਹਾਡੀ ਨਸੀਹਤ ਮੰਨੀ ਕਿ ਹੱਲੇ ਵੀ ਇਕੱਲੇ ਤੁਰੇ ਫਿਰਦੇ ਨੇ ਮੈਂ ਤੇ ਕਿਤੇ ਨਹੀਂ ਕਿਹਾ ਕਿ ਸਾਰੇ ਤੁਸੀਂ ਸਟੇਜ ਤੇ ਕਿਹਾ ਸੀ ਇੱਕ ਵਾਰ ਕਿ ਸਾਰੇ ਨੂੰ ਆਪਾਂ ਨਾਲ ਲੈ ਕੇ ਚੱਲਿਆ ਕਰੀਏ ਨਹੀਂ ਆਪਾਂ ਦਾ ਮਤਲਬ ਮੈਂ ਵੀ ਵੇਚੀ ਉਹਦੇ 'ਚ ਇਹ ਨਹੀਂ ਮੇਰਾ ਆਪਾਂ ਦਾ ਮਤਲਬ ਇਹ ਹੁੰਦਾ ਦੋ ਸੀਨੇ ਮੋਸਟ ਲੀਡਰਸ ਕਿ ਲੈਟ ਅਸ ਟੇਕ ਐਵਰੀਬਾਡੀ ਅਲੋਂਗ ਨਹੀਂ ਬੇਸਿਕਲੀ ਮੈਨੂੰ ਲੱਗਦਾ ਕਿ ਉਹ ਸਟੇਟਮੈਂਟ ਉਸ ਸਮੇਂ ਆਈ ਸੀ ਜਦੋਂ ਪੰਜਾਬ ਯੂਥ ਕਾਂਗਰਸ ਦੀ ਮੋਹਿਦ ਮਹਿੰਦਰਾ ਬਣਾ ਦਿੱਤੀ ਉਹ ਹੋ ਸਕਦਾ ਹੋ ਸਕਦੇ ਆਈ ਹੋਏ ਤੁਹਾਨੂੰ ਲੱਗਦਾ ਕਿ ਨਾਲ ਲੈ ਕੇ ਚੱਲ ਰਹੇ ਨੇ ਹੱਲੇ ਇਸ ਚੱਲ ਰਹੇ ਤੇ ਤਾਂ ਹੀ ਤੇ ਇਡੇ ਵੱਡੇ ਪੇਮਾਨੇ ਤੇ ਉਹਨਾਂ ਨੂੰ ਉੱਥੇ ਵੈਲਕਮ ਮਿਲ ਰਿਹਾ ਜੀ ਜਿਹੜਾ ਇਹਨਾਂ ਟਮਲਚਸ ਵੈਲਕਮ ਹੋ ਰਿਹਾ ਜਿਹਨਾਂ ਇਹਨਾਂ ਵੱਡੇ ਪੈਮਾਨੇ ਤੇ ਲੋਕ ਨਾਲ ਚੱਲ ਰਹੇ ਨੇ ਇਸੇ ਗੱਲ ਕਰਨੀ ਚੱਲ ਰਹੇ ਕਿ ਐਵਰੀ ਸਿੰਗਲ ਪਰਸਨ ਇਸਟਾਰਟਿੰਗ ਬਾਰੇ ਇੱਕ ਹੋਰ ਸਵਾਲ ਹੈ ਸਰ ਕਾਂਗਰਸ ਦੇ ਤਿੰਨ ਲੀਡਰ ਸੀ ਜਿਹੜੇ ਕਾਂਗਰਸ ਨੂੰ ਛੱਡ ਕੇ ਪਹਿਲਾਂ ਗਏ ਸੀ ਭਾਜਪਾ ਦੇ ਵਿੱਚ ਪਰ ਹੁਣ ਵਾਪਸ ਕਾਂਗਰਸ ਦੇ ਵਿੱਚ ਆ ਗਏ ਸੀ ਤਾਂ ਕੀ ਲੱਗਦਾ ਕਿ ਉਹਨਾਂ ਨੂੰ ਕਿਹੜੀਆਂ ਸ਼ਰਤਾਂ ਤੇ ਵਾਪਸ ਰੱਖਿਆ ਗਿਆ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਰਵਨੀਤ ਬਿੱਟੂ ਅਤੇ ਹੋਰ ਲੀਡਰ ਵਾਪਸ ਆਉਂਦੇ ਨੇ ਕਿ ਤੁਸੀਂ ਉਹਨਾਂ ਨੂੰ ਵਾਪਸ ਰੱਖੋਗੇ ਇੰਪੋਰਟਸ ਵਾਲੇ ਬੇ ਕੋ ਮੇਰੀ ਸੁਣ ਲੋ ਬਾਕੀਆਂ ਦਾ ਤਾਂ ਮੈਂ ਕਹਿਆ ਕੁਝ ਨਹੀਂ ਸਕਦਾ ਬਟ ਕਾਂਗਰਸ ਦੇ ਵਿੱਚ ਬਿੱਟੂ ਦੀ ਐਂਟਰੀ ਤੇ ਇੰਬਾਗੋ ਹੋਏਗਾ ਬਿੱਟੂ ਦੀ ਐਂਟਰੀ ਤੇ ਇੰਬਾਗੋ ਹੋਏਗਾ ਅੰਡਰ ਨੋ ਸਰਕਮਸਟੈਂਸਿਸ ਜਿੰਨਾ ਚਿਰ ਮੈਂ ਜਿਉਂਦਾ ਹੁਣ ਮੇਰੇ ਬਾਅਦ ਪੂਰੇ ਹੋਣ ਤੋਂ ਬਾਅਦ ਬਿੱਟੂ ਆ ਜੇ ਤਾਂ ਮੈਂ ਕਹਿਆ ਕੁਝ ਨਹੀਂ ਸਕਦਾ ਕਿਉਂਕਿ ਮੇਰੋਂ ਛੋਟਾ ਹੈ ਬੜਾ ਮੇਰੇ ਜਿਉਂਦਿਆਂ ਨਹੀਂ ਆ ਸਕਦਾ ਬਿੱਟੂ ਨਾਲ ਬੜੀ ਲੱਗਦੀ ਹੈ ਤੁਹਾਡੀ ਤੇ ਬਿੱਟੂ ਨਾਲ ਮੇਰੇ ਨਹੀਂ ਲੱਗਦੀ ਬੇਇਸੂਲੀ ਜਿਹੜਾ ਉਹਨਾਂ ਕੰਮ ਕਰਦੇ ਜਿਹੜਾ ਉਹਨੇ ਬੇਇਸੂਲੀ ਕੀਤਾ ਮੇਰਾ ਤੇ ਸੋਂ ਬਹੁਤ ਪਿਆਰਾ ਸੀ ਉਹ ਮੇਰਾ ਬਹੁਤ ਪਿਆਰਾ ਸੀ ਮੈਨੂੰ ਬਹੁਤ ਇੱਜ਼ਤ ਕਦਰ ਕਰਦਾ ਪਰ ਜੂ ਨੇ ਐਕਟ ਕੀਤਾ ਸਾਬ ਬਿਆਨ ਸਿੰਘ ਦਾ ਐਡਾ ਵੱਡਾ ਨਾਂ ਹੋਏ ਉਹ ਤੁਸੀਂ ਭਾਜੀਪੀ ਤੇ ਛੰਡੇ ਤੇ ਉਹਨਾਂ ਦੀ ਫੋਟੋ ਲਾ ਦਿਓ ਇਸ ਤੋਂ ਵੱਡੀ ਸਮਝੋ ਇਸ ਤੋਂ ਵੱਡੀ ਇੱਕ ਵਿਰਾਸਤ ਕਾਂਗਰਸ ਦੀ ਕੀਤੀਆਂ ਕੁਰਬਾਨੀਆਂ ਉਹਨਾਂ ਸ਼ਹੀਦਾਂ ਦੀ ਬਜਵਾ ਸਾਬ ਉਹਨਾਂ ਦੇ ਕਦੇ ਗੱਲ ਨਹੀਂ ਕੀਤੀ ਬਿੱਟੂ ਨੇ ਕੋ ਗੇਲੇਸ਼ਿਕ ਮੇਲਾ ਹੋਰੀ ਪਤਾ ਅਸਲ ਕੀ ਹੋ ਜਾਣਗੇ ਨਾ 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 ਆਈ ਹੈਡ ਨੋ ਆਈਡੀਆ ਮੈਂ ਤੇ ਹਰਾਨ ਹੋ ਗ ਰੰਦਾਵਾ ਹੋਰਾਂ ਨੇ ਇੱਕ ਗੱਲ ਮੈਂ ਮੇਰੀ ਬੇਇਤੀ ਸੁਣੋ ਰੰਦਾਵਾ ਸਾਹਿਬ ਦੀ ਮੈਂ ਗੱਲ ਸੁਣੀ ਹੈ ਬਟ ਉਸ ਫਲਾਈਟ ਦੇ ਵਿੱਚ ਡਾਕਟਰ ਅਮਰ ਸਿੰਘ ਨਾਲ ਸੀ ਅਮਰ ਸਿੰਘ ਜੀ ਕਹਿਣ ਲੱਗੇ ਕਿ ਮੈਨੂੰ ਕਹਿਣ ਲੱਗੇ ਕਿ ਆਪਾਂ ਸ਼ਾਮ ਨੂੰ ਕੋ 5 ਵਜੇ ਚਾਹ ਪੀਏ ਕਹਿੰਦੇ ਪੱਕਾ ਪੀਾਂਗੇ ਕਹਿੰਦੇ ਜਦੋਂ ਮੈਂ ਟੈਲੀਫੋਨ ਕੀਤਾ ਤੇ ਅਜੇ ਇੱਕ ਟੈਲੀਫੋਨ ਕਰ ਹੀ ਰਿਹਾ ਸੀ ਚੁੱਕ ਨਹੀਂ ਸੀ ਰਿਹਾ ਤੇ ਸਾਹਮਣੇ ਹੀ ਕਹਿੰਦਾ ਟੀਵੀ ਔਨ ਸੀ ਤੇ ਮੈਂ ਵੇਖਿਆ ਕਿ ਇਹ ਤੇ ਬੀਜੇਪੀ ਦੇ ਹੈਡਕਵਰਟਰ ਤੇ ਬੈਠਾ ਹੈ ਇੱਕੋ ਫਲਾਈਟ 'ਚ ਗਏ ਨੇ ਆਪਣੇ ਕਲੀਗ ਐਮਪੀ ਨੂੰ ਇਹ ਫਤਿਹਗੜ੍ਹ ਸਾਹਿਬ ਵਾਲੇ ਐਮਪੀ ਨੂੰ ਕਹਿ ਕੇ ਗਏ ਨੇ ਕਿ ਆਪਾਂ 5 ਵਜੇ ਮਿਲਨੇ ਆ ਸੋ ਹੀ ਟੁਕ ਅ ਪਾਰਟੀ ਫॉर ਅ ਰਾਈਟ ਅਸੀਂ ਤੇ ਆਪ ਹੱਕੇ ਬੱਕੇ ਰਹਿ ਗਏ ਕਿ ਇਹਨੇ ਕੰਮ ਕਰ ਰੰਦਾਵਾ ਸਾਹਿਬ ਕਹਿੰਦੇ ਰਾਹੁਲ ਗਾਂਧੀ ਨੂੰ ਹੋ ਸਕਦਾ ਹੋ ਸਕਦਾ ਸੀ ਮੈਂ ਕਿਉਂਕਿ ਉੱਥੇ ਨਹੀਂ ਸੀ ਹੋ ਸਕਦਾ ਰਾਹੁਲ ਜੀ ਨੂੰ ਇੰਟਰਨਲ ਇਨਫੋਰਮੇਸ਼ਨ ਹੋ ਕਿਉਂਕਿ ਇਹ ਚੀਜ਼ ਕੋਈ 2 ਦਿਨ ਵਿੱਚ ਤੇ ਹੁੰਦੀ ਨਹੀਂ ਇਹ 5-7 ਮਹੀਨਿਆਂ ਦੀ ਬਕਾਇਦਾ ਤੌਰੇ ਦੇ ਵਿੱਚ ਡਿਫਰੈਂਟ ਲੈਵਲਸ ਤੇ ਮੇਰਾ ਖਿਆਲ ਇਹਨਾਂ ਦੀ ਜਿਹੜੀ ਉੱਥੇ ਐਂਟਰੀ ਹੋਈ ਇਟ ਹੈਸ ਬੀਨ ਡਨ ਬਾਏ ਦੀ ਹੋਮ ਮਿਨਿਸਟਰ ਐਂਡ ਦੀ ਪ੍ਰਾਈਮ ਮਿਨਿਸਟਰ ਉਹ ਉਸ ਲੈਵਲ ਤੇ ਸਾਬ ਬੈਂ ਸਿੰਘ ਦੇ ਵਿਰਸੇ ਨੂੰ ਉਹਨਾਂ ਦੇ ਨਾਂ ਨੂੰ ਬੀਜੇਪੀ ਆਪਣੇ ਖਾਤੇ ਚ ਢਾਣਾ ਚਾਹ ਜਿਸਾ ਸਰਦਾਰ ਪਟੇਲ ਸਾਹਿਬ ਜਿਹੜੇ ਹਿੰਦੁਸਤਾਨ ਦੇ ਪਹਿਲੇ ਹੋਮ ਮਿਨਿਸਟਰ ਸੀ ਗੁਜਰਾਤ ਦੇ ਸੀ ਇਟ ਵਾਸ ਸਰਦਾਰ ਪਟੇਲ ਹੂ ਬੈਨਡ ਦੀ ਆਰਐਸਐਸ ਜਿਹੜੀ ਪਹਿਲਾ ਬੈਨ 1950 ਚ ਆਰਐਸਐਸ ਤੇ ਲੱਗਾ ਸਰਦਾਰ ਪਟੇਲ ਦਾ ਲੱਗਾ ਤੇ ਅਸ ਸਰਦਾਰ ਪਟੇਲ ਨੂੰ ਓਨ ਅਪ ਕਰਕੇ ਐਡੀ ਵੱਡੀ ਮੂਰਤੀ ਬਣਾ ਕੇ ਉਹਨੇ ਆਪਣੇ ਖਾਤੇ ਚ ਚੜਾ ਲਿਆ ਜੀ ਸੇਮ ਇਹ ਹੈ ਸਿਆ ਬਹੰਸੇ ਗੁਰ ਉਹਨਾਂ ਨੂੰ ਆਪਣੇ ਖਾਤੇ ਚ ਚੜਾਉਣ ਦੀ ਕੋਸ਼ਿਸ਼ ਚ ਨੇ ਸੁਭਾਸ਼ ਚੰਦਰ ਬੋਸ ਜੀ ਨੂੰ ਆਪਣੇ ਖਾਤੇ ਚ ਚੜਾਉਣ ਦੀ ਕੋਸ਼ਿਸ਼ ਚ ਨੇ ਜੇ ਵੇਖਿਆ ਜੇ ਇੱਕ ਹਿਸਟਰੀ ਦੇ ਵਿੱਚ ਬੰਦਾ ਦੱਸੋ ਜਿਹੜਾ ਭਾਜੀਪੀ ਤੇ ਆਰਐਸਐਸ ਨਾਲ ਸੰਬੰਧਿਤ ਹਿੰਦੋਸਤਾਨ ਦੀ ਜਿਹੜੀ ਲੜਾਈ ਹੈ ਜੰਗ ਅਜ਼ਾਦੀ ਉਹਦੇ ਚ ਇੱਕ ਬੰਦਾ ਇਹਨਾਂ ਦਾ ਅੰਦਰ ਹੋਇਆ ਹੋਇਆ ਕਿਸੇ ਨੇ ਕੈਦ ਕੱਟੀ ਹੋਇਆ ਜੀ ਐਕਸੈਪਟ ਔਰ 1 ਔਰ 2 ਪੀਪਲ ਹਜ਼ਾਰਾਂ ਲੱਖਾਂ ਬੰਦੇ ਗਏ ਨੇ they were never a part of the indian struggle against the british raj sanu es kal da mainu afsos hai mainu otherwise rabaneet te koi problem nahi but mainu afsos hai ke jo tu kaam kita hai es to maada ho koi nahi sir sab bhensingh da je parivar eh gall ke ke main hun ethe nahi rehna main chaleya ik membership pas o ed nu ta membership congress ne pher kitna kitna de deni si etho aar janda raj sabha de deni si ਬਟ ਮੇਰਾ ਖਿਆਲ ਵੈਰੀ ਵੈਰੀ ਅਨਫੋਰਚੂਨੇਟ ਸਾਰੀ ਜ਼ਿੰਦਗੀ ਇਹ ਪਛਤਾਏਗਾ ਮੇਰੀ ਇਹ ਗੱਲ ਆ ਨੋਟ ਕਰ ਲੋ ਮੈਂ ਰਵਾਂ ਨਾ ਰਵਾਂ ਕਿਸੇ ਬੰਦੇ ਨੇ ਲੰਬਾ ਟਾਈਮ ਤੇ ਰਹਿਣਾ ਨਹੀਂ ਹੁੰਦਾ ਬਟ ਇਹ ਚੀਜ਼ ਇੱਕ ਨੋਟ ਕਰ ਲੋ ਇਹਨੇ ਪੋਲਿਟੀਕਲ ਸੂਸਾਈਸਾਈਡ ਕੀਤਾ ਇਹਨੇ ਆਪ ਆਪਣੀ ਖੁਦਕਸ਼ੀ ਦੇ ਆਪਣੇ ਸਿਗਨੇਚਰਸ ਆਪ ਕੀਤੇ ਨੇ ਸੋ ਮੈਂ ਸਮਝਣਾ ਬੜਾ ਇਹ ਅਨਫੋਰਚੂਨੇਟ ਹੈ ਇਸ ਗੱਲੋਂ ਮੈਂ ਪੀੜ ਦਿੱਤਾ ਆਈ ਹੈਵ ਨਥਿੰਗ ਮੈਨੂੰ ਹੋਰ ਕੀ ਤਕਲੀਫ ਹੈ ਬਿੱਟੂ ਨਾਲ ਬਿੱਟੂ ਵਾਸ ਆਲਵੇਸ ਲਾਈਕ ਅ ਸੰਟ ਟੂ ਮੀ ਬਟ ਮੈਂ ਸਮਝਦਾ ਕਿ ਵਰਸਟ ਹੋਇਆ ਕੋਈ ਬਾਕੀ ਚਲੇ ਜਾਂਦੇ ਕੋਈ ਗੱਲ ਨਹੀਂ ਕੋਈ ਯੂਨਿਕੀ ਕੋਈ ਸਵਾਲ ਹੈ ਬਾਜਵਾ ਸਾਹਿਬ ਸਰ ਤੋਂ ਡੇ ਸੀਟਿੰਗ ਐ ਐਮਐਲਏ ਨੇ ਪਰਗਟ ਸਿੰਘ ਉਹਨਾਂ ਨੇ ਕਿਹਾ ਕਿ ਸੱਤ ਤੋਂ ਅੱਠ ਸਿੱਟਾਂ ਹੀ ਸੀ ਕਾਂਗਰਸ ਜਿੱਤ ਸਕੇਗੀ ਪੰਜਾਬ 'ਚ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਸਥਿਤੀ ਕੀ ਰਹਿਣ ਵਾਲੀ ਹੈ ਜਦਕਿ ਪੰਜਾਬ ਦੇ ਸੀਐਮ ਕਹਿੰਦੇ ਨੇ ਕਿ 13 0 ਹੋਏਗਾ ਬੇਟਾ 1 ਮਿੰਟ ਮੇਰੀ ਸੁਣੋ ਮੈਂ ਤੇ ਆਲਰੇਡੀ ਕਹਿ ਬੇਟਾ ਮਜ਼ਾਕ 'ਚ ਨਹੀਂ ਸੀਰੀਅਸ ਗਵੰਤ ਮਾਨ ਜੀ ਦਾ ਇੱਕ ਟਾਈਮਿੰਗ ਸਵੇਰ ਦੇ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਕਿ ਕਿ ਸ਼ਾਮ ਦੇ 6 ਤੋਂ ਲੈ ਕੇ ਸਵੇਰ ਦੇ 6 ਵਜੇ ਇਹ 13 0 ਦੀ ਸਟੇਟਮੈਂਟ ਹੈ ਸ਼ਾਮ ਦੇ 6 ਵਜੇ ਤੋਂ ਬਾਅਦ ਜਦੋਂ ਇੱਕ ਸਪੈਸ਼ਲ ਦਵਾਈ ਪੀ ਲੈਂਦੇ ਨੇ ਅਸਲ ਦੇ ਵਿੱਚ 0 13 ਹੋਣੀ ਹੈ ਹੀ ਇਸ ਫਾਈਂਡਿੰਗ ਇਟ ਟਫ ਟੂ ਰੀਟੇਨ ਸੰਗਰੂਰ ਤੁਸੀਂ ਪਾਕਿਆਂਦੇ ਤਾਂ ਗੱਲ ਹੀ ਚ ਤੁਹਾਨੂੰ ਮੈਂ ਦੱਸਿਆ ਤੇ ਸਾਰੇ ਮਿਨਿਸਟਰ ਦੇ ਆਰ 올 ਇਨ ਟੱਚ ਵਿਦ ਮੀ ਤੁਸੀਂ ਅੱਛਾ ਐ ਕਰਿਓ ਤੁਸੀਂ ਆਪਣੀ ਕੰਪੇਨ ਟੀਮ ਕਰ ਲਓ ਇਹਨਾਂ ਦਾ ਕੋਈ ਮਿਨਿਸਟਰ ਖੁਦ ਹੀ ਨਹੀਂ ਕੰਪੇਨ ਕਰ ਰਿਹਾ ਇਹਨਾਂ ਦੀ ਦਿੱਲੀ ਦੀ ਟੀਮ ਕਿਤੇ ਉੱਥੇ ਹੈ ਨਹੀਂ ਗਰਾਊਂਡ ਦੇ ਉੱਤੇ ਨਹੀਂ ਫਿਰ ਕੈਂਪੇਨ ਕਰ ਕੌਣ ਰਿਹਾ ਉਹ ਤਾਂ ਕੱਲਾ ਭਗਵੰਤ ਜੀ ਉਹ ਵੀ 6 ਵਜੇ ਤੋਂ ਪਹਿਲੇ ਪਹਿਲੇ ਸਵੇਰ ਦੇ 6 ਵਜੇ ਤੋਂ ਬਾਅਦ ਮੈਨੂੰ ਇਹਦਾ ਕੋਈ ਕੈਂਪੇਨਿੰਗ ਦੱਸ ਦੋ ਕਿ ਦਿਨ ਕਰਦਾ ਤੁਹਾਨੂੰ ਲੱਭਾ ਜੀ ਤੇ 6 ਵਜੇ ਵੇਖੋ ਕੱਲ ਪਟਿਆਲੇ ਗਿਆ ਸਾਰੇ ਹੀ ਇਹਨਾਂ ਦੇ ਉਹਦੇ ਵਿੱਚ 500 ਬੰਦੇ ਸੀ 8 900 ਬੰਦਾ ਪੁਲਿਸ ਦਾ ਸੀ ਘੇਰੇ 'ਚ ਤੇ 500 ਬੰਦਾ ਆਲੇ ਦੋਲੇ ਸੀ ਇਥੇ ਨਾਥਿੰਗ ਟੂ ਸ਼ੋ ਅ ਅਸੀਂ ਸਵਾਲ ਬਹੁਤ ਸਾਰੇ ਲਏ ਆ ਇਨਫੈਕਟ ਰਮਨ ਦਾ ਵੀ ਸਵਾਲ ਹੈ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਹੋਟ ਸੈਗਮੈਂਟ ਹੈ ਬਾਜਵਾੜਾ ਸਾਹਿਬ ਮੇਰਾ ਸਵਾਲ ਸੀ ਕਿ ਤੁਸੀਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਤੋਂ ਟਿਕਟ ਮੰਗੀ ਸੀ ਪਰ ਉਹਨਾਂ ਦੀ ਸਟੇਟਮੈਂਟ ਹੈ ਕਿ ਉਹਨਾਂ ਨੇ ਸੰਗਰੂਰ ਤੋਂ ਟਿਕਟ ਨਹੀਂ ਮੰਗੀ ਸੀ ਔਰ ਦੂਸਰਾ ਸਵਾਲ ਹੈ ਕਿ ਤੁਸੀਂ ਕਿਹਾ ਕਿ ਪਰਿਵਾਰ ਦਾ ਦੂਜਾ ਮੈਂਬਰ ਪੋਲਿਟਿਕਸ 'ਚ ਨਹੀਂ ਲਿਆਉਣਾ ਚਾਹੀਦਾ ਤੇ ਤੁਸੀਂ ਆਪਣੀ ਪਤਨੀ ਨੂੰ ਵਿਧਾਨ ਸਭਾ ਦੀ ਚੋਣ ਲੜਾਈ ਤੇ ਐਮਐਲਏ ਬਣਾਇਆ ਉਸ ਤੋਂ ਬਾਅਦ ਫਿਰ ਮੈਂ ਰਿਪੀਟ ਨਹੀਂ ਕੀਤਾ ਮੈਂ ਤਾਂ ਤੁਹਾਨੂੰ ਆਪੇ ਦੱਸੀ ਜਾਣਾ ਜਦੋਂ ਬੰਦਾ ਕੋਈ ਕੰਮ ਕਰਦਾ ਉਸ ਤੋਂ ਬਾਅਦ ਹੀ ਉਹਨੂੰ ਸਮਝ ਆਉਂਦੀ ਕਿ ਨੇ ਜੀ ਇਹ ਕੰਮ ਕਰਨਾ ਚਾਹੀਦਾ ਤੇ ਨਹੀਂ ਕਰਨਾ ਚਾਹੀਦਾ। ਮਤਲਬ ਐਸੀ ਗੱਲ ਕਰ ਐਸੀ ਗੱਲ ਕਰ ਅਸੀਂ ਆਪਣੀ ਵਾਈਫਸ ਨੂੰ ਐਤ ਕੀ ਮੈਂਬਰ ਆਫ ਪਾਰਲੀਮੈਂਟ ਨਹੀਂ ਖੜਿਆ ਕੀਤਾ। देयर वाज ਅ ਡਿਮਾਂਡ ਕਿ ਮਿਸਿਸ ਬਾਲਵਾ ਸ਼ੁੱਡ ਬੀ ਅ ਕੈਂਡੀਡੇਟ ਫॉर ਗੁਰਦਾਸਪੁਰ ਪਾਰਲੀਮੈਂਟ। देयर वाज ਅ ਡਿਮਾਂਡ ਕਿ ਰਾਜਾ ਬੜਿੰਗ ਜੀ ਦੀ ਵਾਈਫ ਬਠਿੰਡੇ ਤੋਂ ਮੈਂਬਰ ਆਫ ਪਾਰਲੀਮੈਂਟ ਖੜੀ ਹੋਣੀ ਚਾਹੀਦੀ। ਐਂਡ ਦੇ ਵਰ ਬੋਥ ਪਪੂਲਰ। ਦੇ ਕੁਡ ਹੈਵ ਈਜ਼ਲੀ ਵਨ। ਬਟ ਵੀ ਸੈਡ ਨੋ। ਇਹ ਕਲੀਅਰ ਕਟਾ ਤੁਹਾਡੀ ਗੱਲ ਦਾ ਮੈਂ ਜਵਾਬ ਦੇ ਰਿਹਾ। ਹਮ ਬਾਜਬਾ ਸਾਹਿਬ ਮੈਂ ਇੱਕ ਛੋਟਾ ਜਿਹਾ ਸੈਗਮੈਂਟ ਦੇ ਉੱਪਰ ਆਉਂਗਾ ਮੇਰੀ ਟੀਮ ਜੇਕਰ ਨਾਲ ਆ ਸਕੇ ਦੇਖੋ ਸਾਡੇ ਕੋਲ ਇੱਕ ਬੋਰਡ ਹੈ ਅਸੀਂ ਉਸ ਦੇ ਉੱਪਰ ਲਿਖਿਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਬਾਜਬਾ ਦੀ ਭਵਿੱਖਬਣੀ ਥੋੜਾ ਜਿਹਾ ਸੋਚ ਕੇ ਜ਼ਰੂਰ ਜਵਾਬ ਦਿਓ ਮੈਂ ਅਲੱਗ-ਅਲੱਗ ਸੀਟਾਂ ਦਾ ਨਾਮ ਲਿਖਿਆ ਹੈ ਤੁਸੀਂ ਦੇਖੋ ਪਹਿਲੇ ਨੰਬਰ ਤੇ ਤਾਂ ਕਾਂਗਰਸ ਨੂੰ ਕਹੋਗੇ ਕਿ ਕਾਂਗਰਸ ਹੈ ਮੈਂ ਸਮਝਣਾ ਚਾਹ ਰਿਹਾ ਹਾਂ ਕਾਂਗਰਸ ਦਾ ਮੁਕਾਬਲਾ ਕਿਸ ਦੇ ਨਾਲ ਹੈ ਜਲੰਧਰ ਵਾਲੀ ਸੀਟ ਚਰਨਜੀਤ ਚੰਨੀ ਦਾ ਮੁਕਾਬਲਾ ਕਿਸ ਦੇ ਨਾਲ ਹੋਏਗਾ ਜੇਕਰ ਤੁਸੀਂ ਦੱਸ ਸਕੋ ਕਾਂਗਰਸ ਵਰਸਸ ਕੌਣ ਸੁਸ਼ੀਲ ਰਿੰਕੂ ਮੇ 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 ਜਿੱਤ ਕੌਣ ਰੇ ਨਹੀਂ ਮੈਂ ਕਵਾਂਗਾ ਮੈਂ ਮੁਕਾਬਲਾ ਹੀ ਪੁੱਛ ਰਿਹਾ ਮੁਕਾਬਲਾ ਸਾਡਾ ਉਥੇ ਜਿਹੜਾ ਇਟ ਇਜ਼ ਅਗੇਂਸਟ ਬੀਜਪੀ ਤੁਸੀਂ ਕਹਿ ਰਹੇ ਹੋ ਕਿ ਸੁਸ਼ੀਲ ਰਿੰਕੂ ਨਾਲ ਮੁਕਾਬਲਾ ਹੋ ਗਿਆ ਇੰਪੋਰਟੈਂਟ ਹੈ ਤੁਸੀਂ ਆਮ ਆਦਮੀ ਪਾਰਟੀ ਨੂੰ ਨਹੀਂ ਮੰਨ ਰਹੇ ਜਿਹਨਾਂ ਦਾ ਸਿਟਿੰਗ ਐਮਪੀ ਹੋਤੇ ਠੀਕ ਹੈ ਉਸ ਤੋਂ ਬਾਅਦ ਹੁਸ਼ਿਆਰਪੁਰ ਕੀ ਮੰਨਦੇ ਹੋ ਤੁਸੀਂ ਹੁਸ਼ਿਆਰਪੁਰ ਸਾਡਾ ਮੁਕਾਬਲਾ ਜਿਹੜਾ ਇਹ ਆਪ ਨਾਲ ਹੈ ਜੀ ਆਪ ਨਾਲ ਹੈ ਇਹ ਚੱਬੇਵਾਲ ਸਾਹਿਬ ਕਰਕੇ ਤੁਹਾਨੂੰ ਲੱਗਦਾ ਕਿ ਚੱਬੇਵਾਲ ਸਟਰੋਂਗ ਕੈਂਡੀਡੇਟ ਹੈ ਜੇ ਉਧਰ ਨਾ ਜਾਂਦੇ ਟਿਕਟ ਦੇ ਦਿੰਦੇ ਉਹਨਾਂ ਨੂੰ ਸਾਡੀ ਤੇ ਟਿਕਟ ਪਈ ਸੀ ਜੀ ਉਹਨਾਂ ਨੇ ਲਈ ਨਹੀਂ ਨਹੀਂ ਲਈ ਨਹੀਂ ਕਈ ਵਾਰ ਬੰਦੇ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਹਾਂ ਅੱਛਾ ਅੰਮ੍ਰਿਤਸਰ ਅੰਮ੍ਰਿਤਸਰ ਵਰਸਸ ਹਾਂ ਅੰਮ੍ਰਿਤਸਰ ਚ ਸਾਡਾ ਮੁਕਾਬਲਾ ਅਕਾਲੀ ਦਲ ਨਾਲ ਅਕਾਲੀ ਦਲ ਨਾਲ ਅਨਿਲ ਜੋਸ਼ੀ ਤੁਹਾਨੂੰ ਲੱਗ ਰਿਹਾ ਕਿ ਬਹੁਤ ਸਟਰੋਂਗ ਕੈਂਡੀਡੇਟ ਹੈਗੇ ਚੰਗੇ ਕੈਂਡੀਡੇਟ ਚੰਗੇ ਕੈਂਡੀਡੇਟ ਹਮ ਦੇਖੋ ਇਹ ਮੈਨੂੰ ਲੱਗਦਾ ਤੁਹਾਡੀ ਇਹ ਸਾਰੀ ਕਲਿੱਪਸ ਤੋਂ ਵੱਧ ਵਾਇਰਲ ਹੋਣੀ ਹੈ ਉਸ ਤੋਂ ਬਾਅਦ ਖਡੂਰ ਸਾਹਿਬ ਦੀ ਸੀਟ ਬਹੁਤ ਇੰਟਰਸਟਿੰਗ ਹੈ ਕੁਲਬੀਰ ਜੀ ਦਾ ਤਾਂ ਮੁਕਾਬਲਾ ਕਿਸ ਦੇ ਨਾਲ ਦੇਖਦੇ ਇਹ ਰਖਲ ਕੋਈ ਬੰਦਾ ਜਿਹੜਾ ਜੇਲ੍ਹ ਚ ਬੈਠਾ ਹੈ ਸ਼ਾਇਦ ਉਹਦੇ ਨਾਲ ਅੰਮ੍ਰਿਤਪਾਲ ਸਿਗਨਲ ਦਾ ਮੁਕਾਬਲਾ ਹੁੰਦਾ ਹੈ ਜਿਹੜਾ ਵੀ ਜੇਲ੍ਹ ਚ ਕੋਈ ਬੈਠਾ ਹੂੰ ਤਾਂ ਲੱਗਦਾ ਕਿ ਅੰਮ੍ਰਿਤਪਾਲ ਦੂਜੇ ਨੰਬਰ ਦੇ ਉੱਤੇ ਹੋਣਗੇ ਮੈਂ ਅਗਲੀ ਮੈਂ ਦੇਖੋ ਗੁਰਦਾਸਪੁਰ ਮਾਜੇ ਦੇ ਵਿੱਚ ਜਾਂਦਾ ਮੈਂ ਐਂਡ ਦੇ ਵਿੱਚ ਜਾ ਕੇ ਉੱਥੇ ਪੁੱਛੂੰਗਾ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਦੇ ਖਿਲਾਫ ਅਨੰਦਪੁਰ ਸਾਹਿਬ ਤੋਂ ਸਾਡਾ ਮੁਕਾਬਲਾ ਆਪ ਨਾਲ ਹੈ ਆਪ ਨਾਲ ਆਪ ਦੇ ਨਾਲ ਹੋਊਗਾ ਤੁਹਾਨੂੰ ਲੱਗਦਾ ਕਿ ਮਲਵਿੰਦਰ ਕੰਗ ਉੱਥੇ ਸਟਰੋਂਗ ਕੈਂਡੀਡੇਟ ਹੈਗੇ ਆ ਆਪ ਦੇ ਨਾਲ ਹੀ ਚੱਲ ਰਿਹਾ ਜੀ ਹੂੰ ਠੀਕ ਹੈ ਤੇ ਉਸ ਤੋਂ ਬਾਅਦ ਪਟਿਆਲਾ ਸੀਟ ਪਟਿਆਲੇ ਵਿੱਚ ਐਸਐਡੀ ਐਸਐਡੀ ਐਨਕੇ ਸ਼ਰਮਾ ਦੇ ਨਾਲ ਪ੍ਰਨੀਤ ਕੌਰ ਨਹੀਂ ਹੈਗੇ ਰੇਸ ਚ ਚੌਥੇ ਨੰਬਰ ਪ੍ਰਨੀਤ ਕੌਰ ਚੌਥੇ ਨੰਬਰ ਨੰਬਰ 4 ਹਾਂ ਨਾ ਆਜੇਗਾ ਮੈਨੂੰ ਉਹ ਦਿਨ ਫੋਨ ਕਰ ਲਿਓ ਜਦ ਰਿਜ਼ਲਟ ਆ ਜਾਏਗਾ ਹੀ ਇਜ਼ ਐਟ ਨੰਬਰ 4 ਠੀਕ ਹੈ ਫਤੇਗੜ ਸਾਹਿਬ ਫਤੇਗੜ ਸਾਹਿਬ ਵੀ ਮੁਕਾਬਲਾ ਆਪ ਨਾਲ ਆਪ ਨਾਲ ਹੈਗਾ ਤੇ ਇੱਕ ਬਹੁਤ ਇੰਪੋਰਟੈਂਟ ਸੀਟ ਹੈ ਮੈਂ ਉਹ ਪੁੱਛਣ ਤੋਂ ਪਹਿਲਾਂ ਇੱਕ ਸਵਾਲ ਲਾਉਂਗਾ ਤੁਹਾਡੇ ਤੋਂ ਤੁਸੀਂ ਸੰਗਰੂਰ ਸੀਟ ਦਾ ਜ਼ਿਕਰ ਕੀਤਾ ਪੁਆਇੰਟ ਇਹ ਹੈ ਕਿ ਸੰਗਰੂਰ ਸੀਟ ਦੇ ਵਿੱਚ ਦਲਬੀਰ ਗੋਲਡੀ ਤੁਹਾਨੂੰ ਛੱਡ ਗਏ ਵਿਜੇਂਦਰ ਸਿੰਘਲਾ ਨੂੰ ਤੁਸੀਂ ਅਨੰਦਪੁਰ ਸਾਹਿਬ ਭੇਜਤਾ ਜਿਨ੍ਹਾਂ ਨੇ ਕੈਂਪੇਨ ਕਰਨੀ ਸੀ ਉਹ ਸੁਖਪਾਲ ਖੇੜਾ ਦੇ ਨਾਲ ਨਹੀਂ ਹੈ ਉਹਨਾਂ ਦੇ ਲਈ ਅਲੱਗੀ ਚੁਣੌਤੀ ਖੜੀ ਕਰ ਦਿੱਤੀ ਤੁਸੀਂ ਕੋਈ ਚੁਣੌਤੀ ਨਹੀਂ ਗੋਲਡੀ ਸਾਹਿਬ ਇਕੱਲੇ ਹੀ ਗਏ ਨੇ ਵਰਕਰ ਇੱਕ ਨਹੀਂ ਨਹੀਂ ਫਿਰ ਵਿਜੇਂਦਰ ਸਿੰਘਲਾ ਤਾਂ ਆਪਣੇ ਕਨਬੇ ਦੇ ਨਾਲ ਚਲੇ ਗਏ ਉਹਨਾਂ ਦੇ ਨਹੀਂ ਉਹਨਾਂ ਦਾ ਕਨਬਾ ਗਿਆ ਬਟ ਉਹਨਾਂ ਦੇ ਸਾਰੇ ਵਰਕਰ ਉਹਨੇ ਸਾਰੇ ਸਾਥੀ ਸੁਖਪਾਲ ਉਹਨਾਂ ਦੇ ਨਾਲ ਨੇ ਨਹੀਂ ਪਰ ਜੋ ਕੈਂਪੇਨ ਨੂੰ ਚੁਣੌਤੀ ਤਾਂ ਲੱਗ ਗਈ ਮੇਰੀ ਬੇਨਤੀ ਇੱਕ ਸੁਣੋ ਇੱਕ ਤੁਸੀਂ ਇੱਕ ਵੱਡਾ ਪੋਲੀਟੀਕਲ ਮੈਸੇਜ ਭੁੱਲ ਰਹੇ ਕੱਲ ਹੀ ਭਾਰਤੀ ਭਾਰਤੀ ਕਿਸਾਨ ਯੂਨੀਅਨ ਉਗਰਾਹ ਜਿਨ੍ਹਾਂ ਨੇ ਵੱਡੇ ਪੇਮਾਨੇ ਤੇ ਆਪ ਦੀ ਜਿੱਤ 'ਚ ਰੋਲ ਅਦਾ ਕੀਤਾ ਕੱਲ ਸਾਹ ਜੁਗਿੰਦਰ ਸਿੰਘ ਉਹ ਗਰਾਹ ਦਾ ਬਿਆਨ ਆਇਆ ਵੀ ਵਿਲ ਅਪੋਜ਼ ਆਪ ਇਨ ਸੰਗਰੂਰ ਐਂਡ ਇਨ ਬਟੇਂਡਾ ਟੇਕ ਇਨ ਕੰਸੀਡਰੇਸ਼ਨ ਐਬ ਥਿਸ ਇਜ਼ ਅ ਬਿਗ ਫੈਕਟਰਸ ਥਿਸ ਆ ਬਿਗ ਫੈਕਟਰਸ ਸਾਰਿਆਂ ਨੂੰ ਵੱਡਾ ਜੇ ਭਾਰਤੀ ਕਿਸਾਨ ਯੂਨੀਅਨ ਦਾ ਕੋਈ ਗਰੁੱਪ ਹੈ ਪੰਜਾਬ 'ਚ ਤੇ ਜਿਹਦਾ ਸਾਰਿਆਂ ਨੂੰ ਵੱਡਾ ਅਸਰ ਹੈ ਇਹ ਸਾਰੀ ਬੈਲਟ ਉਹ ਹੈ ਸਾ ਜਗਿੰਦਰ ਸਿੰਘ ਗੋਗਰਾਂਦ ਐਂਡ ਹੀ ਹੈਸ ਸੈਡ ਆਜ ਜੇ ਤੁਸੀਂ ਅਖਬਾਰ ਪੜ੍ਹ ਸਕਦੇ ਹੋ ਜਿਹਦੇ ਵਿੱਚ ਉਹਨਾਂ ਕਲੀਅਰ ਕੱਟ ਕੇ ਆ ਵੀ ਵਿਲ ਅਪੋਜ਼ ਭਾਜਪੀ ਨੂੰ ਟਪੋਜ਼ ਕਰ ਹੀ ਰਹਿਣ ਆਪ ਆਲਸ ਮਲੋ ਤੁਨ ਲੱਗ ਰਿਹਾ ਕਿ ਟੈਕਨੀਕਲੀ ਹੁਣ ਫਿਰ ਕੇ ਤੁਹਾਡੇ ਵਾਲੇ ਪਾਸੇ ਆ ਗਿਆ ਕਿ ਉਹਨਾਂ ਨੇ ਕਿਹਾ ਨਹੀਂ ਬਸ ਕਿ ਕਾਂਗਰਸ ਨੂੰ ਸਪੋਰਟ ਅਸੀਂ ਮੇਰੇ ਮੂੰਹ ਚ ਗੁਜ ਨਾ ਪਾਓ ਮੈਂ ਤੇ ਤੁਹਾਨੂੰ ਦੱਸ ਰਿਹਾ ਕਿ ਇਹਦਾ ਆਪਣੇ ਆਪ ਰਿਜ਼ਲਟ ਵੇਖ ਲਓ ਕੀ ਹੋਏਗਾ ਠੀਕ ਹੈ ਚਲੋ ਸੰਗਰੂਰ ਦੇ ਵਿੱਚ ਕੌਣ ਹੈ ਮੁਕਾਬਲੇ ਚ ਬੇ ਕੋਈ ਇੱਥੇ 3 ਵੇ ਮੁਕਾਬਲਾ ਲੱਗਦਾ ਹੂੰ ਫਰੀ ਵਿੱਚ ਇਕ ਆਮ ਆਦਮੀ ਪਾਰਟੀ ਕਾਂਗਰਸ ਕਾਂਗਰਸ ਐਂਡ ਸਿਆਸੀ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਤਾਂ ਆਪ ਤੇ ਮਹਿਮਾਨ ਸਾਹਿਬ ਲਿਖ ਰਹੇ ਹਨ ਕਿ ਕੋਈ ਵੀ ਹੋ ਸਕਦਾ ਹੈ ਕਿ ਜਿਹੜਾ ਤੁਹਾਡੇ ਮੁਕਾਬਲੇ ਚ ਹੋਊਗਾ ਮੈਂ ਅਗਲੀ ਸੀਟ ਤੇ ਜਾ ਰਹੇ ਹਾਂ ਲੁਧਿਆਣਾ ਬੜੀ ਤੁਹਾਡੇ ਦਿਲਚਸਪ ਹੈ ਤੁਹਾਡਾ ਤਾਂ ਪੂਰਾ ਜ਼ੋਰ ਲੱਗਿਆ ਇਸ ਸੀਟ ਦੇ ਉੱਤੇ ਮੁਕਾਬਲੇ ਚ ਕੌਣ ਹੈ ਕੋ ਮੁਕਾਬਲੇ ਦੇ ਵਿੱਚ ਮੈਨੂੰ ਜੋ ਨਜ਼ਰ ਆ ਰਹੀ ਹੈ ਇਸ ਟਾਈਮ ਆਪ ਲੱਗ ਰਹੀ ਹੈ ਆਪ ਲੱਗ ਰਹੀ ਹੈ ਬਿੱਟੂ ਇਜ਼ ਐਟ ਨੰਬਰ 3 ਨਾ ਮੈਂ ਤੁਹਾਨੂੰ ਜੋ ਕਲੀਅਰ ਹੈ ਤੁਹਾਨੂੰ ਦੱਸ ਰਿਹਾ ਬਿੱਟੂ ਬਾਰੇ ਹੁਣ ਤੁਸੀਂ ਨੰਬਰ 2 ਤੇ ਕਹਿਤਾ ਤਾਂ ਲੋਕਾਂ ਨੂੰ ਹਸਣ ਲੱਗ ਪਈ ਨਹੀਂ 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 ਨੰਬਰ 3 ਮੈਂ ਤੁਹਾਨੂੰ ਬਿੱਟੂ ਇਜ਼ ਨੰਬਰ 3 ਨੰਬਰ ਮੈਂ ਤਾਂ ਤੁਹਾਨੂੰ ਕਿਹਾ ਸੀ 100% ਹਾਰ ਰਿਹਾ ਜੀ ਉਹ ਤੇ ਤੁਹਾਨੂੰ ਤੁਸੀਂ ਹੁਣ ਮੈਨੂੰ ਪੋਜੀਸ਼ਨਾਂ ਸ਼ੁਰੂ ਕਰ ਲੀਆਂ ਪੁੱਛਣੀਆਂ ਮੈਂ ਤਾਂ ਹੁਣ ਦੱਸ ਦਿੱਤੀਆਂ ਜੀ ਤਿੰਨ ਤਿੰਨ ਬੰਦੇ ਆ ਸੋ ਜੋ ਅਸਲ ਫੈਕਟ ਮੈਂ ਇੱਥੇ ਲਿਖ ਦਿੰਦਾ ਹੈ ਕਿ ਬਿੱਟੂ ਤੁਸੀਂ ਕਹਿ ਰਹੇ ਹੋ ਕਿ ਨੰਬਰ 3 ਤੀਜੇ ਨੰਬਰ ਦੇ ਉੱਤੇ ਰਹਿਣਗੇ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਸੀਟ ਅਜੇ ਦਿੱਤੀ ਨਹੀਂ ਅਸੀਂ ਫਿਰੋਜ਼ਪੁਰ ਸੀਟ ਅਜੇ ਸੀਟ ਨਹੀਂ ਲਾਈ ਸੀਟ ਨਹੀਂ ਦਿੱਤੀ ਨਹੀਂ ਪਰ ਫਿਰ ਵੀ ਤੁਹਾਨੂੰ ਲੱਗਦਾ ਸਾਹਮਣੇ ਕੈਡੀਡੇਟ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਤੁਹਾਡੀ ਉਹ ਸੀਟ ਰਹਿੰਦੀ ਉੱਥੇ ਨਹੀਂ ਅਜੇ ਮੈਂ ਅਜੇ ਕੋਈ ਦੱਸ ਨਹੀਂ ਮੈਂ ਸਕਦਾ ਚਲੋ ਮੈਂ ਇੱਥੇ ਕੁਐਸਚਨ ਮਾਰਕ ਲਗਾ ਦਿੱਤਾ ਉਸ ਤੋਂ ਬਾਅਦ ਆ ਗਈ ਬਠਿੰਡਾ ਸੀਟ ਇੱਥੇ ਮੁਕਾਬਲਾ ਬਠਿੰਡੇ ਵਿੱਚ ਅਕਾਲੀ ਦਲ ਤੇ ਕਾਂਗਰਸ ਅਕਾਲੀ ਦਲ ਕਾਂਗਰਸ ਅਕਾਲੀ ਦਲ ਇੱਥੇ ਬੜੀ ਦਿਲਚਸਪ ਹੈ ਇੱਥੇ ਲੱਖਾਂ ਸਧਾਨਾ ਵੀ ਮੈਦਾਨ 'ਚ ਆ ਨਹੀਂ ਹੋਏਗਾ ਬਟ ਇਹਦੇ ਵਿੱਚ ਯੂ ਮਸਟ ਅੰਡਰਸਟੈਂਡ ਕਿ ਜਿਹੜਾ ਕਿਸਾਨ ਵੋਟਰ ਹੈ ਹੀ ਵਿਲ ਪਲੇ ਅ ਮੇਜਰ ਰੋਲ ਐਂਡ ਸਿੱਧੂ ਮੂਸੇਵਾਲਾ ਵਿਲ ਪਲੇ ਅ ਮੇਜਰ ਰੋਲ ਹੈ ਮੂਸੇਵਾਲਾਸ ਫੈਮਿਲੀ ਇਨ ਬਟਟ ਜੀ ਉਹ ਇਲੈਕਸ਼ਨ ਤਾਂ ਨਹੀਂ ਲੜ ਰਹੇ ਨਹੀਂ ਲੜ ਰਹੇ ਜੀ ਉਹ ਸਾਡੀ ਸਪੋਰਟ ਕਰਨ ਠੀਕ ਹੈ ਫਰੀਦਕੋਟ ਤੋਂ ਕੋ ਫਰੀਦਕੋਟ ਅਜੇ ਇਨੀਸ਼ੀਅਲ ਮੈਂ ਅਜੇ ਇਹਦੇ ਬਾਰੇ ਕੋਈ ਉਹ ਸੀਟ ਨੂੰ ਲੈ ਕੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਿਹੜੇ ਤੁਸੀਂ ਕੈਂਡੀਡੇਟ ਦਿੱਤੇ ਉੱਥੇ ਬੜੇ ਬੜੇ ਹਾਈ ਪ੍ਰੋਫਾਈਲ ਜੇ ਨਹੀਂ ਉਹ ਜਿਹੜੇ ਹਾਈ ਪ੍ਰੋਫਾਈਲ ਨੇ ਨਾ ਉਹਨਾਂ ਨੂੰ ਇਸ ਟਾਈਮ ਯੂ ਊਡ ਬੀ ਸਰਪ੍ਰਾਈਜ਼ਡ ਫਰੀਦਕੋਟ ਦੇ ਵਿੱਚ ਲੋਕਾਂ ਵਿੱਚ ਇੱਕ ਬਹੁਤ ਵੱਡੀ ਲਹਿਰ ਹੈ ਕਿ ਕੀ ਫਰੀਦਕੋਟ ਦੇ 25 ਲੱਖ ਆਬਾਦੀ ਦੇ ਵਿੱਚੋਂ ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜਾ ਸਾਡਾ ਲੋਕਲ ਕੈਂਡੀਡੇਟ ਮਿਲ ਸਕੇ ਆਮ ਆਦਮੀ ਪਾਰਟੀ ਨੇ ਇੱਕ ਸਿੰਗਰ ਸੰਗਰੂਰੋਂ ਲੈ ਆਂਦਾ ਇੱਕ ਸਟੇਜ ਆਰਟਿਸਟ ਨੇ ਆਲਰੇਡੀ ਉਸਨੇ ਸਾਰੇ ਪੰਜਾਬ 'ਚ ਗਾ ਪਾਇਆ ਹੈ ਜੀ ਜੋ ਹਾਲਾਤ ਨੇ ਇੱਕ ਸਿੰਗਰ ਉਹਦਾ ਜਿਹੜਾ ਯਾਰ ਹੈ ਇਹੜਾ ਰਾਤ ਨੂੰ ਇਕੱਠੇ ਚੁਟਕਲੇ ਸੁਣਾਉਂਦੇ ਰਹੇ ਗੀਤ ਗਾਉਂਦੇ ਰਹਿੰਦੇ ਉਹਨੂੰ ਉੱਥੇ ਖਲਾ ਦਿੰਦਾ ਇਹ ਕੋ ਫੈਮਿਲੀ ਟਰਫ ਥੋੜਾ ਸਿੰਗਰ ਦਾ ਬਜਵਾ ਸਾਹਿਬ ਤੁਸੀਂ ਵੀ ਦਿੱਤੇ ਨਹੀਂ 2000 2019 ਤੁਸੀਂ ਵੀ ਮੁਹੰਮਦ ਨਹੀਂ ਮੈਂ ਉਹਦੀ ਸਿੰਗਰ ਮੈਂ ਉਹਦੀ ਨਹੀਂ ਗੱਲ ਕਰਦਾ ਮੈਂ ਗੱਲ ਕੀ ਕਹਿ ਰਿਹਾ ਮੈਂ ਇਹ ਗੱਲ ਕਹਿ ਰਿਹਾ ਕਿ ਆਲਰੇਡੀ ਬੜਾ ਭਾਰੀ ਉੱਥੇ ਰੋ ਹੈ ਕਿ ਸਾਡਾ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਥੈਟਸ ਵਾਈ ਹਾਂ ਸੋ ਇਸ ਮੁਕਾਬਲਾ ਕਿਸ ਦਿਨ ਹੋਣੀ ਨਹੀਂ ਮੈਂ ਅਜੇ ਅਜੇ ਤੁਸੀਂ ਇਹਨੂੰ ਖੁੱਲਾ ਰਹਿਣ ਚਲੋ ਮੈਂ ਕੁਐਸਚਨ ਮਾਰਕ ਪਾ ਰਹੇ ਹਾਂ ਇੱਥੇ ਵੀ ਹੁਣ ਆ ਗਈ ਤੁਹਾਡੀ ਫੇਵਰਿਟ ਸੀਟ ਆ ਤੁਹਾਡੀ ਆਪਣੀ ਸੀਟ ਗੁਰਦਾਸਪੁਰ ਇਹ ਬੀਜੇਪੀ ਦਾ ਬੀਜੇਪੀ ਦੇ ਨਾਲ ਮੁਕਾਬਲਾ ਤੋਂ ਲੱਗਦਾ ਕਿ ਦਿਨੇਸ਼ ਬੱਬੂ ਹੀ ਇੱਥੇ ਹੋਣਗੇ ਤਾਂ ਬੜਾ ਇੰਟਰਸਟਿੰਗ ਇਹ ਹੈ ਕਿ ਤੁਸੀਂ ਬੀਜੇਪੀ ਨੂੰ ਦੋ ਸੀਟਾਂ ਦੇ ਉੱਤੇ ਫਾਈਟ ਦੇ ਵਿੱਚ ਦੱਸ ਰਹੇ ਹੋ ਜਲੰਧਰ ਤੇ ਗੁਰਦਾਸਪੁਰ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਅੰਮ੍ਰਿਤਸਰ ਪਟਿਆਲਾ ਤੇ ਉਸ ਦੇ ਨਾਲ ਨਾਲ ਬਠਿੰਡਾ ਤਿੰਨ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੋ ਸੀਟਾਂ ਤੁਸੀਂ ਖੁੱਲੀਆਂ ਛੱਡੀਆਂ ਪਰ ਆਮ ਆਦਮੀ ਪਾਰਟੀ 1 2 ਤਿੰਨ ਚਾਰ ਪੰਜ ਸੀਟਾਂ ਆਮ ਆਦਮੀ ਪਾਰਟੀ ਚਲੋ ਮੈਂ ਥੋੜੇ ਹੀ ਪਵਿਖਵਾਨੀ ਦਾ ਹੋਰ ਵੀ ਅੱਗੇ ਕਰ ਲਵਾਂ ਕਿਉਂਕਿ ਤੁਸੀਂ ਪਹਿਲਾਂ ਜ਼ਿਕਰ ਕਰ ਦਿੱਤਾ ਸੀਗਾ ਕਿ ਇਸ ਵਾਰੀ ਪਿਛਲੀ ਵਾਰ ਨਾਲੋਂ ਜ਼ਿਆਦਾ ਸੀਟਾਂ ਹੋਣਗੀਆਂ 2024 ਦੀ ਕੀ ਤੁਹਾਡੀ ਪ੍ਰੈਡਿਕਸ਼ਨ ਹੈ ਕਾਂਗਰਸ ਦੀ ਵੇਖੋ ਮੈਂ ਕੁਝ ਪ੍ਰੈਡਿਕਸ਼ਨ ਨਹੀਂ ਦਊਂਗਾ ਬਟ ਮੈਂ ਇੱਕ ਚੀਜ਼ ਦੱਸਾਂ ਜਿਹੜੀ ਫੀਲਡ ਦੇ ਵਿੱਚ ਗੱਲ ਹੈ ਲੋਕਾਂ ਦੇ ਵਿੱਚ ਰੋ ਹੈ ਮੋਦੀ ਦੇ ਖਿਲਾਫ ਜੀ ਮੇਰੀ ਸਮਝ ਰਹੇ ਹੋ ਜੀ ਜਦੋਂ ਐਂਟੀ ਮੋਦੀ ਵੋਟ ਪੈਣਾ ਹੈ ਵੇਖੋ ਹਮੇਸ਼ਾ ਸੂਬੇ ਅਖੀਰਲੇ 48 ਘੰਟਿਆਂ ਵਿੱਚ ਮੰਨ ਬਣਾਉਂਦੇ ਠੀਕ ਹੈ ਆਈ ਫੀਲ ਕਿ ਜਦੋਂ ਚੋਇਸ ਆ ਜਾਣੀ ਹੈ ਬਿਟਵੀਨ ਕਾਂਗਰਸ ਆਪ ਐਂਡ ਅਕਾਲੀ ਦਲ ਮੋਸਟ ਆਫ ਪੰਜਾਬੀਜ਼ ਆ ਗੋਇੰਗ ਟੂ ਵੋਟ ਔਨ ਦੀ ਨੈਸ਼ਨਲ ਕਿਉਂਕਿ ਇਹ ਨੈਸ਼ਨਲ ਇਲੈਕਸ਼ਨ ਹੈ ਇਟ ਇਜ਼ ਨਾਟ ਅ ਸਟੇਟ ਇਲੈਕਸ਼ਨ ਇਹ ਦੇ ਦੇ ਵਿਲ ਪ੍ਰੇਫਰ ਦੀ ਕਾਂਗਰਸ ਹੂ ਵਾਂਟਸ ਟੂ ਸਟਾਪ ਬੋਤੀ ਜਿਹਦੇ ਚ ਮਿਨੋਰਿਟੀਆਂ ਨੇ ਦਲਿਤ ਨੇ ਬੈਕਵਰਡ ਕਲਾਸਿਸ ਨੇ ਕਿਸਾਨ ਨੇ ਖੇਤ ਮਜ਼ਦੂਰ ਨੇ ਈਵਨ ਬਿਜ਼ਨਸਮੈਨ ਵੀ ਬਹੁਤੇ ਰਾਜ਼ੀ ਨਹੀਂ ਨੇ ਸੋ ਆਈ ਫੀਲ ਬਾਈ ਦੀ ਐਂਡ ਆਫ ਦੀ ਡੇ ਤੁਸੀਂ ਵੇਖੋਗੇ ਅਖੀਲ ਆ ਮੇਰੀ ਗੱਲ ਹੁਣ ਯਾਦ ਰੱਖਿਓ ਅਖੀਰਲੇ ਤਿੰਨ ਦਿਨਾਂ ਤੋਂ ਹੀ ਵੇਖੋ ਕਿ ਸਾਰਾ ਹੀ ਸ਼ਿਫਟ ਹੋ ਕੇ ਫੋਕਸ ਕਾਂਗਰਸ ਤੇ ਬੰਦਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਲਿਖਾ ਕੁਝ ਲਿਖਾ ਇੱਥੇ ਕਿ ਕਾਂਗਰਸ ਦੀਆਂ ਕਿੰਨੀਆਂ ਸੀਟਾਂ ਹੋਣਗੀਆਂ 13 ਚ ਮੈਂ ਇਹ ਨਹੀਂ ਕਹਾਂਗਾ ਬਟ ਮੈਂ ਇਹ ਇਹਨਾ ਜ਼ਰੂਰ ਕਹਿਣਾ ਪਿਛਲੀ ਵਾਰ ਨੋ ਵੀ ਊਡ ਬੀ ਬੈਟਰ ਪਲੇਸ ਮਤਲਬ ਤੁਸੀਂ 13 0 ਵਾਲਾ ਵਾਅਦਾ ਦਾਅਵਾ ਤਾਂ ਨਹੀਂ ਕਰ ਰਹੇ ਵੇਖੋ 13 0 ਤੇ ਕਿਸੇ ਨੂੰ ਵੀ ਨਹੀਂ ਕਦੀ ਮਿਲੀਆਂ ਜੀ ਤੁਸੀਂ ਇਹ ਤੱਕ ਪੰਜਾਬ ਦੀ ਹਿਸਟਰੀ ਦੇ ਵਿੱਚ 13 0 ਕਿਸੇ ਦਿਨ ਨਹੀਂ ਮਿਲੀਆਂ ਜੀ ਇਹ ਜਿਹੜੇ 13 0 ਵਾਲੇ ਨੇ ਉਹਨਾਂ ਨੂੰ ਹੀ ਪਤਾ ਇੰਟੈਲੀਜੈਂਸ ਦੀ ਰਿਪੋਰਟ ਹੈ ਭਗਵੰਤ ਨੂੰ ਹੂੰ ਕਿ ਇੱਕ ਸੀਟ ਤੇ ਤੁਸੀਂ ਲੜਾਈ ਚੋਂ ਜਾਂ ਦੋਹਾਂ ਚ ਲੜਾਈ ਚੋਂ ਬਟ ਐਵਰੀ ਸਿੰਗਲ ਡੇ ਦੇ ਆ ਰ ਲੂਜ਼ਿੰਗ ਦੈਟਸ ਵਾਈ ਡੈਸਪਰੇਟ ਹੋਏ ਨੇ ਆ ਜਿਹੜੇ ਬੰਦੇ ਤੋੜ ਤੋੜ ਕੇ ਖੜ ਰਹੇ ਨੇ ਉਹਨਾਂ ਨੂੰ ਪ੍ਰੋਮਿਸਸਿਸ ਦੇ ਰਹੇ ਨੇ ਝੂਠੇ ਸੱਚੇ ਕਿ ਆ ਸਾਡਾ ਐਮਪੀ ਬਣ ਜਾਏਗਾ ਉਹਦੀ ਸੀਟ ਤੇ ਤੈਨੂੰ ਡਿੜਾ ਦਾਂਗੇ ਤੈਨੂੰ ਫਿਰ ਸਪੋਰਟ ਦਾ ਮਹਿਕਮਾ ਦੇ ਦਾਂਗੇ ਇਹਨੂੰ ਉਹ ਤਾਂ ਮਤਲਬ ਕੀ ਹੈ ਮਤਲਬ ਇਹ ਹੈ ਕਿ ਜੇ ਇਹਨਾਂ ਕੋਈ ਇੰਡੀ ਤਾਕਤ ਹੁੰਦੀ ਗਵਰਨਮੈਂਟ 'ਚ ਬੈਠੇ ਇਹਨਾਂ ਨੂੰ ਬੰਦੇ ਤੋੜਨ ਦੀ ਲੋੜ ਹੀ ਕੋਈ ਨਹੀਂ ਬੰਦੇ ਉਹ ਤੋੜਦਾ ਜਿਹੜਾ ਕਮਜ਼ੋਰੀ ਜਿਹਨੂੰ ਨਜ਼ਰ ਆਉਂਦੀ ਨਹੀਂ ਤੁਸੀਂ ਕਿਹਾ ਕਾਂਗਰਸ ਨੂੰ ਵੋਟ ਪਾਉਗੀ ਐਂਟੀ ਮੋਦੀ ਆਪ ਦੀ ਵੋਟ ਵੀ ਤੇ ਕਾਂਗਰਸ ਨੂੰ ਹੀ ਜਾਣੀ ਹੈ ਅਲਟੀਮੇਟਲੀ ਨੈਸ਼ਨਲ ਮੈਂ ਮੈਂ ਇਹੀ ਤੇ ਦੱਸ ਰਿਹਾ ਜੀ ਐਂਟੀ ਇੰਡੀਆ ਜਿਹੜਾ ਐਂਟੀ ਮੋਦੀ ਬਲੌਕ ਹੈ ਵੇਖੋ ਪੰਜਾਬ ਦੇ ਵਿੱਚ ਤਕਰੀਬਨ 65 ਤੋਂ 66% ਸੈਕੂਲਰ ਤੇ ਨੈਸ਼ਨਲਿਸਟ ਵੋਟ ਹੈ ਠੀਕ ਹੈ ਉਸ ਸੈਕੂਲਰ ਤੇ ਨੈਸ਼ਨਲਿਸਟ ਵੋਟ ਦੀ ਮੈਂ ਗੱਲ ਕਰਨਾ ਪਿਛਲੀ ਪਾਰਲੀਮੈਂਟ ਸਾਨੂੰ 40 ਆਈਆਂ ਸੀ ਇਹਨਾਂ ਨੂੰ 7 ਆਈਆਂ ਸੀ ਇਸ ਅਸੈਂਬਲੀ ਸਾਨੂੰ 23 ਆਈਆਂ ਇਹਨਾਂ ਨੂੰ 42 ਆਈਆਂ ਕੈਪਟਨ ਵੇਲੇ ਵੀ ਸਾਨੂੰ 40% ਆਈਆਂ ਸੀ ਇਹਨਾਂ ਨੂੰ 22% ਆਈਏ ਸੋ ਪੰਜਾਬ ਦਾ ਜਿਹੜਾ ਸੈਕੂਲਰ ਤੇ ਨੈਸ਼ਨਲਿਸਟ ਵੋਟ ਹੈ 62 ਤੋਂ 66% ਰੇਂਜ ਜਿੰਨਾ ਜਿੰਨੇ ਆਪ ਥੱਲੇ ਆਏਗੀ ਉਨੇ ਕਾਂਗਰਸ ਉੱਤੇ ਜਾਏਗੀ ਇਹ ਮੇਰਾ ਕਹਿਣਾ ਠੀਕ ਹੈ ਬਾਦਵਾ ਸਾਹਿਬ 8 ਪਲੱਸ ਆਮ ਆਦਮੀ ਪਾਰਟੀ ਨੂੰ ਸੀਟਾਂ ਤੁਹਾਡੇ ਮੁਤਾਬਿਕ ਵੇਖੋ ਮੈਂ ਗਲਤ ਕੋਈ ਨਹੀਂ ਕਹਿਣਾ ਚਾਹੁੰਦਾ ਅਜੇ ਮੈਂ ਤੁਹਾਨੂੰ ਦੱਸ ਰਿਹਾ ਜਦੋਂ অপਸ਼ਨ ਖੁੱਲਣੀ ਹੈ ਜੀ ਉਹਦੇ ਵਿੱਚ ਹੀ ਤੇ ਪਲੱਸ ਸਾਡੀਆਂ ਹੋਈ ਜਾਣੀਆਂ ਆ ਨਹੀਂ ਤੁਸੀਂ ਪ੍ਰੈਡਿਕਸ਼ਨ ਨਹੀਂ ਕਰੋਗੇ ਆਮ ਆਦਮੀ ਪਾਰਟੀ ਵਾਸਤੇ ਮੈਂ ਮੈਂ ਪ੍ਰੈਡਿਕਸ਼ਨ ਤੇਰਾ 0013 ਕਰ ਰਹੇ ਸੀ ਨਹੀਂ ਮੈਂ ਵੇਖੋ ਮੈਂ ਤੇ ਤੁਹਾਨੂੰ ਜਿਹੜੀ ਗੱਲ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਕਿ ਆਪ ਵਿਲ ਲੂਜ਼ ਗਰਾਉਂਡ ਇਨ ਦੀ ਲਾਸਟ ਵਨ ਵੀ ਦੇ ਆਰ ਗੋਇੰਗ ਟੂ ਲੂਜ਼ ਜਦੋਂ ਪੀਪਲ ਵਿਲ ਬੇਕ ਜਦੋਂ ਇਸ ਟਾਈਮ ਗਵਰਨਮੈਂਟ ਦਾ ਵੀ ਬੋਲਬਾਲਾ ਹੁੰਦਾ ਪੁਲਿਸ ਲੱਗੀ ਐ ਐਸਐਸਪੀ ਲੱਗੇ ਨੇ ਵਿਜੀਲੈਂਸ ਵਾਲੇ ਲੱਗੇ ਨੇ ਹੁਣ ਅੱਜ ਇੱਕ ਸਾਡੇ ਵਰਕਰ ਨੇ ਆਪਣਾ ਦਫਤਰ ਦੇਣਾ ਸੀ ਰਾਜਪੁਰੇ ਉਹਨੂੰ ਕੱਲ ਰਾਤ ਦਾ ਉਹਦੇ ਭਰਾਵਾਂ ਦੇ ਉੱਤੇ ਵਿਜੀਲੈਂਸ ਦਾ ਕੇਸ ਦਰਜ ਕਰ ਦਿੱਤਾ ਸਾਡੇ ਸਰਪੰਚ ਨੇ ਤੇ ਤੁਸੀਂ ਉਹ ਵੀ ਇਨਸੀਡੈਂਟ ਵੇਖ ਲਿਆ ਹੋਣਾ ਕਿ ਅੱਜ ਪ੍ਰਨੀਤ ਕੌਰ ਜੀ ਇੱਕ ਪਿੰਡ 'ਚ ਗਏ ਨੇ ਰਾਜਪੁਰੇ ਦੇ ਕੋਲ ਕਿਸਾਨਾਂ ਨੇ ਉੱਥੇ ਵਿਰੋਧਤਾ ਕੀਤੀ ਏ ਤੇ ਚੰਦੂ ਮਾਜਰਾ ਸਾਹਿਬ ਦਾ ਸੱਕਾ ਭਨੇਵਾ ਜਿਹੜਾ ਹਰਪਾਲਪੁਰਾ ਸਭ ਉਹਨਾਂ ਧੱਕਾ ਮਾਰਿਆ ਬੰਦਾ ਮਰ ਗਿਆ ਜੀ ਤੂੰ ਹਾਲਾਤ ਤੁਸੀਂ ਵੇਖੋ ਕਿੱਧਰ ਨੂੰ ਜਾ ਰਹੇ ਨੇ ਉੱਥੇ ਹੇਜ਼ੀਟੇਸ਼ਨ ਚੱਲ ਰਹੀ ਏ ਇਸ ਟਾਈਮ ਲਾਸ਼ ਉਹਨਾਂ ਦੀ ਹਸਪੀਟਲ 'ਚ ਪਈ ਏ ਤੋਂ ਦਿਨੋਂ ਤੇੜ ਹਾਲਾਤ ਬਦਲ ਰਹੇ ਫਿਰ ਸੁਪਰੀਮ ਕੋਰਟ ਦਾ ਫੈਸਲਾ ਜੀ ਕਿ ਈਵਨ ਪੰਜਾਬ ਗਵਰਨਮੈਂਟ ਨੇ ਖੁਦ تسلیم ਕਰਨਾ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਮਰਡਰ ਹੋਇਆ ਇਹ ਜਦੋਂ ਅਸੀਂ ਕਟੇਨ ਕੀਤੀ ਉਹਦੀ ਸਿਕਿਉਰਿਟੀ ਤੇ ਜਦੋਂ ਇਨਫੋਰਮੇਸ਼ਨ ਬਾਹਰ ਲੀਕ ਹੋਈ ਉਸ ਕਾਰਨ ਹੋਇਆ ਤੋ ਇਹ ਡਾਇਰੈਕਟਲੀ ਇਹ ਜਿਹੜੀ ਇਨਸੀਚੂਏਸ਼ਨ ਇਹਨਾਂ ਦੇ ਖਿਲਾਫ ਤੁਸੀਂ ਤਾਂ ਵੀ ਭਵਿੱਖਬਾਣੀ ਨਹੀਂ ਕਰ ਰਹੇ ਮੈਂ ਕੁਐਸਚਨ ਮਾਰਕ ਬੰਦ ਨਹੀਂ ਬਾਕੀਆਂ ਦੀ ਭਵਿੱਖਬਾਣੀ ਜਿਹੜੀ ਹੈ ਨਾ ਜੀ ਦੇ ਆਰ ਆਲ ਇਨ ਕੰਟੈਂਸ਼ਨ ਮੈਂ ਸ਼੍ਰੋਮਣੀ ਅਕਾਲੀ ਦਲ ਤੁਸੀਂ 2-3 ਸੀਟਾਂ ਦੇ ਉੱਤੇ ਪੂਰੀ ਫਾਈਲ ਚ ਦੱਸੋ ਮੈਂ ਮੈਂ ਮੇਰੀ ਮੇਰੀ ਬੇਨਤੀ ਇਹ ਸੁਣ ਲਓ ਮੈਂ ਕਿਸੇ ਤੇ ਹੀ ਪ੍ਰੈਡਿਕਸ਼ਨ ਨਹੀਂ ਕਰਨੀ ਇਟ ਇਜ਼ ਟੂ अर्ਲੀ ਇਟ ਇਜ਼ ਟੂ अर्ਲੀ ਇਨ ਸਿਚੁਏਸ਼ਨ ਹੁੰਦੀ ਨਾ ਬਾਜਬਾ ਸਾਹਿਬ ਕਿ ਤੁਸੀਂ ਮਈ ਦੇ ਪਹਿਲੇ ਹਫਤੇ ਦੀ ਪ੍ਰੈਡਿਕਸ਼ਨ ਕਰ ਦੋ ਜੂਨ ਦੇ ਪਹਿਲੇ ਹਫਤੇ ਦੀ ਇਹ ਕੰਡੀਸ਼ਨ ਕੇਜਰੀਵਾਲ ਸਾਹਿਬ ਕਰਦੇ ਹੁੰਦੇ ਇਹ ਮੈਂ ਨਹੀਂ ਕਰਦਾ ਮੈਂ ਤੁਹਾਨੂੰ ਚਾਰਾਂ ਦੇ ਉੱਤੇ ਕੁਐਸਚਨ ਮਾਰਕ ਪਾ ਦਵਾਂ ਬਾਕੀ ਦਿਨ ਦੇ ਤੁਸੀਂ ਇਹ ਸਮਝ ਲਓ ਕਿ ਪੰਜ ਸੀਟਾਂ ਓਪਨ ਪੰਜ ਸੀਟਾਂ ਓਪਨ ਨੇ ਇਹਨਾਂ ਚੋਂ ਕਿਨੂੰ ਕਿੱਥੇ ਕਿੱਥੇ ਡਿੱਗਦੀ ਅਸੀਂ ਮੈਂ ਤਾਂ ਉਹੀ ਕਹਿੰਦਾ ਖਾਤਾ ਖੋਲੇਗਾ ਨਹੀਂ ਮੈਂ ਵੇਖੋ ਮੇਰੀ ਇੱਕ ਗੁਜ਼ਾਰਿਸ਼ ਸੁਣ ਲਓ ਮੈਂ ਕਿਸੇ ਦਾ ਖਾਤਾ ਨਾ ਬੰਦ ਕਰਨ ਵਾਲਾ ਨਾ ਖੋਲਣ ਜੋ ਵੀ ਸਿਊਅਬਿਲਿਟੀਜ਼ ਜੋ ਗਰਾਊਂਡ ਰੈਲੀਟੀਆਂ ਜਮੈਂ ਤੁਹਾਨੂੰ ਦੱਸ ਰਿਹਾ ਅੱਠ ਅਸੀਂ ਵੀ ਆ ਸ਼ੋਰਨ 8 ਰੈਸਟ 5 ਆਰ ਓਪਨ ਕਿਸੇ ਕਿਸੇ ਤਰੀਕੇ ਕਿਸੇ ਇੱਕ ਹੋਰ ਸਵਾਲ ਤੁਹਾਡੇ ਤੋਂ ਲਵਾਂਗਾ ਜੇ ਤੁਸੀਂ ਉਸ ਦੇ ਉੱਪਰ ਰਿਐਕਟ ਕਰੋ ਕੁਐਸਚਨ ਮਾਰਕ ਨਾ ਪਾਣਾ ਪਵੇ ਤਾਂ ਵਧੀਆ ਗੱਲ ਹੈ ਇਹ ਹੈਗਾ ਐਨ ਡੀ ਏ 400 ਪਾਰ ਦਾ ਦਬਾ ਹੋ ਰਿਹਾ ਇੱਕੋ ਮੇਰੀ ਇੱਕ ਗੱਲ ਸੁਣ ਲਓ ਅੱਜ ਮੋਦੀ ਸਾਹਿਬ 225 ਤੋਂ 230 ਸੀਟਾਂ ਤੇ ਹੋਲ ਆਫ ਇੰਡੀਆ ਦੇਖੋ ਤੁਹਾਡੇ ਹੋਲ ਆਫ ਇੰਡੀਆ ਹਾਂ 225 ਤੋਂ 203 ਹਾਂ ਹਾਂ ਬਿਲਕੁਲ ਪਰ ਰਾਹੁਲ ਗਾਂਧੀ ਤਾਂ ਕਹਿੰਦੇ 150 ਨਹੀਂ ਟੱਪਣਾ ਮੇਰੀ ਆਪਣੀ ਹੈ ਰਾਹੁਲ ਜੀ ਸਾਰਾ ਦੇਸ਼ ਘੁੰਮ ਚੁੱਕੇ ਨੇ ਹੀ ਇਜ਼ ਮਚ ਬੈਟਰ ਪਲੇਸ ਦੈਨ ਮੈਂ ਜਿਹੜੀ ਸੋਸ਼ਲ ਮੀਡੀਆ ਤੋਂ ਜਿਹੜੇ ਹਿੰਦੁਸਤਾਨ ਦੇ ਟੌਪ ਲੋਕ ਆਪਣਾ ਵਿਊ ਪੁਆਇੰਟ ਰੱਖ ਰਹੇ ਨੇ ਇਸ ਤੇ ਮੈਂ ਉਹਨਾਂ ਦੀ ਇੱਕ ਪ੍ਰੈਡਿਕਸ਼ਨ ਕਰ ਰਿਹਾ ਤੇ ਇੰਡੀਆ ਗੜਜੋੜ ਦੀ ਵੀ ਪ੍ਰੈਡਿਕਸ਼ਨ ਕਰ ਦੋ ਸੀ ਇੰਡੀਆ ਗੜਜੋੜ ਦੀ ਵੀ ਮੇਰਾ ਖਿਆਲ ਹੈ ਵੀ ਆਰ ਆਲਮੋਸਟ ਨੈਕ ਟੂ ਨੈਕ मतलब अराउंड 272 नहीं आ सेम मेरा मतलब साडे ओ तो कुछ कुछ सीटें खाली भी है ना जी यू कैन नेवर नो कि ये ऑलमोस्ट वी आर नेक टू नेक विद देम ठीक है मतलब बादबा साहब ਤੁਸੀਂ ਇਹ کہہ ਰਹੇ ਹੋ ਕਿ ਹੰਗ ਪਾਰਲੀਮੈਂਟ ਹੋ ਸਕਦੀ ਨਹੀਂ ਮੈਂ ਇਹ ਨਹੀਂ ਕਿ ਹੰਗ ਤੇ ਕਦੀ ਵੀ ਨਹੀਂ ਹੋਈ ਹੰਗ ਨਹੀਂ ਹੋਏਗੀ ਬਟ ਇਹਦੇ ਵਿੱਚ ਹੀ ਉਤਰਾ ਚੜਾ ਹੋਏਗਾ ठीक है ਇਹਦੇ ਵਿੱਚ ਬਹੁਤ ਕੁਝ ਹੋਣਾ ਹੈ ਹੁਣ ਨਵੀਨ ਪਟਨਾਇਕ ਜੇ ਮжоਰਿਟੀ ਨਾ ਮਿਲੀ ਮੋਦੀ ਸਾਹਿਬ ਨੂੰ ਤੇ 100% ਨਹੀਂ ਜਾਏਗਾ ਜੇ ਰੈਡੀ ਆਪਣੇ ਆਂਧਰਾ ਪ੍ਰਦੇਸ਼ ਵਾਲੇ ਜਗਨ ਰੈਡੀ ਹੈ ਜੇ ਇਹਨਾਂ ਕੋ ਮੈਜੋਰਟੀ ਨਾ ਹੋਈ ਹੀ ਵਿਲ ਸੀ ਜੇ ਮੈਜੋਰਟੀ ਨਾ ਹੋਈ ਬੋਦੀ ਸਾਹਿਬ ਕੋ ਨੋਬਡੀ ਇਜ਼ ਗੋਇੰਗ ਟੂ ਗੋ ਟੂ ਮੋਦੀ ਇਹ ਜੇ ਮੈਜੋਰਟੀ ਕਲੀਅਰ ਕੱਟ ਲੈਣਗੇ ਫਿਰ ਇਹਨਾਂ ਦਾ ਬੰਦੇ ਰਲ ਨੂੰ ਤਿਆਰ ਹੋ ਜਾਣਗੇ ਜੇ ਮੈਜੋਰਟੀ ਨਾ ਹੋਈ ਹੀ ਵਿਲ ਫਾਲ ਸ਼ਾਰਟ ਐਂਡ ਦੈਨ ਸਮਬਡੀ ਐਲਸ ਵਿਲ ਕਮ ਕਿਉਂਕਿ ਇਸ ਟਾਈਮ ਆਰਐਸਐਸ ਜਿਹੜੀ ਹੈ ਉਹ ਬਕਾਇਦਾ ਤੌਰ ਉਸ ਤਰ੍ਹਾਂ ਇਨਵੋਲਡ ਨਹੀਂ ਜਿਸ ਤਰ੍ਹਾਂ ਕਿਸੇ ਟਾਈਮ ਬੀਜੇਪੀ ਨਾਲ ਸੀ ਇਸੇ ਗੱਲ ਕਰਨ ਮੋਦੀ ਸਾਹਿਬ ਇੱਕ ਰਾਤ ਨਾਗਪੁਰ ਵੀ ਰਹੇ ਇਸੇ ਗੱਲ ਕਾਰਨ ਆਰਐਸਐਸ ਦੇ ਚੀਫ ਭਗਵਤ ਸਾਹਿਬ ਨੂੰ ਰੈਜ਼ਰਵੇਸ਼ਨ ਉੱਤੇ ਗੱਲ ਕਰਨੀ ਪਈ ਹੈ ਕਿ ਅਸੀਂ ਰੈਜ਼ਰਵੇਸ਼ਨ ਦੇ ਖਿਲਾਫ ਨਹੀਂ ਕੋਈ ਕਨਸਟੀਟਿਊਸ਼ਨ ਬਦਲ ਨਹੀਂ ਸਕਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੋਜ਼ ਦੇ ਆਰ ਔਨ ਵੈਰੀ ਅਨਸਟੇਬਲ ਫੀਟ ਕਿ ਐਸ ਟਾਈਮ ਦੇ ਆਰ ਨਾਟ ਸਟੇਬਲ ਦੇ ਆਲਸੋ ਨੋ ਜਿਸ ਕਿਸਮ ਦੇ ਬਿਆਨ ਆ ਰਹੇ ਨੇ ਵੱਡੇ ਪੈਮਾਨੇ ਤੇ ਰਾਜਪੂਤ ਬਰਾਦਰੀ ਹੈ ਵੱਡੇ ਪੈਮਾਨੇ ਤੇ ਜਾਟ ਨੇ ਵੱਡੇ ਪੈਮਾਨੇ ਤੇ ਸਾਡਾ ਦਲਿਤ ਵੱਡੇ ਪੈਮਾਨੇ ਤੇ ਬੈਕਵਰਡ ਕਲਾਸਿਸ ਨੇ ਦੇ ਆਰ ਗੋਇੰਗ ਅਗੇਂਸਟ ਥੈਮ ਵੋਟਾਂ ਜਿਹੜੀਆਂ ਘਟ ਪੈ ਰਹੀਆਂ ਉਹਦਾ ਵਿੱਚ ਵੀ ਜਿਹੜੇ ਪੋਲਿਟੀਕਲ ਅਨਾਲਿਸਿਸ ਨੇ ਉਹ ਕਹ ਰਹੇ ਨੇ ਕਿ ਜਿਹੜੀ ਲੋਅਰ ਮਿਡਲ ਕਲਾਸ ਸੀ ਤੇ ਮਿਡਲ ਕਲਾਸ ਜਿਨ੍ਹਾਂ ਦਾ ਡਾਰਲਿੰਗ ਮੋਦੀ ਸਾਹਿਬ ਸਨ ਆਫਟਰ 10 ইয়ারਸ ਉਹਨਾਂ ਦਾ ਰੁਝਾਨ ਇਹਨਾਂ ਵਾਲਾ ਨੇ ਉਹ ਵੋਟਰ ਨਿਕਲੇ ਹੀ ਨਹੀਂ ਅਤ ਕੀ ਬਾਰ ਪਾਣਵਤ ਤੇ ਆਰਐਸਐਸ ਨੇ ਵੋਟ ਕਢਾਈ ਦੀ ਸੋ ਯੂ ਮਸ ਅੰਡਰਸਟੈਂਡ ਇਟ ਹੈਜ਼ ਅ ਵੈਰੀ ਵੈਰੀ ਡੀਪ ਮੀਨਿੰਗ ਆਰਐਸਐਸ ਦਾ ਪੂਰਾ ਰੋਲ ਨਾ ਕਰਨਾ ਵੋਟਰ ਦਾ ਨਾਮ ਨਿਕਲਣਾ ਡਿਸਲਿਊਸ਼ਨਮੈਂਟ ਹੋਣੀ ਸਾਰੀ ਗੱਲ ਦੀ ਜਿਸ ਕਿਸਮ ਦੇ ਇਸ ਟਾਈਮ ਮੋਦੀ ਸਾਹਿਬ ਬਿਆਨ ਦੇ ਰਹੇ ਨੇ ਮੰਗਲ ਸੂਤਰ ਖੋਇਆ ਜਾਏਗਾ ਤੁਹਾਡਾ ਘਰ ਖੋਇਆ ਜਾਏਗਾ ਨੋਇੰਗ ਫੁਲੀ ਵੈਲ ਜਿਹੜੀ ਚੀਜ਼ ਹੀ ਪੋਸਿਬਲ ਹੈ ਨਹੀਂ ਨਾ ਕਿਸੇ ਨੇ ਕੀਤੀ ਨਾ ਕੋਈ ਕਰ ਸਕਦਾ ਉਹਦਾ ਮਤਲਬ ਇਹ ਹੈ ਕਿ ਇੰਟਰਨਲ ਇਹਨਾਂ ਨੂੰ ਇਸ ਟਾਈਮ ਪਤਾ ਹੈ ਗਰਾਊਂਡ ਸਲਿੱਪ ਹੋ ਰਹੀ ਮੈਂ ਜਿਹੜੀ ਆ ਫਿਗਰ ਦਿੱਤੀ ਹੋ ਸਕਦਾ ਹੈ ਕਿ ਇਸ ਤੋਂ ਵੀ ਇੰਡੀਆ ਐਲਾਈਂਸ ਵੱਧ ਜਾਤੇ ਘਟ ਜਾਂ ਮੈਂ ਅੱਜ ਦੀ ਫਿਗਰ ਦਿੱਤੀ ਆਫਟਰ 2 ਔਰ 3 ਰਾਉਂਡਸ ਆਫ ਜਿਹੜੀ ਮੇਰੇ ਖਰ 2 2 ਰਾਉਂਡ 12 ਰਾਉਂਡ ਤੇ ਜਾ ਰਾਉਂਡ ਹੋਣ ਵਾਲਾ ਹੈ 7 ਨੂੰ ਸੋ ਇਹ ਮੇਰੀ ਅਜੇ ਤੱਕ ਐਂਡ ਇਥੇ 6 ਰਾਉਂਡਸ ਤੱਕ ਚੱਲ ਰਹੀ ਹੈ 7th ਰਾਉਂਡ ਸੇ ਪੰਜਾਬ ਦੀ VOTING ਹੋਣੀ ਹੈ 7 ਰਾਉਂਡ ਦੇ ਵਿੱਚ ਠੀਕ ਹੈ ਬੱਜਵਾ ਸਾਹਿਬ ਅਸੀਂ ਬਹੁਤ ਸਾਰੇ ਸਵਾਲ ਲਏ ਆ ਮੈਨੂੰ ਲੱਗਦਾ ਜਿਹੜੀ ਪ੍ਰੈਡਿਕਸ਼ਨ ਵੀ ਤੁਸੀਂ ਕੀਤੀ ਹੈ ਅਸੀਂ ਸਕਰੀਨਸ਼ਾਟ ਰੱਖਾਂਗੇ ਬਾਕੀ ਫੇਰ ਮੁੜ ਕੇ ਇਹ ਪੰਜ ਇਹਦੇ ਚੋਂ ਹੀ ਵੰਡੀਆਂ ਜਾਣੀਆਂ ਨੇ ਕਿ ਕਾਂਗਰਸ ਕੋ ਕਿੰਨੀ ਆਦੀ ਹੈ ਜਾਂ ਬਾਕੀ ਕਿਸੇ ਕੋ ਕੀ ਜਾਂਦੀ ਲਾਸਟ ਮੂਮੈਂਟ ਕੁਝ ਨਹੀਂ ਪਤਾ ਕਿਉਂਕਿ 4 ਕਾਰਨਰਡ 5 ਕਾਰਨਰਡ ਕੰਟੈਸਟ ਹੈ ਪੰਜ ਕਾਰਨਰਡ ਕੰਟੈਸਟ ਦੇ ਵਿੱਚ ਕੋ 10 15 20000 ਦੇ ਫਰਕ ਨਾਲ ਸੀਟਾਂ ਉੱਤੇ ਥੱਲੇ ਹੋ ਜਾਂਦੇ ਬਿਲਕੁਲ ਬਿਲਕੁਲ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸਾਡੇ ਸਾਰੇ ਜਿਹੜੇ ਟੀਮ ਹੈ ਉਹਦੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਜੀ ਵਿਜੇ ਜੀ ਤੁਹਾਡੀ ਸਾਡੇ ਛੋਟੇ ਵੀਰ ਦੀ ਕਿਉਂਕਿ ਜੇ ਇੱਥੇ ਨਾ ਹੁੰਦੇ ਫਿਰ ਫਰਕ ਤੇ ਪੈਣਾ ਹੀ ਸੀ ਤੇ ਇੱਥੇ ਨੇ ਤੇ ਹੁਣ ਸਾਰਾ ਕੰਮ ਠੀਕ ਹੋਏਗਾ ਤੇ ਸਾਰੇ ਸਟਾਫ ਮੈਂਬਰਸ ਦਾ ਮੈਂ ਸਾਰਾ ਸ਼ੁਕਰੀਆ ਇੱਕ ਵਾਰੀ ਅਸੀਂ ਜ਼ਰੂਰ ਤਾੜੀਆਂ ਦੇ ਨਾਲ ਧੰਨਵਾਦ ਕਰਾਂਗੇ ਕਿ ਇਲੈਕਸ਼ਨ ਕੈਂਪੇਨ ਦੇ ਵਿਚਾਲੇ ਤੁਸੀਂ ਸਾਨੂੰ ਟਾਈਮ ਦਿੱਤਾ ਸਰ ਬਹੁਤ ਬਹੁਤ ਧੰਨਵਾਦ ਔਰ ਸ਼ੁਭਕਾਮਨਾਵਾਂ ਲਈ ਇਸ ਪੂਰੇ ਇਲੈਕਸ਼ਨ ਦੇ ਲਈ ਤਾਂ ਪ੍ਰਤਾਪ ਸਿੰਘ ਬਾਜਵਾ ਤੋਂ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਤੇ ਇਸ ਵਿਚਾਲੇ ਇਸੇ ਤਰੀਕੇ ਨਾਲ ਅਸੀਂ ਹੋਰ ਸਿਆਸਤਦਾਨਾਂ ਨੂੰ ਵੀ ਸਵਾਲ ਕਰਦੇ ਰਹਾਂਗੇ ਨਿਊਜ਼ ਰੂਮ ਕਟੇਰਾ ਦੇ ਵਿੱਚ ਸਦਕੇ ਇਸ ਖਾਸ ਪੇਸ਼ਕਸ਼ ਦੇ ਵਿੱਚ ਨਹੀਂ ਇਜਾਜ਼ਤ ਦਿਓ ਧੰਨਵਾਦ